ਕਹਿੰਦੇ ਕਈ ਇੰਜੈਕਸ਼ਨ ਤਾਂ ਕਹਿੰਦੇ ਇਦਾਂ ਦੇ ਹੁੰਦੇ ਆ ਵੀ ਕਹਿੰਦੇ ਵੀ ਨੇਰੀ ਠਾ ਦਿੰਦੇ ਆ ਬਈ ਨੇਰੀ ਤੇ ਤੂਫਾਨ ਥੋੜੇ ਸਮੇਂ ਦੇ ਹੀ ਹੁੰਦੇ ਆ ਇੱਕ ਵਾਰੀ ਨੇਰੀ ਠਾ ਲਈ ਦੋ ਵਾਰੀ ਠਾ ਲੋਂਗੇ ਤਿੰਨ ਵਾਰੀ ਠਾ ਲੋਂਗੇ ਕਿੰਨਾ ਕੁ ਚਿਰ ਨੇਰੀ ਠਾਈ ਜਾਉਂਗੇ ਕਿੰਨਾ ਕੁ ਟਾਈਮ ਸਰੀਰ ਚੱਲ ਲੂਗਾ ਆ ਧੁੰਨੀ ਦੇ ਅਸੇ ਪਾਸੇ ਨਹੀਂ ਤਾਂ ਇਹ ਕਹਿੰਦੇ ਹੁੰਦੇ ਇਹਨੂੰ ਠੇਠ ਪੰਜਾਬੀ ਵਿੱਚ ਕਿ ਫਲਾਣੇ ਨੇ ਤਾਂ ਬਈ ਕੱਟ ਲਾਈ ਆ ਆ ਵੇਖੋ ਹੁਣ ਟੂਰਨਾਮੈਂਟ ਦੇ ਉੱਤੇ ਬੈਜਾ ਬੈਜਾ ਕਰਾਈ ਤੁਰਿਆ ਹੁੰਦਾ ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਹੈਰਾਨੀ ਮੰਨੋਗੇ ਕਿ ਇਹ ਐਚਯੂਐਲ ਚ ਯੂਜ਼ ਕਾਦੇ ਲਈ ਹੁੰਦੀ ਆ ਜ਼ਰੂਰ ਜਿਹੜ ਜੀ ਉਹ ਉਹ ਦਾ مالک ਮੰਨ ਲਓ ਮੈਂ ਆ ਮੈਂ ਨਹੀਂ ਚਾਹੁੰਦਾ ਕਿ ਮੇਰੀ ਫੀਮੇਲ ਡੌਗ ਪ੍ਰੈਗਨੈਂਟ ਹੋਵੇ ਹੂੰ ਮੈਂ ਉਹਦੇ ਬੱਚੇ ਅਬੋਰਟ ਕਰਨੇ ਹੈਗੇ ਆ ਜੀ ਮੈਂ ਉਹਦੇ ਲਵਾਉਂਗਾ ਬੇਸਿਕਲੀ ਇਹ ਪਿਚਸ ਦੇ ਲਈ ਬਣੀ ਆ ਮੁੰਡੇ ਲਾਉਂਦੇ ਆ ਲਾਉਂਦੇ ਨਹੀਂ ਗੋਡੀ ਆ ਹਿਊਮਨਸ ਹੂੰ ਉਹ ਲਾਉਂਦੇ ਆ ਆਪਣਾ weight ਘਟਾਉਣ ਵਾਸਤੇ ਇਨਸਟੈਂਟਲੀ ਘਟਦਾ ਤਿੰਨ ਚਾਰ ਵਾਰ ਆਪਾਂ ਨੂੰ ਵਾਸ਼ਰੂਮ ਜਾਣਾ ਪਊਗਾ ਇਹਦੀ ਥੋੜੀ ਬਹੁਤ ਦੋ ਡੋਜ਼ ਵੱਧ ਗਈ ਹੂੰ ਗਿਆ ਜਿਮ ਤੋਂ ਬਾਅਦ ਇੱਕ ਵਿੰਡੋ ਰੱਖੀ ਜਾਂਦੀ ਹੈ ਵੀ 40-45 ਮਿੰਟਾਂ 'ਚ ਪ੍ਰੋਟੀਨ ਪੀ ਲਓ। ਹਾਂ ਇਹ ਕਿਹਾ ਜਾਂਦਾ ਹੈ। ਇਹ ਚੀਜ਼ ਬਿਲਕੁਲ ਗਲਤ ਆ। ਸਾਡੇ ਘਰ ਦੇ ਬੈਕਯਾਰਡ ਦੇ ਵਿੱਚ ਡੋਡੇ ਵਿਜੇ ਹੋਏ ਸੀ। ਆਸਟ੍ਰੇਲੀਆ ਦੀ ਗੱਲ ਆ। ਹਾਂਜੀ। ਉਹ ਈਜ਼ੀਲੀ ਉੱਗੇ ਜਾਂਦੇ ਆ। ਹੂੰ। ਈਵਨ ਜਿਹੜੀ ਆਪਣੇ ਬਹੁਤ ਮਸ਼ਹੂਰ ਆ ਇੱਥੇ ਕਾਲੀ ਖਸਖਸ ਆਪਣੇ ਮਿਲਦੀ ਨਹੀਂ। ਜੀ। ਉੱਥੇ ਕੋਲਜ਼ ਸਟੋਰ ਆ ਸੁਪਰਮਾਰਕਟ। ਉੱਥੇ ਜਾਓ ਬਲੈਕ ਪੋਪੀ ਸੀਡਸ ਮਿਲਦੇ ਆ। 1 ਡਾਲਰ 47 ਸੈਂਟ ਦਾ ਲਪਾਵਾ ਹੁੰਦਾ ਮੈਨੂੰ ਯਾਦ ਆ। ਹੂੰ ਉਹ ਖਲਾਰਦੋ ਘਰੇ ਜਾ ਕੇ ਥੋੜੀ ਉਗਰ ਆਈ ਹੂੰ ਲਾਈ ਜਾਓ ਚੀਰੇ ਮਸ਼ਰੂਮਸ ਸੌਰੀ ਮੈਂ ਭੁੱਲ ਗਿਆ ਸੀ ਮੈਜਿਕ ਮਸ਼ਰੂਮਸ ਕਹਿੰਦੇ ਇੱਕ ਐਡਾ ਕ ਟੁਕੜਾ ਹੁੰਦਾ ਖਾ ਲੋ ਹੂੰ ਤੁਸੀਂ ਦੁਨੀਆ ਤੋਂ ਬਾਹਰ ਕੀ ਬਾਤ ਹੈ ਬੈਠੇ ਨੂੰ ਬੈਠੇ ਉਹਨੇ ਕਰਨਾ ਤੁਸੀਂ ਕੁਝ ਨਹੀਂ ਖਾ ਕੇ ਹੂੰ ਕੁਰਸੀ ਤੇ ਬੈਠੇ ਆ ਖਾਓ ਇੰਨਾ ਕ ਟੋਟਾ ਤੁਸੀਂ ਵੱਖਰੀ ਵਰਲਡ ਵਿੱਚੋਂ ਜਿਹੜੇ ਸ਼ਾਮ ਨੂੰ ਫੋਨ ਦੇ ਉੱਤੇ ਗੱਲ ਕਰਦੇ ਹੁੰਦੇ ਆ ਆਪਣੇ ਕਿਸੇ ਬੜੇ ਖਾਸਮ ਖਾਸ ਨਾਲ ਕਿ ਖੰਡ ਰੋਟੀ ਖਾ ਲਈ ਤੁਸੀਂ ਖਾ ਲਈ ਮੈਂ ਤਾਂ ਖਾ ਲਈ ਦੁੱਧ ਪੀ ਲਿਆ ਨਾ ਤੁਸੀਂ ਉਹ ਵੀ ਪੁੱਛਦੇ ਆ ਕਿ ਤੁਹਾਡੀ ਮੱਝ ਮਿਲੀ ਤੇ ਕਿੰਨਾ ਦੁੱਧ ਦਿੱਤਾ ਤੇ ਕਿੰਨਾ ਨਹੀਂ ਦਿੱਤਾ ਉਹ ਐਂ ਕਰਦੇ ਕਰਦੇ ਰਾਤ ਦੇ 12:00 ਵਜੇ ਦਿੰਦੇ ਆ ਸਪਲੀਮੈਂਟ ਦੋ ਤਰੀਕਿਆਂ ਦੇ ਵਿੱਚ ਮੈਂ ਰੱਖਦਾ ਇਹਨੂੰ ਆਪਣੀ ਛੋਟੀ ਜੀ ਸਮਝ ਦੇ ਵਿੱਚੋਂ ਇੱਕ ਉਹ ਜਿਹੜੇ ਖਾਣੇ ਦੇ ਤੌਰ ਤੇ ਲਏ ਜਾਂਦੇ ਆ ਇੱਕ ਉਹ ਜਿਹੜੇ ਨਸ਼ੇ ਦੇ ਤੌਰ ਤੇ ਲਏ ਜਾਂਦੇ ਆ ਪਹਿਲਾਂ ਖਾਣੇ ਵਾਲਣ ਦੀ ਗੱਲ ਕਰਾਂਗੇ ਜੀ ਡਾਕਟਰ ਕੋਲੇ ਜਾਣੇ ਆ ਅਸਲ ਵਿੱਚ ਸਾਰੇ ਡਾਕਟਰ ਨਹੀਂ ਕੁਝ ਕੁ ਡਾਕਟਰ ਕੁਝ ਕੁ ਘਰੇ ਬਣੇ ਡਾਕਟਰ ਕੁਝ ਕੁ ਰਿਸ਼ਤੇਦਾਰ ਡਾਕਟਰ ਕੁਝ ਕੁ ਦੋਸਤ ਡਾਕਟਰ ਇਹ ਸਾਰੇ ਡਾਕਟਰ ਹੀ ਹੁੰਦੇ ਨੇ ਉਹ ਕਹਿੰਦੇ ਨਾ ਨਾ ਯਾਰ ਉਹ ਪ੍ਰੋਟੀਨ ਨਾ ਲਿਆ ਕਰ ਇਹਦੇ ਨਾਲ ਤਾਂ ਕਿਡਨੀ ਗਈ ਸੋ ਗਈ ਉਹ 4-4000 4500 ਦਾ ਡੱਬਾ ਵੇਖਦਾ ਉਹਦੀ ਉਹ ਡੱਬਾ ਮਤਲਬ ਅੰਮ੍ਰਿਤਸਰ ਦਿੱਲੀ ਨਾਰਮਲ ਮਤਲਬ ਜਿਵੇਂ ਮਿੱਟੀ ਘੱਗਰ ਸੈਨ ਦੇ ਢਿੱਗ ਨਹੀਂ ਲੱਗੇ ਹੁੰਦੇ ਉਹਵੇਂ ਪ੍ਰੋਟੀਨ ਦਾ ਢਿੱਗ ਪਿਆ ਜਿਹੜਾ ਪਾਊਡਰ ਉਹਨੇ ਡੱਬੇ ਵਿੱਚ ਪਾਣਾ ਤੋਲ ਕੇ ਪਾਤਾ ਸੀਲ ਲਾ ਕੇ ਦੇਤਾ ਅੱਛਾ ਬੋਡੀ ਚ ਉਹਨੇ ਅਗਲੇ ਦੀ ਕੀ ਕੰਮ ਕਰਨਾ ਕੀਨੇ ਖਰੀਦਣਾ ਕਿਸੇ ਨੂੰ ਕੋਈ ਉਹਦੇ ਨਾਲ ਉਹ ਨਹੀਂ ਸੂਰਜ ਵਰਗੀ ਗੱਲ ਤੇ ਨਹੀਂ ਨਾ ਦੀਵਾ ਰਾਤ ਦਾ ਹੱਲ ਤੇ ਨਹੀਂ ਨਾ ਐਵੇਂ ਦੋਵੇਂ ਡੁੱਬੀ ਜਾਂਦੇ ਨੇ ਐਡੀ ਉੱਚੀ ਛੱਲ ਤੇ ਨਹੀਂ ਨਾ ਸਾਥ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਵਿਰਾਸਤ ਮੀਡੀਆ ਤੇ ਮੈਂ ਜਸਵਿੰਦਰ ਯਾਦ ਪੌਡਕਾਸਟ ਅਣਗੋਲੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅਨਸਾਡੇ ਮਹਿਮਾਨ ਰਹਿਣਗੇ ਗੁਰਕੀਰਤ ਸਿੰਘ ਬਰਾੜ ਨੈਸ਼ਨਲ ਚੈਂਪੀਅਨ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅੱਜ ਗੱਲਬਾਤ ਸਿਹਤ ਦੇ ਉੱਤੇ ਕਰਾਂਗੇ ਜਿੰਮ ਦੇ ਉੱਤੇ ਕਰਾਂਗੇ ਖੇਡਾਂ ਦੇ ਉੱਤੇ ਕਰਾਂਗੇ ਸਰੀਰ ਦੀ ਸੰਭਾਲ ਦੇ ਉੱਤੇ ਕਰਾਂਗੇ ਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਤੁਹਾਡੇ ਪੱਧਰ ਦੀ ਗੱਲਬਾਤ ਕਰਾਂਗੇ ਸੌਖੀ ਕਰਾਂਗੇ ਗੱਲਾਂ ਵੱਡੀਆਂ ਭਾਸ਼ਾ ਬਿਲਕੁਲ ਸੌਖੀ ਕਈ ਵਾਰੀ ਅਸੀਂ ਪ੍ਰੋਗਰਾਮ ਛੱਡ ਦਿੰਨੇ ਆ ਉਹ ਯਾਰ ਇਹ ਡਾਕਟਰੀ ਕੋਲੀ ਜਾਂਦੇ ਆ ਡਾਕਟਰੀ ਨਹੀਂ ਕੋਲਾਂਗੇ ਤੁਹਾਡੇ ਪੱਧਰ ਦੀ ਗੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਸਾਸ਼ੀਕਾਤ ਬਾਈ ਜੀ ਵਿਰਾਸਤ ਮੀਡੀਆ ਦੀ ਇਸ ਮੰਚ ਦੇ ਉੱਤੇ ਬਿਲਕੁਲ ਸੌਖੀ ਭਾਸ਼ਾ ਦੇ ਵਿੱਚ ਦਰਸ਼ਕਾਂ ਨੂੰ ਦੱਸਣਾ ਹੈ ਸਿਹਤ ਸੰਭਾਲ ਕਿਵੇਂ ਕਰੀਏ ਮੈਂ ਇੱਕ ਸ਼ੇਅਰ ਦੇ ਵਿੱਚ ਕਿਹਾ ਵੀ ਐਵੇਂ ਦੋਵੇਂ ਡੁੱਬੀ ਜਾਂਦੇ ਨੇ ਐਡੀ ਉੱਚੀ ਛੱਲ ਤੇ ਨਹੀਂ ਨਾ ਆਤਮਾ ਤੇ ਸਰੀਰ ਉਹੀਂ ਡੋਬ ਲੈਣੇ ਆਪਾਂ ਕੀ ਬਈ ਐਡੀ ਗੱਲ ਨਹੀਂ ਹੁੰਦੀ ਇਹਨਾਂ ਨੂੰ ਸੰਭਾਲਣਾ ਇਹਨਾਂ ਦੇ ਉੱਤੇ ਕੰਮ ਕਰਨਾ ਸਭ ਤੋਂ ਪਹਿਲਾਂ ਬਾਈ ਆਪਣੇ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਕੀਰਤ ਸਿੰਘ ਬਰਾੜ ਹੈ ਔਰ ਮੈਂ ਨੈਸ਼ਨਲ ਚੈਂਪੀਅਨ ਆ ਐਂਡ ਬਾਇਓਮੈਕੈਨਿਕਸ ਐਂਡ ਐਟਲੈਟਿਕਸ ਮੇਰੀ ਡਿਗਰੀ ਕੀਤੀ ਹੋਈ ਆ ਆਸਟ੍ਰੇਲੀਆ ਤੋਂ ਸੋ ਮੈਂ ਵਿਰਾਸਤ ਮੀਡੀਆ ਦਾ ਆਮ ਵੈਰੀ ਗ੍ਰੇਟਫੁਲ ਟੂ ਯੂ ਪੀਪਲ ਜੋ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਆਪਾਂ ਅੱਗੇ ਫਿਟਨੈਸ ਦੇ ਬਾਰੇ ਬਹੁਤ ਡੀਪਲੀ ਗੱਲ ਕਰਾਂਗੇ ਐਂ ਬੜੀ ਹੀ ਈਜ਼ੀ ਲੈਂਗੁਏਜ ਦੇ ਵਿੱਚ ਗੱਲ ਕਰਾਂਗੇ ਜੋ ਕਿ ਸਾਰੇ ਲੋਕਾਂ ਨੂੰ ਈਜ਼ੀਲੀ ਸਮਝ ਆਵੇ ਜੀ ਲੋ ਬਾਈ ਫਿਰ ਹੁਣ ਮੇਰੀ ਅੱਖ ਦੇ ਵਿੱਚ ਅੱਖ ਪਾ ਕੇ ਰੱਖਿਓ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਸ਼ਾਰਟ ਪੁੱਟ ਤੋਂ ਬਾਡੀ ਬਿਲਡਿੰਗ ਉਹ ਰਾਹ ਇੱਕ ਹੋਰ ਤਰੀਕੇ ਦਾ ਇਹ ਰਾਹ ਇੱਕ ਹੋਰ ਤਰੀਕੇ ਦਾ ਇਹ ਕਿਵੇਂ ਸਵਾਬ ਬਣਦਾ ਹੈ ਅ ਜਦੋਂ ਮੈਂ ਸ਼ਾਰਟ ਪੁੱਟ ਖੇਡਦਾ ਸੀਗਾ ਆਈ ਵਾਸ ਇਨ ਸਕੂਲਿੰਗ ਡੈਲੀ ਪਬਲਿਕ ਸਕੂਲ ਬਟੰਡਾ ਉਹ ਕੁਝ ਸਟ੍ਰੈਟੈਜਿਕ ਗੱਲਾਂ ਇਦਾਂ ਦੀਆਂ ਹੋਈਆਂ ਕਿ ਮੇਰੇ ਕੋਚ ਨੇ ਮੇਰੇ ਨਾਮ ਤੇ ਇੱਕ ਦੋ ਵਾਰ ਕਿਸੇ ਹੋਰ ਖਿਡਾਰੀ ਨੂੰ ਖਿਲਾਤਾ ਤੇ ਉਸ ਚੀਜ਼ ਤੋਂ ਮੈਂ ਥੋੜਾ ਕਾਫੀ ਡਿਸਪਾਇੰਟਡ ਸੀਗਾ ਬਿਕਾਜ਼ ਮੈਂ ਏ ਜੇ ਕੋਦਾਂ ਦੀ ਸੀਗੀ 16 17 ਸਾਲ ਦੇ ਬੱਚਾ ਥੋੜਾ ਉਹ ਗੱਲ ਦਿਲ ਤੇ ਲਾ ਜਾ ਲੱਗ ਜਾਂਦੀ ਹੁੰਦੀ ਸੀ ਹੂੰ ਆ ਆਪ ਦੀ ਸਟਰੈਂਥ ਬਿਲਡ ਕਰਨ ਦੇ ਲਈ ਤਾਂ ਮੈਂ ਜਿਮ ਜਾਂਦਾ ਹੀ ਸੀ ਹੂੰ ਐਂਡ ਮੋਰਓਵਰ ਮੇਰੇ ਚਾਚਾ ਜੀ ਵੀ ਜਿਮ ਲਾਉਂਦੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਤੇ ਜਿੱਦਾਂ ਕਿ ਇਹ ਚੀਜ਼ਾਂ ਕਾਫੀ ਦੇਖਦੇ ਸੀਗੇ ਉਦੋਂ ਲੋਕਾਂ ਦਾ ਰੁਝਾਨ ਹਜੇ ਬਣ ਰਿਹਾ ਸੀ ਫਿਟਨੈਸ ਦੇ ਵੱਲ ਲੋਕ ਜ਼ਿਆਦਾ ਇੰਨਾ ਪੰਜਾਬੀ ਬੰਦੇ ਆਪਣੇ ਜ਼ਿਆਦਾ ਇਸ ਚੀਜ਼ ਵੱਲ ਨਹੀਂ ਸੀਗੇ ਜੀ ਪਰ ਆਨਲਾਈਨ ਜਿੱਦਾਂ ਵੀਡੀਓਜ਼ ਦੇਖਣੀਆਂ ਲੋਕਾਂ ਦੇ ਸਰੀਰ ਦੇਖਣੇ ਮੇਰਾ ਸ਼ੁਰੂ ਸ਼ੁਰੂ ਤੋਂ ਜਿਹੜਾ ਬਾਡੀ ਰਹੀ ਆ ਉਹ ਇੱਕ ਮੈਸੋਮੋਰਫਿਕ ਬਾਡੀ ਰਹੀ ਆ ਹਮ ਜਿਹੜਾ ਸਟਰਕਚਰ ਸੀਗਾ ਪਹਿਲਾਂ ਹੀ ਹੈਵੀ ਸੀ ਕਾਫੀ ਹਮ ਮੈਂ ਬਸ ਜਿੱਦਾਂ ਮੈਂ ਜਿਮ ਲਾਉਣ ਲੱਗਿਆ 2-3 ਮਹੀਨਿਆਂ ਬਾਅਦ ਮੇਰੇ ਵਿੱਚ ਕਾਫੀ ਡਰਾਸਟਿਕ ਚੇਂਜ ਸੀਗਾ ਬਾਡੀ ਦੇ ਵਿੱਚ ਹਮ ਇਹ ਮੈਨੂੰ ਖੁਦ ਨੂੰ ਉਹ ਚੀਜ਼ ਚੰਗੀ ਲੱਗਦੀ ਸੀ ਕਿ ਮੈਂ ਇੱਕ ਵੱਖਰਾ ਲੱਗਦਾ ਸਾਡੀ ਜੀ ਕਲਾਸ ਦੀ ਜਿੱਦਾਂ 35 ਜਣਿਆਂ ਦੀ ਬੱਚਿਆਂ ਦੀ ਸੀਗੀ ਸਟਰੈਂਥ ਤਾਂ ਅਸੀਂ ਉਹ ਉਹਦੇ ਵਿੱਚੋਂ ਆਈ ਵਾਸ ਦਾ ਵਨ ਕਿ ਜਿਹੜਾ ਇਹਨਾਂ ਨਾਲੋਂ ਡਿਫਰੈਂਟ ਹੁੰਦਾ ਸੀ ਬਿਕੋਜ਼ ਮੇਰਾ ਬਾਡੀ ਸਟਰਕਚਰ ਉਦਾਂ ਦਾ ਸੀਗਾ ਮੈਚਿਉਰਿਟੀ ਇਨ ਬਾਡੀ ਫਿਜ਼ੀਕਲ ਫੈਕਟਰ ਮੇਰਾ ਜ਼ਿਆਦਾ ਸੀ ਤੇ ਉਹ ਚੀਜ਼ਾਂ ਜਿੱਦਾਂ ਹੌਲੀ ਹੌਲੀ ਇਹ ਚੀਜ਼ ਫਿਰ ਪੈਸ਼ਨ ਵਿੱਚ ਕਨਵਰਟ ਹੁੰਦੀ ਗਈ ਸਾਲ 2 ਸਾਲ ਬਾਅਦ ਮੈਂ ਕਾਫੀ ਡੀਪਲੀ ਇਸ ਚੀਜ਼ ਵੱਲ ਚਲੇ ਗਿਆ ਪੰਜਾਬੀ ਦੇ ਵਿੱਚ ਇੱਕ ਲੋਕ ਗੀਤ ਹੈ ਨਾ ਕਿ ਹੁਣ ਤੈਨੂੰ ਟੱਕਰਾਂਗੇ ਤੇ ਸੱਜਰੇ ਸ਼ਰੀਕ ਬਿਲੋਂ ਬਣ ਕੇ ਮੇਰੇ ਖਿਆਲ ਦੇ ਨਾਲ ਕੋਚ ਸਾਹਿਬ ਜੇਕਰ ਉੱਥੇ ਨਾ ਕਿਸੇ ਹੋਰ ਦਾ ਨਾਂ ਪਾਉਂਦੇ ਕਿ ਤੁਸੀਂ ਉਹਨਾਂ ਕੇਮਾਚ ਹੁੰਦੇ ਬੋਡੀ ਬਿਲਡਿੰਗ ਨਹੀਂ ਨਾ ਹੁੰਦੇ ਜੀ ਬਿਲਕੁਲ ਇਹ ਚੀਜ਼ ਹੋਣੀ ਸੀਗੀ ਬਿਲਕੁਲ ਹੋਣੀ ਸੀ ਕਿਉਂਕਿ ਜੇ ਇਹ ਟਰਾਜਿਕ ਮੇਰੇ ਨਾਲ ਨਾ ਹੁੰਦੀ ਕਦੋਂਦੋਂ ਅਸੀਂ ਨੈਸ਼ਨਲ ਜਾਣਾ ਸੀਗਾ ਤੇ ਮੇਰੇ ਕੋਚ ਨੇ ਮੇਰੇ ਨਾਲ ਆਹ ਕਰਤੀ ਉਸ ਤੋਂ ਬਾਅਦ ਮੈਂ ਕਾਫੀ ਡਿਸਪਾਇੰਟਡ ਸੀ ਇਸ ਚੀਜ਼ ਨੂੰ ਲੈ ਕੇ ਮਿਲੇ ਆ ਮੈਨੂੰ ਇੱਕ ਦੋ ਵਾਰ ਮਿਲੇ ਆ ਮੈਨੂੰ ਉਹਨਾਂ ਨੇ ਈਵਨ ਆਪਣੇ ਬੱਚੇ ਵੀ ਭੇਜੇ ਇੱਕ ਦੋ ਜਣੇ ਉਹਨਾਂ ਨੂੰ ਰੈਸਲਿੰਗ ਕਰਵਾਉਂਦੇ ਆ ਅੱਜਕੱਲ ਤੇ ਉਹ ਤਾਮਿਲਨਾਡੂ ਤੋਂ ਸੀ ਮੈਂ ਸੌਰੀ ਨਾਮ ਨਹੀਂ ਲਊਂਗਾ ਉਹਨਾਂ ਦਾ ਜੀ ਤੇ ਉਹਨਾਂ ਨੇ ਮੈਨੂੰ ਆਪਣੇ ਇੱਕ ਦੋ ਸਟੂਡੈਂਟ ਭੇਜੇ ਕਿ ਗੁਰਕੀਰਤ ਕੋਲ ਜਾਓ ਤੇ ਉਹ ਤੁਹਾਨੂੰ ਬੈਟਰ ਤੁਹਾਡੀ ਸਟਰੈਂਥ ਬਿਲਡ ਕਰਨ ਦੇ ਲਈ ਤੁਹਾਨੂੰ ਡਾਈਟ ਈਜ਼ੀ ਦੱਸ ਦੂਗਾ ਤੇ ਉਹ ਚੀਜ਼ ਮੈਨੂੰ ਕਾਫੀ ਵਧੀਆ ਲੱਗੀ ਮੈਂ ਕਾਫੀ ਹੰਬਲੀ ਉਸ ਚੀਜ਼ ਨੂੰ ਲਿਆ ਤੇ ਮੈਂ ਉਹਨਾਂ ਨੂੰ ਜੋ ਜਿੱਥੋਂ ਤੱਕ ਹੈਲਪ ਕਰ ਸਕਦਾ ਸੀ ਉਹਨਾਂ ਦੇ ਸਟੂਡੈਂਟਸ ਦੀ ਮੈਂ ਕੀਤੀ ਈਵਨ ਥੋ ਉਹਨਾਂ ਨੂੰ ਆਪ ਇਹ ਚੀਜ਼ ਰੈਲਾਈਜ਼ਡ ਸੀਗੀ ਕੋਚ ਨੂੰ ਕਿ ਕੋ ਮੈਨੂੰ ਪਤਾ ਸੀ ਉਹ ਜਿਸ ਤਰੀਕੇ ਨਾਲ ਮੇਰੇ ਨਾਲ ਗੱਲ ਕਰ ਰਿਹਾ ਉਹਨਾਂ ਨੂੰ ਰੀਅਲਾਈਜੇਸ਼ਨ ਸੀਗੀ ਕਿ ਮੈਂ ਇਹਦੇ ਨਾਲ ਇਦਾਂ ਕੀਤੀ ਸੀ ਬਟ ਇਟਸ ਓਕੇ ਚਲੋ ਏਜ ਫੈਕਟਰ ਵੀ ਹੈਗਾ ਔਰ ਠੀਕ ਆ ਪ੍ਰਮਾਤਮਾ ਨੇ ਉਸ ਮੁਕਾਮ ਤੇ ਲਿਆ ਕੇ ਖੜੇ ਕੀਤਾ ਆਪਾਂ ਨੂੰ ਕਿ ਆਪਾਂ ਕਿਸੇ ਦੀ ਮਦਦ ਕਰ ਸਕਦੇ ਆ ਤੇ ਆਪਾਂ ਉਹ ਖੁਸ਼ੀ ਖੁਸ਼ੀ ਉਹ ਕੰਮ ਕਰੀਦਾ ਜੀ ਲਓ ਫਿਰ ਬਾਈ ਆਪਾਂ ਹੁਣ ਨਾਲ ਗੱਲਬਾਤ ਕਰਨੀ ਆ ਕਸਰਤ ਦੇ ਉੱਤੇ ਖਾਣਕ ਦੇ ਉੱਤੇ ਤੇ ਆਪਾਂ ਜਿਵੇਂ ਠੇਠ ਪੰਜਾਬੀ ਚ ਕਹਾਂ ਤਾਂ ਦੇੜਨੀ ਆ মিਥਾ توڑਦੀਆਂ ਕੁਝ ਮਿੱਥਾ ਨਹੀਂ ਕਿ ਐਂ ਕਰੀਏ ਤਾਂ ਐਂ ਹੋ ਜਾਂਦਾ ਐਂ ਕਰੀਏ ਤਾਂ ਐਂ ਹੋ ਜਾਂਦਾ کئی ਮੁੰਡੇ ਜਿੰਮ ਲਾਉਣਾ ਚਾਹੁੰਦੇ ਨੇ ਉਹ ਕਿਸੇ ਡਰਦ ਦੇ ਕਰਕੇ ਕਿਸੇ ਭਲੇਖਿਆਂ ਦੇ ਕਰਕੇ ਹੀ ਮੂਰਦੀ ਲੰਘ ਜਾਂਦੇ ਨੇ ਸੋਚਦੇ ਨੇ ਯਾਰ ਜੀਤਾ ਕਰਦਾ ਕਰਦੇ ਨਹੀਂ ਮੰਦੇ ਉਹ ਸਾਡਾ ਫਲਾਣਾ ਰਿਸ਼ਤਦਾਰ ਕਹਿੰਦਾ ਇੱਧਰ ਨਾ ਜਾਈ ਯਾਰ ਐਂ ਕਰਕੇ ਐਂ ਹੋ ਜਾਊਗਾ ਉਹ ਸਾਰਾ ਕੁਝ ਆਪਾਂ ਅੱਜ ਦੱਸਣਾ ਵੀ ਕੀ ਸਹੀ ਹੈ ਤੇ ਕੀ ਗਲਤ ਹੈ ਸਭ ਤੋਂ ਪਹਿਲਾਂ ਤੁਸੀਂ ਜੀਰੋ ਸ਼ੁਰੂਆਤ ਕੀਤੀ ਕਿਹੜੀ ਖਰਾਕ ਨਾਲ ਕੀਤੀ ਤੇ ਕਿਦਾਂ ਦੀ ਕਸਰਤ ਨਾਲ ਕੀਤੀ ਮੈਂ ਸ਼ੁਰੂ ਕੀਤੀ ਸੀ ਜਦੋਂ ਮੈਂ 16 ইয়ার্স 올 ਸੀ ਤੇ ਖੁਰਾਕ ਮੇਰੀ ਨਾਰਮਲ ਸੀਗੀ ਜਿਦਾਂ ਆਪਣੇ ਪੰਜਾਬੀ ਘਰਾਂ ਚ ਹੁੰਦੀ ਆ ਲਾਈਕ ਦਾਲ ਰੋਟੀ ਨਾਰਮਲ ਜੋ ਚੱਲਦਾ ਸੀਗਾ ਹੌਲੀ ਹੌਲੀ ਫਿਰ ਇਹ ਚੀਜ਼ਾਂ ਕਾਮਨ ਜਿਹੜੀਆਂ ਆਪਾਂ ਯੂਜ਼ ਕਰਦੇ ਆ ਚਿਕਨ ਐਂਡ ਐਗਸ ਇਹ ਚੀਜ਼ਾਂ ਮੈਂ ਥੋੜਾ ਵੈਸਟਰਨ ਫੂਡ ਜ਼ਿਆਦਾ ਪ੍ਰਿਫਰ ਕਰਨਾ ਸ਼ੁਰੂ ਤੋਂ ਹੀ ਮੇਰੀ ਰਹੀ ਹੈ ਤੇ ਮੇਰੇ ਲਈ ਮਤਲਬ ਮੇਰੇ ਦਾਦਾ ਜੀ ਤੇ ਮੇਰੇ ਚਾਚਾ ਜੀ ਇਹ ਕਾਫੀ ਮੈਨੂੰ ਹੈਲਪ ਕਰਦੇ ਸੀ ਇਹਨਾਂ ਚੀਜ਼ਾਂ ਦੇ ਵਿੱਚ ਮੈਨੂੰ ਕਹਿ ਦੇਣਾ ਲਾਈਕ ਛੋਟੀ ਏਜ ਸੀਗੀ ਮੈਨੂੰ ਦੱਸ ਦੇਣਾ ਕਿ ਕੀ ਕੀ ਆ ਹੈਗਾ ਐਗਸ ਵਗੈਰਾ ਖਾ ਲਓ ਚਿਕਨ ਖਾ ਲਓ ਇਹਨੂੰ ਇਦਾਂ ਬਣਾ ਲਾ ਮੇਨਲੀ ਆਹੀ ਚੱਲਦਾ ਸੀਗਾ ਰੋਟੀਆਂ ਰਾਈਸ ਐਗਸ ਚਿਕਨ ਬੇਸਿਕ ਫੂਡ ਜਿਹੜਾ ਹੁੰਦਾ ਸੀ ਹੂੰ ਸਾਡੇ ਨਾਲ ਇੱਕ ਟੀਮ ਮੈਂਬਰ ਹੈ ਗੁਰਸੇਵਕ ਉਹ ਸਾਡੇ ਨਾਲ ਜਦੋਂ ਜਿਮ ਦੇ ਵਿੱਚ ਜਾਂਦੇ ਆ ਨਾ ਤਾਂ ਉਹ ਜਾਨ ਸਰ ਕਹਿੰਦੇ ਬਸ ਇਕੱਲੇ ਢਿੱਡ ਤੇ ਹੀ ਕੰਮ ਕਰਨਾ ਤੇ ਬਸ ਕਰਦੇ ਵੀ 20 25 ਮਿੰਟ ਇਕੱਲੇ ਢਿੱਡ ਤੇ ਹੀ ਆ ਕੰਮ ਅਸਲ ਵਿੱਚ ਮਟਾਪਾ ਘਟਾਉਣ ਦਾ ਜਾਂ ਕਹਿ ਲਈਏ ਕਿ ਫਿੱਟ ਕਰਨ ਦਾ ਇੱਕ ਸੌਖਾ ਜਿਹਾ ਤੇ ਸਿੱਧਾ ਜਿਹਾ ਫਾਰਮੂਲਾ ਕੀ ਹੈ ਬੇਸਿਕ ਤਰੀਕਾ ਜੀ ਢੇਟ ਨੂੰ ਘਟਾਉਂਦਾ ਇਹੀ ਆ ਪਹਿਲਾਂ 80% ਮੇਰੇ ਹਿਸਾਬ ਦੇ ਨਾਲ ਡਾਈਟ ਕੰਮ ਕਰਦੀ ਆ ਬਾਕੀ 20% ਹੁੰਦਾ ਜਿਹੜਾ ਕਿ ਉਹ ਵਰਕਆਊਟ ਕਰਦਾ ਕਿਉਂਕਿ ਤੁਸੀਂ 2-3 ਘੰਟੇ ਜਿਮ ਵਿੱਚ ਲਗਾ ਰਹੇ ਹੋ ਉਹ ਉਹ ਬੰਦਾ ਖੁਦ ਸੋਚ ਕੇ ਦੇਖੇ ਕਿ 2 ਘੰਟੇ ਮੈਟਰ ਕਰਦੇ ਆ ਜਾਂ 24 ਘੰਟਿਆਂ ਦੇ ਵਿੱਚੋਂ ਜਿਹੜੇ ਪਿੱਛੇ 22 ਘੰਟੇ ਰਹਿ ਗਏ ਉਹ ਮੈਟਰ ਕਰਦੇ ਆ ਹਾਂ ਸੋ 2 ਘੰਟੇ ਤੁਸੀਂ ਵਰਕਆਊਟ ਕਰ ਰਹੇ ਹੋ ਬਹੁਤ ਅੱਛੀ ਗੱਲ ਹੈ ਪਰ ਉਸ ਤੋਂ ਬਾਅਦ ਜੇ ਤੁਸੀਂ ਜਾ ਕੇ ਕਹਿ ਰਹੇ ਹੋ ਵੀ ਮੈਂ ਬ੍ਰੇਕਫਾਸਟ ਚ ਛੋਲੇ ਭਟੂਰੇ ਕਰਨਾ ਤੇ ਫਿਰ ਉਹ ਕੋਈ ਬੰਦਿਆਂ ਵਾਲੀ ਗੱਲ ਤਾਂ ਹੈ ਨਹੀਂ ਰੇੜੀ ਤੇ ਖੜਾ ਆਪਾਂ ਕਹਿੰਦੇ ਆ ਲਾਸ ਵਰਗੀਆਂ ਫਿਰ ਉਹ ਮੈਗੀ ਖਾਈ ਜਾਂਦਾ ਹੁੰਦਾ ਮੇਰੇ ਕੋਲ plate ਬਲੇਟ ਕੇ ਤੂੰ ਕਹਿੰਦਾ ਤੜਕੇ ਹੱਥ ਨੇ ਜਮ ਵੀ ਜਾਣਾ ਹਾਂਜੀ ਸੋ ਉਹ ਚੀਜ਼ਾਂ ਇਹ ਡਿਸਪਲਿਨ ਹੁੰਦਾ ਕਿ ਪ੍ਰੋਪਰ ਜਿਹੜੇ ਨਿਊਟ੍ਰੀਐਂਟਸ ਸਬਾਡੀ ਨੂੰ ਚਾਹੀਦੇ ਆ ਮਸਲ ਨੂੰ ਤੋੜਿਆ ਤਾਂ ਉਹਦੇ ਲਈ ਪ੍ਰੋਟੀਨ ਚਾਹੀਦਾ એનર્ਜੀ ਲੂਜ਼ ਹੋਈ ਹੈ ਉਹਦੇ ਲਈ ਕਾਰਬੋਹਾਈਡਰੇਟ ਚਾਹੀਦੇ ਆ ਤੁਹਾਡਾ ਜੋੜਾਂ ਦਾ ਜ਼ੋਰ ਲੱਗਿਆ ਜਿਹੜਾ ਉਹਦੇ ਵਾਸਤੇ ਤੁਹਾਨੂੰ ਫੈਟਸ ਚਾਹੀਦੀਆਂ ਹੂੰ ਬਾਕੀ ਛੋਟੇ ਮੋਟੇ ਜਿਹੜੇ ਮਿਨਰਲ ਵੀ ਵਿਟਾਮਿਨਸ ਹੁੰਦੇ ਹੈਗੇ ਉਹ ਤਾਂ ਇੰਪੋਰਟੈਂਟ ਹੈਗੇ ਹੈਗੇ ਆ ਕਾਰਡੀਓ ਨੂੰ ਲੈ ਕੇ ਜਾਂ ਕਹਿ ਦੀਏ ਕੀ ਭੱਜ ਦੌੜ ਨੂੰ ਲੈ ਕੇ ਦੋ ਤਰੀਕੇ ਦੀ ਮਿੱਥ ਹੈ ਕੁਝ ਬੰਦੇ ਕਹਿੰਦੇ ਕਿ ਕਾਰਡੀਓ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਵੇਟ ਲਿਫਟਿੰਗ ਕਰਦੇ ਹੋ ਤਾਂ ਕਹਿੰਦੇ ਉਹ ਗੱਲ ਜੀ ਨਹੀਂ ਬੰਦਦੀ ਫਿਰ ਡਾਲੇ ਢਲ ਜਾਂਦੇ ਨੇ ਇੱਕ ਗੱਲ ਕੁਝ ਕੁ ਬੰਦੇ ਕਹਿੰਦੇ ਆ ਕਿ ਯਾਰ ਕਾਰਡੀਓ ਨਾ ਜਿਮ 'ਚ ਜਾਣਸਰ ਨਹੀਂ ਕਰਨੀ ਚਾਹੀਦੀ ਜਿਮ ਲਾ ਕੇ ਜਦੋਂ ਅਸੀਂ ਮੁੜਦੇ ਹਾਂ ਉਦੋਂ ਅੱਧੇ ਘੰਟੇ ਦਾ ਸ਼ਡਿਊਲ ਆ ਰੱਖੋ ਅਸਲ ਵਿੱਚ ਇਹ ਮੈਥ ਦੇ ਵਿੱਚ ਸੱਚ ਕੀ ਹੈ ਕੀ ਸਹੀ ਹੈ ਤੇ ਕੀ ਗਲਤ ਹੈ ਆਲਮੋਸਟ ਇਹ ਦੋਨੇ ਗੱਲਾਂ 50% ਸੱਚ ਕਈ ਬodies ਦੇ ਲਈ ਬੈਟਰ ਹੁੰਦੀਆਂ ਇਹ ਨਾ ਕਈਆਂ ਦੇ ਲਈ ਇਹ ਜਿਹਦਾ ਇਦਾਂ ਕੰਮ ਨਹੀਂ ਕਰਦੀਆਂ ਵੈਰਸ ਜਦੋਂ ਆਪਾਂ ਕਾਰਡੀਓ ਦੀ ਗੱਲ ਕਰ ਰਹੇ ਹਾਂ ਕਾਰਡੀਓ ਬਹੁਤ ਇੰਪੋਰਟੈਂਟ ਆ ਜਿੱਦਾਂ ਆਪਾਂ ਮਸਲ ਦੇ ਲਈ ਕੰਮ ਕਰ ਰਹੇ ਹਾਂ ਬੇਸਿਕਲੀ ਆਪਾਂ ਜੇ ਵੇਟ ਲਿਫਟ ਕਰਦੇ ਹਾਂ ਤਾਂ ਉਹਦਾ ਮਤਲਬ ਆਪਾਂ ਮਸਲ ਬਿਲਡ ਕਰ ਰਹੇ ਹਾਂ ਆਪਦਾ ਮਸਲ ਤੋੜ ਰਹੇ ਹਾਂ ਰਿਪੇਅਰ ਹੋਊਗਾ ਤਾਂ ਉਹ ਬਿਲਡ ਅਪ ਹੋਊਗਾ ਬਿਲਕੁਲ ਪਰ ਇੰਟਰਨਲ ਆਰਗਨਸ ਦੇ ਲਈ ਆਪਾਂ ਨਹੀਂ ਕੁਝ ਕਰ ਰਹੇ ਲਾਈਕ ਹਾਰਟ ਆ ਹਾਰਟ ਹੈਲਥ ਆ ਜਿਹੜੀ ਆਪਣੀ ਉਹ ਕਾਰਡੀਓ ਵੈਸਕੂਲਰ ਹੈਲਥ ਆ ਉਹਨੂੰ ਤੁਸੀਂ ਜਿੱਦਾਂ ਕਾਰਡੀਓ ਕਰਦੇ ਹੋ ਭੱਜ ਰਹੇ ਹੋ ਕੋਈ ਵੀ ਤਰ੍ਹਾਂ ਦੀ ਕੋਈ ਛਾਲਾਂ ਵਗੈਰਾ ਮਾਰ ਰਹੇ ਹੋ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨ ਇਹ ਵੀ ਕਾਰਡੀਓ ਹੁੰਦੀ ਆ ਇਹ ਚੀਜ਼ਾਂ ਜੇ ਤੁਸੀਂ ਨਹੀਂ ਕਰਦੇ ਉਹ ਇੰਪੈਕਟ ਕਰਦੀਆਂ ਡਾਇਰੈਕਟਲੀ ਓਨ ਯਰ ਹਾਰਟ ਹੈਲਥ ਕਿਉਂਕਿ ਆਪਾਂ weight lift ਕਰ ਰਹੇ ਆ ਆਪਾਂ ਸਿਰਫ ਉਹ ਹਾਰਟ ਹੈਲਥ ਲਈ ਨਹੀਂ ਕੁਝ ਕਰ ਰਹੇ ਹਮ ਐਂਡ weight lifting ਕੱਲੀ ਇੰਨੀਆਂ ਕੈਲਰੀਜ਼ ਬਰਨ ਨਹੀਂ ਕਰਦੀ ਜਿੰਨੀਆਂ ਕਿ ਕੈਲਰੀਜ਼ ਇੱਕ ਕਾਰਡੀਓ ਬਰਨ ਕਰਦੀ ਸੋ ਜੇ ਪੇਟ ਘਟਾਉਣਾ weight lifting ਆਪਾਂ ਕਰ ਲਈ ਆ ਮਸਲ ਤੋੜ ਲਿਆ ਆਪਾਂ ਪਰ ਉਹ ਮਸਲ ਨੂੰ ਦੇਖਣਾ ਤਾਂ ਹੈਗਾ ਆਪਾਂ ਉਹਦੇ ਉੱਪਰ ਇੱਕ ਫੈਟ ਦੀ ਲੇਅਰ ਆ ਉਹ ਲੇਅਰ ਨੂੰ ਬਰਨ ਅਪ ਕਰਨ ਦੇ ਲਈ ਆਪਾਂ ਕਾਰਡੀਓ ਕਰਨੀ ਆ ਜਿਹੜੀ ਕਿ ਵੇਟ ਲਿਫਟਿੰਗ ਨਾਲੋਂ ਜ਼ਿਆਦਾ ਕੈਲਰੀਜ਼ ਬਰਨ ਕਰਦੀ ਆ ਹੂੰ ਸੋ ਇਹ ਇੱਕ ਬੇਸਿਕ ਕਨਸੈਪਟ ਹੁੰਦਾ ਕਿ ਕਾਰਡੀਓ ਆਪਾਂ ਨੂੰ ਕਰਨੀ ਚਾਹੀਦੀ ਆ ਉਹ ਗੋਲ ਟੂ ਗੋਲ ਡਿਪੈਂਡ ਕਰਦਾ ਜੇ ਕੋਈ ਗੇਨਿੰਗ ਕਰ ਰਿਹਾ ਤਾਂ ਉਹ ਨਾਰਮਲ ਰੱਖੇ ਜੇ ਕਟਿੰਗ ਕਰ ਰਿਹਾ ਤਾਂ ਉਹਨੂੰ ਐਕਸੈਸਿਵ ਕਾਰਡੀਓ ਦੀ ਲੋਡ ਹੈਗੀ ਆ ਨਹੀਂ ਪਹਿਲਾਂ ਤੇ ਬਾਅਦ ਵਾਲਾ ਕੀ ਫਾਰਮੂਲਾ ਹੈ ਕਿ ਪਹਿਲਾਂ ਕਰਨੀ ਚਾਹੀਦੀ ਆ ਕਿ ਬਾਅਦ ਵਿੱਚ ਕਰਨੀ ਚਾਹੀਦੀ ਆ ਇਹ ਚੀਜ਼ ਜੇ ਪਰਸਨਲ opinion ਦੇਖੀਏ ਮੇਰਾ ਤਾਂ ਮੈਂ ਕਹਿਣਾ ਕਿ ਖਾਲੀ ਪੇਟ ਮਾਰਨਿੰਗ ਕਰਨੀ ਚਾਹੀਦੀ ਆ ਔਰ 90% professionl bodybuilders ਤੇ coaches ਆ ਜਿਹੜੇ ਉਹ ਇਸ ਚੀਜ਼ ਤੇ ਬਿਲੀਵ ਕਰਦੇ ਆ ਕਿ ਖਾਲੀ ਪੇਟ ਕਰਨੀ ਚਾਹੀਦੀ ਆ ਜਸਟ ਬਿਕੋਜ਼ ਕਿ ਜਿਹੜੀ ਮਾਰਨਿੰਗ ਦੇ ਵਿੱਚ ਆਪਣੀ ਬੋਡੀ ਕੈਟਾਬੋਲਿਕ ਸਟੇਟ ਵਿੱਚ ਹੁੰਦੀ ਆ ਕੈਟਾਬੋਲਿਕ ਦਾ ਮਤਲਬ ਆ ਮਸਲ ਬ੍ਰੇਕਿੰਗ ਸਟੇਜ ਕਿਉਂਕਿ 8-9 ਘੰਟੇ ਆਪਾਂ ਸੁੱਤੇ ਆ ਆਪਣੀ ਬੋਡੀ ਆ ਜਿਹੜੀ ਉਹ ਕੈਟਾਬੋਲਿਕ ਸਟੇਟ ਚਾ ਮਸਲ ਤੋੜ ਰਹੀ ਆ ਉਹਨੂੰ ਖਰਾਕ ਨਹੀਂ ਮਿਲੀ 8 ਘੰਟਿਆਂ ਦੀ ਹੂੰ ਉਸ ਟਾਈਮ ਤੇ ਅਗਰ ਬੰਦਾ ਵਰਕਆਊਟ ਕਰਦਾ ਕਾਰਡੀਓ ਸਟੈਡੀ ਸਟੇਟ ਕਾਰਡੀਓ ਜਿੱਦਾਂ ਕਿ ਇਨਕਲਾਈਨ ਕਰਕੇ ਆਪਾਂ ਟ्रेडਮਿਲ ਕਰ ਲਈ ਔਰ ਵੀ ਡੂ ਸਟੇਅਰ ਮਾਸਟਰ ਇਹ ਚੀਜ਼ਾਂ ਉਹ ਜ਼ਿਆਦਾ ਇੰਪੈਕਟ ਕਰਦੀਆਂ ਉਹ ਫੈਟ ਜ਼ਿਆਦਾ ਬਰਨ ਹੁੰਦੀ ਆ ਕਿਉਂਕਿ એનર્ਜੀ ਬਾਡੀ ਚ ਹੈ ਹੀ ਨਹੀਂ ਆਪਾਂ ਬਰਨ ਕਰਦੇ ਆ ਫੈਟ ਪ੍ਰਾਇਮਰਲੀ ਬਾਡੀ ਫੈਟ ਨੂੰ ਟਾਰਗੇਟ ਕਰ ਰਹੀ ਆ ਫੈਟ ਚੋ એનર્ਜੀ ਲੈ ਰਹੀ ਆ ਬਰਨ ਕਰਨ ਦੇ ਲਈ ਆ ਫੈਟ ਮਾਰਨਿੰਗ ਜ਼ਿਆਦਾ ਬਰਨ ਹੋਊਗੀ। ਉਹੀ ਬੰਦਾ ਜੇ ਸ਼ਾਮ ਨੂੰ ਕਾਰਡੀਓ ਕਰਦਾ ਤਾਂ ਜਿਹੜਾ ਤੁਸੀਂ ਸਾਰੇ ਦਿਨ ਦਾ ਖਾਦਾ ਹੂੰ ਥਰੋਅਆਊਟ ਦਾ ਡੇ ਤੁਸੀਂ ਰੋਟੀ ਖਾਧੀ ਆ ਰਾਈਸ ਖਾਦੇ ਆ ਉਹ ਚੀਜ਼ਾਂ ਤੋਂ ਪਹਿਲਾਂ એનર્ਜੀ ਉਹਨਾਂ ਦੀ ਬਰਨ ਹੋਊਗੀ। ਫੈਟ ਵੱਲ ਬੋਡੀ ਜਿਹੜੀ ਸਟੋਰ ਪਈ ਆ ਉਹਦੇ ਵੱਲ ਬਾਅਦ ਵਿੱਚ ਆਊ। ਹੂੰ ਕਿ ਪਹਿਲਾਂ ਜੋ ਖਾਦਾ ਉਹਨੂੰ ਬਰਨ ਕਰੀਏ। ਫੈਟ ਬੋਡੀ ਦੇ ਲਈ ਬਹੁਤ ਵਧੀਆ ਚੀਜ਼ ਆ। ਇੱਕ ਐਮਰਜੈਂਸੀ ਰਿਜ਼ਰਵ ਆ ਬੋਡੀ ਦੇ ਲਈ ਕਿ ਕੱਲ ਨੂੰ ਆਪਾਂ ਸਟਾਰਵੇਸ਼ਨ ਤੇ ਜਾਂਦੇ ਆ। ਆਪਣੇ ਸਰੀਰ ਨੂੰ ਖਾਣਾ ਨਹੀਂ ਮਿਲਦਾ ਡੂ ਟੂ ਐਨੀ ਟਰਾਜਿਕ ਸਿਚੁਏਸ਼ਨ ਤੇ ਆਪਣੀ ਬਾਡੀ ਦਾ ਇਹ ਐਮਰਜੈਂਸੀ ਰਿਜ਼ਰਵ ਆ ਜਿੱਦਾਂ ਆਪਣੇ ਘਰਾਂ ਵਾਸਤੇ ਇਨਵਰਟਰ ਵਾਲਾ ਬੈਟਰੀ ਆ ਕੰਮ ਕਰਦਾ ਉਸ ਤਰੀਕੇ ਨਾਲ ਫੈਟ ਕਮ ਕਰਦੀ ਆ ਆਪਣੀ ਬਾਡੀ ਨੂੰ એનર્ਜੀ ਦੇਣ ਦੇ ਲਈ ਮਾਈਂਡ ਨੂੰ ਵੀ એનર્ਜੀ ਦੇਊਗੀ ਫੈਟ ਤੇ ਫੈਟ throughout the day ਜੋ ਵੀ ਕੰਮ ਕਰਨਾ ਉਹ ਵੀ ਜਦੋਂ ਆਪਾਂ ਬਾਹਰੋਂ ਨਹੀਂ ਕੁਝ ਖਾ ਰਹੇ ਹੂੰ ਮੇਨਲੀ ਮਹੀਨਾ ਦੋ ਮਹੀਨੇ ਬੰਦਾ ਮਰਦਾ ਨਹੀਂ ਜਿਹਦੇ ਵਿੱਚ ਜ਼ਿਆਦਾ ਫੈਟ ਆ ਤੇ ਜਿਹੜਾ ਲੀਨ ਪਿਆ ਉਹਨੂੰ 10 ਦਿਨ ਖਾਣਾ ਨਾ ਮਿਲੇ ਉਹ ਮਰ ਜੂ। ਹੂੰ ਬੋਡੀ ਨੇ ਕੰਮ ਕਰਨਾ ਫੈਟ ਨੇ ਕੰਮ ਕਰਨਾ ਔਨ ਸਰਵਾਈਵਲ ਬੇਸਿਸ। ਹੂੰ ਬੋਡੀ ਨੂੰ ਜਿਉਂਦੇ ਰਹਿਣ ਦਾ ਪਤਾ। ਬੋਡੀ ਨੇ ਕਿਸੇ ਦਾ 18 ਇੰਚ ਦਾ ਡੋਲਾ ਨਹੀਂ ਦੇਖਣਾ। ਓਕੇ। ਹੂੰ ਅੱਛਾ ਭਾਈ ਦੋ ਤਰੀਕੇ ਦੇ ਬੰਦੇ ਹੁੰਦੇ ਆ ਜਿਹੜੇ ਸ਼ਾਮ ਨੂੰ ਫੋਨ ਦੇ ਉੱਤੇ ਗੱਲ ਕਰਦੇ ਹੁੰਦੇ ਆ ਆਪਣੇ ਕਿਸੇ ਬੜੇ ਖਾਸਮ ਖਾਸ ਨਾਲ ਕਿ ਖੰਡ ਰੋਟੀ ਖਾ ਲਈ। ਤੁਸੀਂ ਖਾ ਲਈ। ਮੈਂ ਤਾਂ ਖਾ ਲਈ। ਦੁੱਧ ਪੀ ਲਿਆ ਨਾ ਤੁਸੀਂ ਉਹ ਵੀ ਪੁੱਛਦੇ ਆ ਕਿ ਤੁਹਾਡੀ ਮੱਝ ਮਿਲੀ ਤੇ ਕਿੰਨਾ ਦੁੱਧ ਦਿੰਦਾ ਤੇ ਕਿੰਨਾ ਨਹੀਂ ਦਿੰਦਾ ਉਹ ਐਂ ਕਰਦੇ ਕਰਦੇ ਰਾਤ ਦੇ 12:00 ਵਜੇ ਦਿੰਦੇ ਆ ਤੜਕੇ ਉਹਨੂੰ ਉਠਾਉਣੇ ਆ ਜਿਮ ਵਾਸਤੇ ਉਹ ਕਹਿੰਦੇ ਨਹੀਂ ਯਾਰ ਇਹ ਜਿਮ ਸ਼ਾਮ ਨੂੰ ਲਾਉਣੀ ਚਾਹੀਦੀ ਐ ਤੜਕੇ ਨਹੀਂ ਲਾਉਣੀ ਚਾਹੀਦੀ ਤੇ ਜਿਹੜੇ ਤੜਕੇ ਲਾਉਂਦੇ ਨੇ ਉਹ ਕਹਿੰਦੇ ਨਹੀਂ ਨਹੀਂ ਇਹ ਸ਼ਾਮ ਵਾਸਤੇ ਥੋੜਾ ਬਣੀ ਆ ਇਹ ਤਾਂ ਨਿਰਨੇ ਕਾਲ ਜੇ ਕਰਨ ਵਾਲੇ ਕੰਮ ਐ ਇਹ ਵੀ ਇੱਕ ਮਿਥ ਹੈ ਜਿਮ ਸ਼ਾਮ ਨੂੰ ਜਾਂ ਤੜਕੇ ਏ ਵੀ ਹੈਗਾ ਬਹੁਤ ਵੱਡੀ ਗੱਲ ਹੈ ਜੀ ਇਹ ਪਰ ਜੇ ਆਪਾਂ ਔਨ ਪ੍ਰੋਫੈਸ਼ਨਲ ਬੇਸਿਸ ਦੇਖੀਏ ਇੱਥੇ ਥੋੜੀ ਕੈਟੇਗਰੀਜ਼ੇਸ਼ਨ ਹੋ ਜਾਂਦੀ ਹੈ ਦੋ ਜਣਿਆਂ ਦੀ ਜੇ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਆ ਤਾਂ ਉਹ ਦੋਨੇ ਟਾਈਮ ਹੀ ਕਰੂ ਬਿਲਕੁਲ ਜੇ ਆਪਾਂ ਇੱਕ ਨਾਰਮਲ ਇਨਸਾਨ ਦੀ ਗੱਲ ਕਰੀਏ ਨਾਰਮਲ ਬੰਦਾ ਜਿਹਨੇ ਆਪਣੇ ਸਾਰੇ ਘਰ ਦੀਆਂ ਰਿਸਪੌਂਸਿਬਿਲਿਟੀਆਂ ਐਂਡ ਆਲ ਉਹ ਚੀਜ਼ਾਂ ਨੂੰ ਦੇਖਣਾ ਉਹ ਬੰਦੇ ਦੇ ਲਈ ਉਹਦੀ ਟਾਈਮਿੰਗ ਡਿਪੈਂਡ ਕਰਦੀ ਹੈ ਜੇ ਉਹ ਮਾਰਨਿੰਗ ਵਿੱਚ ਵਧੀਆ ਕਰ ਪਾ ਰਿਹਾ ਮਾਰਨਿੰਗ ਚ ਕਰੋ ਜੇ ਉਹ ਸ਼ਾਮ ਨੂੰ ਉਹਦਾ ਟਾਈਮ ਲੱਗਦਾ ਸ਼ਾਮ ਨੂੰ ਕਰ ਲੇ ਐਕਸਰਸਾਈਜ਼ ਦਾ ਕੋਈ ਉਹ ਨਹੀਂ ਪਰ ਜੇ ਤੁਹਾਡਾ ਬਾਡੀ ਦਾ ਗੋਲ ਆ ਤੁਸੀਂ ਫੈਟ ਲਾਸ ਕਰਨੀ ਆ ਹਮ ਇਟ ਕਿਹਾ ਜਾਂਦਾ ਕਿ ਮਾਰਨਿੰਗ ਦੇ ਵਿੱਚ ਇਹ ਚੀਜ਼ ਬੈਟਰ ਹੁੰਦੀ ਆ ਜਿਹੜੀ ਚੀਜ਼ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਕੈਟਾਬੋਲਿਕ ਸਟੇਟ ਦੇ ਵਿੱਚ ਹੁੰਦੀ ਆ ਹਾਂ ਬਿਲਕੁਲ ਸ਼ਾਮ ਨੂੰ ਆਪਾਂ ਕਰਦੇ ਆ ਸ਼ਾਮ ਨੂੰ ਉਹ ਪਹਿਲਾਂ ਸਾਰੇ ਦਿਨ ਦੀ એનર્ਜੀ ਹੈ ਜਿਹੜੀ ਉਹ ਬਰਨ ਅਪ ਹੋਊਗੀ weight lifting ਵਾਸਤੇ ਸ਼ਾਮ ਦਾ ਜਿਹੜਾ ਤਰੀਕਾ ਸ਼ਾਮ ਨੂੰ ਐਕਸਰਸਾਈਜ਼ ਕਰਨ ਦਾ ਉਹ ਜ਼ਿਆਦਾ ਬੈਟਰ ਆ ਹੈਵੀ ਲਿਫਟ ਹੋ ਜਾਂਦਾ ਸ਼ਾਮ ਨੂੰ 100 ਨਿਰਨੇ ਕਾਲ ਜੇ ਲਿਫਟ ਕਰਨਾ ਹੂੰ ਖਾਲੀ ਪੇਟ ਕਵੰਟਲ ਕਵੰਟਲ ਮੋਢਿਆਂ ਤੇ ਰੱਖ ਕੇ ਉਠਾਂ ਬੈਠਾ ਨਹੀਂ ਹੁੰਦੀਆਂ ਜੀ ਹੂੰ ਸ਼ਾਮ ਨੂੰ ਜਦੋਂ ਆਪਾਂ ਕਰਦੇ ਆ ਉਦੋਂ ਇਹੀ ਚੀਜ਼ ਜੇ ਨਾਰਮਲ ਬੰਦਾ ਇੱਕ ਕਵੰਟਲ ਲਾਉਂਦਾ ਤਾਂ ਸ਼ਾਮ ਨੂੰ ਉਹੀ ਬੰਦਾ ਦੋ ਕਵੰਟਲ ਵੀ ਲਾ ਲੂਗਾ ਕਿਉਂਕਿ ਉਹਦੇ ਸਰੀਰ ਦੇ ਵਿੱਚ ਜਾਨ ਹੈਗੀ ਆ ਉਹਨੇ ਖਾਦਾ ਪੀਤਾ ਖਾਲੀ ਪੇਟ ਪਹਿਲਾਂ ਤਾਂ ਮਾਈਂਡ ਹੀ ਨਹੀਂ ਸੈੱਟ ਹੁੰਦਾ ਹੂੰ ਤਾਜ਼ਾ ਤਾਜ਼ਾ ਬੰਦਾ ਉੱਠਿਆ ਹੁੰਦਾ ਨਾਰਮਲ ਬੰਦਾ ਜੀਨੇ ਕੋਈ ਕੁਛ ਵੀ ਖਾਦਾ ਪੀਤਾ ਨਹੀਂ ਕੁਛ ਵੀ ਸਪਲੀਮੈਂਟ ਨਹੀਂ ਲਿਆ ਕੋਈ ਯੂਜ਼ ਨਹੀਂ ਕੀਤਾ ਖਾਲੀ ਪੇਟੋਂ ਨਾਰਮਲ ਜਾਂ ਸੁਸਤੀ ਜੀ ਵਾਲੀ ਜਿਮ ਲਾ ਕੇ ਆਓ ਹੂੰ ਸੋ ਇਹ ਚੀਜ਼ ਜ਼ਿਆਦਾ ਮੈਂ ਜ਼ਿਆਦਾ ਸ਼ਾਮ ਵਾਲੇ ਤਰੀਕੇ ਚ ਹੈਗਾ ਜੇ ਕਿਸੇ ਨੇ ਮਸਲ ਬਿਲਡ ਕਰਨਾ એનર્ਜੀ ਚਾਹੀਦੀ ਆ ਹੂੰ ਉਹ ਗੋਲ ਟੂ ਗੋਲ ਡਿਪੈਂਡ ਹੁੰਦਾ ਜੀਨੇ ਫੈਟ ਲਾਸ ਕਰਨੀ ਆ ਉਹ ਮਾਰਨਿੰਗ ਵੀ ਕਰ ਲੇ ਜਾਂ ਕੱਲਾ ਮਾਰਨਿੰਗ ਕਰ ਲੇ ਜ਼ਿਆਦਾ ਬੈਟਰ ਆ ਹੂੰ ਬਈ ਸ਼ਰਾਬ ਪੀਣ ਵਾਲੇ ਬੰਦੇ ਮੈਂ ਕਦੇ ਕਦਾ ਆਣੇ ਦੀ ਗੱਲ ਨਹੀਂ ਕਰਦਾ ਪਰ ਜਿਹੜੇ ਤੜਕੇ ਕਹਿੰਦੇ ਵੀ ਜਿੰਮ ਲਾਉਣੇ ਠੋਕ ਕੇ ਤੇ ਆਥਰ ਨੇ ਕਿਸੇ ਦੋਸਤ ਦਾ ਫੋਨ ਆ ਜਾਏ ਮਿਸ ਕਾਲ ਵੀ ਆ ਜਾਏ ਤਾਂ ਬੈਕ ਕਾਲ ਕਰਕੇ ਪੁੱਛ ਲੈਣੇ ਵੀ ਹਾਂ ਕਿੱਥੇ ਆਉਣਾ ਇਹ ਦੋਨੇ ਚੀਜ਼ਾਂ ਦਾ ਕੀ ਮੇਲ ਹੈ ਕਿ ਤੜਕੇ ਜਿੰਮ ਤੇ ਸ਼ਾਮ ਨੂੰ ਸ਼ਰਾਬ ਇਹਦਾ ਐਬਸੋਲੂਟਲੀ ਕੋਈ ਮੇਲ ਨਹੀਂ ਹੈਗਾ ਇਹ ਚੀਜ਼ ਇਦਾਂ ਆ ਕਿ ਜਿੱਦਾਂ ਜਿਹੜੀ ਐਲਕੋਹਲ ਆ ਉਹ ਤੁਹਾਡੀ ਬਾਡੀ ਦੇ ਵਿੱਚ ਜਿੰਨਾ ਟਾਈਮ ਪ੍ਰੈਜ਼ెంట్ ਰਹੂਗੀ ਉਹਨਾ ਟਾਈਮ ਤੁਹਾਡੀ ਬੋਡੀ ਨੇ ਕਿਸੇ ਵੀ ਤਰ੍ਹਾਂ ਦਾ ਨਿਊਟ੍ਰੀਐਂਟ ਡਾਈਜੈਸਟ ਨਹੀਂ ਕਰਨਾ ਹੂੰ ਆਪਾਂ ਆਮ ਇਹ ਚੀਜ਼ ਦੇਖਦੇ ਆਂ ਜਿਹੜਾ ਬੰਦਾ दारू ਪੀਂਦਾ ਉਹ ਜਦੋਂ ਨੈਕਸਟ ਡੇ ਉਹ ਮੰਨ ਲਓ ਸਾਰੇ ਦਿਨ ਪੀਤੀ ਆ 12 ਘੰਟੇ ਉਹਨੇ ਪੀ ਲਈ ਸੌਂ ਗਿਆ ਸਾਰਾ ਦਿਨ ਉਹਨੇ ਟਪਾਤਾ ਉਸ ਤੋਂ ਬਾਅਦ ਉਹਨੂੰ ਖੋ ਪੈਂਦੀ ਆ ਇੱਕੇ ਦਮ ਕੁਛ ਨਾ ਕੁਛ ਖਾਣ ਦੀ ਚਾਹਣਾ ਹੁੰਦੀ ਆ ਉਹ ਕੁਛ ਵੀ ਖਾ ਜਾਣਗੇ ਉਸ ਤੋਂ ਬਾਅਦ ਕੁਛ ਵੀ ਬਿਲਕੁਲ ਸ਼ਰਾਬੀ ਨੂੰ ਭੁੱਖ ਜ਼ਿਆਦਾ ਲੱਗਦੀ ਆ ਜੀ ਰੁੱਖੀਆਂ ਰੋਟੀਆਂ ਵੀ ਮਤਲਬ ਇੱਥੋਂ ਤੱਕ ਮੇਰੀ ਪਰਸਨਲ ਓਪੀਨੀਅਨ ਤੋਂ ਮੈਂ ਬਹੁਤ ਚੀਜ਼ਾਂ ਇਦਾਂ ਦੇਖੀਆਂ ਰੁੱਖੀਆਂ ਰੋਟੀਆਂ ਵੀ ਖਾ ਲੈਣਗੇ ਕਿਉਂਕਿ ਉਹ ਖਾ ਪੈ ਰਹੀ ਹੁੰਦੀ ਹੈ ਬਾਡੀ ਨੇ ਡਾਈਜੈਸਟਿਵ ਕੁਛ ਨਹੀਂ ਕੀਤਾ ਹੂੰ ਇਹ ਇਹ ਵੀ ਇੱਕ ਚੀਜ਼ ਆਮ ਦੇਖੀ ਜਾਂਦੀ ਹੈ ਕਿ ਜਿਹੜਾ ਹਲਕਾ ਫੁਲਕਾ ਹੁੰਦਾ ਨਾਰਮਲ ਲਾਈਕ ਜਿਵੇਂ ਆਪਾਂ ਪੁਜੀਆ ਖਾ ਲੈਨੇ ਆ दारू ਦੇ ਨਾਲ ਖਾਂਦੇ ਆ ਬਹੁਤ ਦੇ ਉਹ ਚੀਜ਼ਾਂ ਇੱਕ ਪੁਆਇੰਟ ਤੇ ਪਚ ਵੀ ਜਾਂਦੀਆਂ ਪਰ ਜੇ ਉਹਦੇ ਨਾਲ ਕੋਈ ਹੈਵੀ ਮੀਲ ਲਈ ਜਾਵੇ ਇੱਕ ਪਾਸੇ ਬੰਦਾ ਸ਼ਰਾਬ ਪੀ ਰਿਹਾ ਨਾਲ ਹੈਵੀ ਮੀਲ ਖਾ ਰਿਆ ਚਿਕਨ ਖਾ ਰਿਆ ਕੁਛ ਉਦਾਂ ਉਹ ਵੋਮਿਟ ਕਰੂਗਾ ਹੀ ਕਰੂਗਾ ਹੂੰ ਔਰ ਇਹ ਆਪਣੇ ਦਾ ਪੰਜਾਬੀ ਕਲਚਰ ਵਿੱਚ ਆਮ ਆਪ ਪੈਲੈਸਿਸ ਤੇ ਮੈਰिजਸ ਤੇ ਦੇਖਦੇ ਆਂ ਇਹ ਚੀਜ਼ ਹੂੰ ਉਹ ਇਸੇ ਗੱਲੋਂ ਹੁੰਦੀ ਹੈ ਕਿ ਐਲਕੋਹਲ ਕੋਈ ਵੀ ਚੀਜ਼ ਨੂੰ ਡਾਈਜੈਸਟ ਨਹੀਂ ਹੁੰਦਿੰਦੀ ਜਿੱਥੋਂ ਜਿਮ ਦਾ ਕੰਸਰਨ ਨਹੀਂ ਆਉਂਦਾ ਜਿਮ ਵੀ ਲਾਉਣੀ ਤੇ ਐਲਕੋਹਲ ਵੀ ਪੀਣੀ ਠੀਕ ਆ ਇੱਕ ਪੁਆਇੰਟ ਤੇ ਮੰਨ ਸਕਦੇ ਆਂ ਵੀ ਹਾਂ ਤੁਸੀਂ ਸੋਭਾ ਡਾਈਟ ਵਗੈਰਾ ਵਧੀਆ ਲਈ ਆ ਉਹ ਤੁਸੀਂ ਡਾਈਜੈਸਟ ਕਰ ਲਈ ਉਦੋਂ ਬਾਅਦ ਤੁਸੀਂ ਇੱਕ ਅੱਧਾ ਪੈਗ ਲਾ ਰਹੇ ਹੋ ਉੱਥੋਂ ਤੱਕ ਠੀਕ ਆ ਪਰ ਜੀ ਨੇ ਪੀਣੀ ਮਤਲਬ ਪੂਰੀ ਇੱਕ ਲੀਟਰ ਦੀ ਬੋਤਲ ਆ ਖੰਬੇ ਜਿੱਡੀ ਬੋਤਲ ਹਾਂ ਉਹ ਚੀਜ਼ ਉਹ ਉਹ ਨਹੀਂ ਫਿਰ ਕੁਝ ਕਰਨ ਲੱਗੀ ਕਿਉਂਕਿ ਬਾਡੀ ਨੇ ਕੁਝ ਡਾਈਜੈਸਟ ਨਹੀਂ ਕੀਤਾ ਫਿਰ ਤਾਂ ਉਹ ਦਿਨੋਂ ਦਿਨ ਮਤਲਬ ਉਹਦਾ ਇੱਕ ਸਿਮਿਲਰ ਟੂ ਏਡਸ ਵਾਲਾ ਪੇਸ਼ੈਂਟ ਵਾਲਾ ਕੰਮ ਹੋ ਜਾਂਦਾ ਵੀ ਉਹ ਦਿਨੋਂ ਦਿਨ ਪਿੱਚਕਦੇ ਹੀ ਜਾਂਦੇ ਆ ਸਪਲੀਮੈਂਟ ਦੀ ਬਾਈ ਗੱਲ ਕਰੀਏ ਲੱਜ ਫਿਰ ਬਾਈ ਆਪਾਂ ਮਿੱਥਾਂ ਹੀ ਤੋੜਨੀਆਂ ਬੰਦੇ ਕਹਿੰਦੇ ਹੋਣਗੇ ਕਿ ਕੋਈ ਪ੍ਰੋਫੈਸ਼ਨਲ ਜੀ ਗੱਲ ਲਓ ਔਖੀਆਂ ਔਖੀਆਂ ਗੱਲਾਂ ਕਿਉਂ ਨਹੀਂ ਕਰਦੇ ਔਖੀ ਗੱਲ ਨਹੀਂ ਕਰਲੀ ਸੌਖੇ ਤਰੀਕੇ ਨਾਲ ਹੀ ਦੱਸਿਓ ਸਪਲੀਮੈਂਟ ਦੋ ਤਰੀਕਿਆਂ ਦੇ ਵਿੱਚ ਮੈਂ ਰੱਖਦਾ ਇਹਨੂੰ ਆਪਣੀ ਛੋਟੀ ਜੀ ਸਮਝ ਦੇ ਵਿੱਚੋਂ ਇੱਕ ਉਹ ਜਿਹੜੇ ਖਾਣੇ ਦੇ ਤੌਰ ਤੇ ਲਏ ਜਾਂਦੇ ਆ ਇੱਕ ਉਹ ਜਿਹੜੇ ਨਸ਼ੇ ਦੇ ਤੌਰ ਤੇ ਲਏ ਜਾਂਦੇ ਆ ਪਹਿਲਾਂ ਖਾਣੇ ਵਾਲਾਂ ਦੀ ਗੱਲ ਕਰਾਂਗੇ ਠੀਕ ਡਾਕਟਰ ਕੋਲੇ ਜਾਂਦੇ ਆ ਅਸਲ ਵਿੱਚ ਸਾਰੇ ਡਾਕਟਰ ਨਹੀਂ ਕੁਝ ਕੁ ਡਾਕਟਰ ਕੁਝ ਕੁ ਘਰੇ ਬਣੇ ਡਾਕਟਰ ਕੁਝ ਕੁ ਰਿਸ਼ਤੇਦਾਰ ਡਾਕਟਰ ਕੁਝ ਕੁ ਦੋਸਤ ਡਾਕਟਰ ਇਹ ਸਾਰੇ ਡਾਕਟਰ ਹੀ ਹੁੰਦੇ ਨੇ ਉਹ ਕਹਿੰਦੇ ਨਾ ਨਾ ਯਾਰ ਉਹ ਪ੍ਰੋਟੀਨ ਨਾ ਲਿਆ ਕਰ ਇਹਦੇ ਨਾਲ ਤਾਂ ਕਿਡਨੀ ਗਈ ਸੋ ਗਈ ਸਭ ਤੋਂ ਪਹਿਲਾਂ ਪ੍ਰੋਟੀਨ ਤੇ BCA ਇਹ ਹੈ ਕਿ ਕਿਰਨੀਆਂ ਤੇ ਇਹਦੇ ਇਫੈਕਟ ਕਿੰਨੇ ਕ ਹੈ ਅਸਲੀ ਨਕਲੀ ਦਾ ਕੀ ਫਰਕ ਹੁੰਦਾ ਕਿਵੇਂ ਵਰਤਗੇ ਇਹਨੂੰ ਵਰਤਗੇ ਜਾਂ ਨਾ ਵਰਤਗੇ ਜੀ ਪਹਿਲਾਂ ਤਾਂ ਜੀ ਸਪਲੀਮੈਂਟਸ ਵਾਲੀ ਗੱਲ ਕਰਨ ਤੋਂ ਪਹਿਲਾਂ ਇੱਕ ਚੀਜ਼ ਆਪਾਂ ਇਹ ਕਲੀਅਰ ਕਰ ਲਈਏ ਕਿ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਪਾਣੀ ਵੀ ਆਪਾਂ ਉਹ ਵੀ ਐਕਸੈਸ ਪੀ ਲਾਂਗੇ ਤਾਂ ਬੋਡੀ ਦੇ ਵਿੱਚ ਜਿੰਨੇ ਆਪਣੇ ਮਿਨਰਲ ਸਾਰਾ ਕੁਝ ਹੁੰਦਾ ਉਹ ਇੰਬੈਲੈਂਸ ਹੋ ਜਾਂਦਾ ਕਿਉਂਕਿ ਇੱਕ ਚੀਜ਼ ਆਲਰੇਡੀ ਜ਼ਿਆਦਾ ਹੋਊਗੀ ਬਿਲਕੁਲ ਹੁਣ ਜਦੋਂ ਸਪਲੀਮੈਂਟਸ ਦੀ ਆਪਾਂ ਗੱਲ ਕਰਦੇ ਆਂ ਸਪਲੀਮੈਂਟਸ ਆਪਣੇ ਆਪ ਦੇ ਵਿੱਚ ਇੱਕ ਸ਼ਬਦ ਹੀ ਇਦਾਂ ਦਾ ਕਿ ਸਪਲੀਮੈਂਟਿੰਗ ਵੀ ਆਰ ਸਪਲੀਮੈਂਟਿੰਗ ਆਵਰ ਬਾਡੀ ਵਿਦ ਦਾ ਨਿਊਟ੍ਰੀਐਂਟਸ ਜਿਹੜੇ ਕੀ ਆਪਾਂ ਨੂੰ ਬਾਹਰੋਂ ਆਪਾਂ ਲੈ ਰਹੇ ਆਂ ਆਪਾਂ ਨੂੰ ਡਾਈਟ ਚੋਂ ਨਹੀਂ ਮਿਲ ਰਹੀ ਹੂੰ ਇਹ ਵੀ ਦੋ ਕੈਟੇਗੋਰਾਇਜ਼ ਹੁੰਦੀਆਂ ਬਾਡੀਜ਼ ਦੀਆਂ ਜਿਹਦਾ weight ਜ਼ਿਆਦਾ ਉਹਨੂੰ ਉਹ ਪ੍ਰੋਟੀਨ ਉਹਨਾਂ ਉਹਦੇ ਤੋਂ ਖਾਧਾ ਨਹੀਂ ਜਾ ਰਿਹਾ ਜੀ ਕਿਤੇ ਇੰਨਾ ਸਾਰਾ ਚਿਕਨ ਖਾਣਾ ਮੂੰ ਚੱਬ ਕੇ ਖਾਵਾਂਗੇ ਫਿਰ 30 ਗ੍ਰਾਮ ਪ੍ਰੋਟੀਨ ਮਿਲੂ ਹੂੰ ਕਿਤੇ 2 ਕੁੱਟਾ ਭਰੀਆਂ 30 ਗ੍ਰਾਮ ਮਿਲ ਗਿਆ ਹੂੰ ਇਹ ਬੰਦੇ ਲਈ ਉਹਦੇ ਲਈ ਜਿਹਦਾ weight ਜ਼ਿਆਦਾ ਉਹ ਬੰਦਾ ਡਾਈਟ ਲੈ ਰਿਆ ਬਾਹਰੋਂ ਬਾਹਰੋਂ ਪ੍ਰੋਟੀਨ ਲੈ ਰਿਆ ਹੂੰ ਦੂਜਾ ਬੰਦਾ ਉਹ ਜਿਹੜਾ ਬਹੁਤ ਬਿਜ਼ੀ ਆ ਉਹਦੇ ਸ케줄 ਦੇ ਵਿੱਚ ਉਹਨੂੰ ਬਣਾਉਣ ਦਾ ਟਾਈਮ ਨਹੀਂ ਉਹਨੂੰ ਖਾਣ ਦਾ ਟਾਈਮ ਨਹੀਂ ਜਿੱਦਾਂ ਬਹੁਤ ਤਕੜੇ ਮਲਟੀ ਮਿਲਿਨਰੀਜ਼ ਤਕੜੇ ਬੰਦੇ ਉਹ ਭੱਜਨ ਅੱਸੀ 'ਚ ਰਹਿੰਦੇ ਆ ਜਿਹਦੀ ਨੂੰ ਬਹਿ ਕੇ ਖਾਣ ਦਾ ਟਾਈਮ ਹੈ ਨਹੀਂ ਇਦਾਂ ਦੇ ਵੀ ਲੋਕ ਹੈਗੇ ਆ ਏਜੀ ਪਰ ਜਦੋਂ ਆਪਾਂ ਹੈਲਥ ਦੀ ਗੱਲ ਕਰਦੇ ਆ ਕਿ ਆਪਾਂ ਆਪਣੀ ਕਿਡਨੀਜ਼ ਤੇ ਲੀਵਰ ਤੇ ਕਿਸੇ ਤਰ੍ਹਾਂ ਦਾ ਪ੍ਰੋਟੀਨ ਸਟ्रेस ਪਾ ਰਿਹਾ ਇਦਾਂ ਦੀ ਕੋਈ ਵੀ ਚੀਜ਼ ਨਹੀਂ ਹੈ ਇਹ ਬਿਲਕੁਲ ਇੱਕ ਕੋਰਾ ਮਿਥਾ ਹਾਂ ਹਾਂ ਉੱਥੇ オリਜਿਨੈਲਿਟੀ ਤੇ ਆਥੈਂਟੀਸਿਟੀ ਦੀ ਗੱਲ ਜ਼ਰੂਰ ਕਰ ਸਕਦੇ ਆ ਕਿ ਜੇ ਆਪਾਂ ਨੂੰ ਜੋ ਸਪਲੀਮੈਂਟ ਆਪਾਂ ਲੈ ਰਹੇ ਆ ਆਪਾਂ ਨੂੰ オリਜਿਨਲ ਨਹੀਂ ਮਿਲ ਰਿਹਾ ਹਾਂ ਉਹ ਮਾੜਾ ਮਿਲ ਰਿਹਾ ਆਪਣੇ ਨਾਰਮਲ ਆਪਾਂ ਮੈਂ ਕੰਪਨੀ ਦਾ ਨਾਮ ਵੀ ਲੈ ਦਿੰਨਾ ਮੈਗਨਮ ਨਾਮ ਦਾ ਇੱਕ ਡੱਬਾ ਪ੍ਰੋਟੀਨ ਦਾ ਵਿਕਦਾ ਕਿੱਥੇ ਵੇਖਦਾ ਇੰਡੀਆ ਦੇ ਵਿੱਚ ਤੇ ਉਹਨੂੰ ਕਿਹਾ ਜਾਂਦਾ ਕਿ ਉਹ ਰੋਲੀ ਵਿੰਕਲਰ ਦਾ ਬ੍ਰਾਂਡ ਆ ਰੋਲੀ ਵਿੰਕਲਰ ਮਿਸਟਰ ਲੰਪੀਅਸ ਕੰਪੀਟ ਕਰਦਾ ਸੀ ਜੀ ਉਹ 4 404500 ਦਾ ਡੱਬਾ ਵੇਖਦਾ ਉਹਦੀ ਉਹ ਡੱਬਾ ਮਤਲਬ ਅੰਮ੍ਰਿਤਸਰ ਦਿੱਲੀ ਨਾਰਮਲ ਬੰਦ ਜਿਵੇਂ ਮਿੱਟੀ ਘੱਗਰ ਸੈਨ ਦੇ ਢਿੱਗ ਨਹੀਂ ਲੱਗੇ ਹੁੰਦੇ ਉਮੇ ਪ੍ਰੋਟੀਨ ਦਾ ਢਿੱਗ ਪਿਆ ਜਿਹੜਾ ਪਾਊਡਰ ਉਹਨੇ ਡੱਬੇ ਵਿੱਚ ਪਾਣਾ ਤੋਲ ਕੇ ਪਾਤਾ ਸੀਲ ਲਾ ਕੇ ਦੇਦਾ ਅੱਛਾ ਬੋਡੀ ਚ ਉਹਨੇ ਅਗਲੇ ਦੀ ਕੀ ਕੰਮ ਕਰਨਾ ਕੀਨੇ ਖਰੀਦਣਾ ਕਿਸੇ ਨੂੰ ਕੋਈ ਉਹਦੇ ਨਾਲ ਉਹ ਨਹੀਂ ਜਿਹੜੀ ਚੀਜ਼ ओरिजिनल ਨਹੀਂ ਉਹਨੇ ਤਾਂ ਮਾੜਾ ਅਸਰ ਪਾਉਣਾ ਹੀ ਪਾਉਣਾ ਬਿਲਕੁਲ ਪਰ ਉਹਦੇ ਨਾਲ ਜਿਹੜੀਆਂ ਸਹੀ ਚੰਗੀਆਂ ਚੀਜ਼ਾਂ ਹੈਲਥ ਦੇ ਲਈ ਮਿਲ ਰਹੀਆਂ ਉਹਨਾਂ ਤੇ ਵੀ ਕੁਐਸਚਨ ਖੜਾ ਹੋ ਜਾਂਦਾ ਆਟੋਮੈਟਿਕਲੀ ਕਿ ਇਹ ਮਾੜੀ ਆ ਇਹਨੇ ਸਟ्रेस ਪਾਉਣਾ ਲੀਵਰ ਤੇ ਮੈਂ ਫਰੋਮ 2017 ਮੈਂ ਯੂਜ਼ ਕਰ ਲਿਆ ਮੈਂ ਜਿਮ ਵਿੱਚੋਂ ਸਾਲ ਦੋ ਸਾਲ ਛੱਡ ਵੀ ਦਿੱਤੀ ਸੀ ਪਰ ਮੈਂ ਪ੍ਰੋਟੀਨ ਨਹੀਂ ਛੱਡਿਆ ਹੂੰ ਕਿਉਂਕਿ ਮੈਥੋਂ ਬੰਦਦਾ ਨਹੀਂ ਸੀਗਾ ਮੈਂ ਬਿਜ਼ੀ ਸੀ ਆਪਣੇ ਕੰਮਾਂ ਦੇ ਵਿੱਚ ਮੈਨੂੰ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ ਇਹਨਾਂ ਨੂੰ ਕੋਈ ਲੈਣ ਦਾ ਤਰੀਕਾ ਵੀ ਨਹੀਂ ਵਰਮਿੰਗ ਲੈ ਲਓ ਜਦੋਂ ਮਰਜ਼ੀ ਲੈ ਲਓ ਨਿਊਟ੍ਰੀਐਂਟਾਂ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਆ ਹਮਮ ਔਰ ਜਦੋਂ ਪ੍ਰੋਟੀਨ ਦੇ ਨਾਲ ਬੀ ਸੀ ਡਬਲਯੂ ਏ ਦੀ ਆਪਾਂ ਗੱਲ ਕਰਦੇ ਆ ਇਹ ਦੋਨੇ ਸਿਮਿਲਰ ਚੀਜ਼ਾਂ ਪ੍ਰੋਟੀਨ ਬਾਡੀ ਦੇ ਵਿੱਚ ਡਾਈਜੈਸਟ ਹੋਊਗਾ ਹਮ ਬੀ ਸੀ ਏ ਦੇ ਵਿੱਚ ਕਨਵਰਟ ਹੋ ਕੇ ਓਕੇ ਹੂੰ ਵੇਰ ਐਸ ਬੀ ਸੀ ਏ ਆਲਰੇਡੀ ਪ੍ਰੋਟੀਨ ਦੀ ਦੂਜੀ ਸਟੇਜ ਆ ਜੋ ਕਿ ਕਨਵਰਟਡ ਆ ਤੇ ਉਹ ਡਾਈਜੈਸਟ ਸਿੱਧਾ ਹੋ ਜੂਗਾ ਡਾਇਰੈਕਟਲੀ ਇਟ ਵਿਲ ਬੀ ਇਨ ਯੂਰ ਬਲੱਡ ਸਟ੍ਰੀਮ ਜੀ ਜਿੱਥੇ ਪ੍ਰੋਟੀਨ ਬੰਦੇ ਨੂੰ ਅਗਰ 200 ਗ੍ਰਾਮ ਚਾਹੀਦਾ ਉਹ ਪ੍ਰੋਟੀਨ ਪੂਰਾ ਹੋ ਰਿਹਾ ਸਰੀਰ ਦੇ ਵਿੱਚ ਹੂੰ ਬੀ ਸੀ ਏ ਦੀ ਜ਼ਰੂਰਤ ਨਹੀਂ ਪੈਂਦੀ ਆਮ ਬੰਦੇ ਨੂੰ ਬਾਡੀ ਬਿਲਡਰਸ ਦੇ ਲਈ ਉਹ ਬਹੁਤ ਐਡਵਾਂਸ ਗੱਲ ਆ ਉਹਦੀ ਆਪਾਂ ਗੱਲ ਨਾ ਕਰੀਏ ਤਾਂ ਚੰਗਾ ਹਾਂ ਬਿਲਕੁਲ ਬਿਲਕੁਲ ਸੌਖੀ ਜੀ ਗੱਲ ਹੀ ਕਰਦੇ ਆ ਬਈ ਮੇਰਾ weight 90 ਕਿਲੋ ਮੈਂ ਕਿੰਨੀਆਂ ਰੋਟੀਆਂ ਖਾਵਾਂ ਕਿ ਮੈਂ ਮੋਟਾ ਨਾ ਹੋਵਾਂ ਮੈਂ ਕਿੰਨੀਆਂ ਰੋਟੀਆਂ ਖਾਵਾਂ ਕਿ ਮੈਂ ਏਦੋਂ ਵੀ ਪਤਲਾ ਹੋ ਜਾ ਇੱਕ ਸਵਾਲ ਜੇਕਰ ਮੈਂ ਜਿਮ ਜਾਣਾ ਹੈ ਤੇ ਮੈਂ ਕਿੰਨਾ ਪ੍ਰੋਟੀਨ ਲਵਾਂ ਦੂਜਾ ਸਵਾਲ ਸਾਡੇ ਕਈ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਕਿ ਅਸਲ ਵਿੱਚ ਫੂਡ ਦੀ ਮਹੱਤਤਾ ਜਿਵੇਂ ਤੁਸੀਂ ਦੱਸ ਰਹੇ ਹੋ ਐਕਸਰਸਾਈਜ਼ ਤੋਂ ਵੀ ਵੱਧ ਹੈ ਵੀ ਉਹਨੂੰ ਅਸੀਂ ਮੇਨਟੇਨ ਕਿਵੇਂ ਕਰੀਏ ਤੇ ਉਹ ਤਾਂ ਫਾਰਮੂਲਾ ਸੌਖਾ ਤੇ ਸਿੱਧਾ ਜਿਹਾ ਹੈ ਕਿ ਇਹਦਾ ਇਹਦੀਆਂ ਇਕੁਏਸ਼ਨਸ ਬਹੁਤ ਆ ਬਹੁਤ ਪ੍ਰੋਫੈਸ਼ਨਲਸ ਨੇ ਆਪਣੀਆਂ ਆਪਣੀਆਂ ਇਕੁਏਸ਼ਨਸ ਦਿੱਤੀਆਂ ਜਿਹੜੀਆਂ ਇਕੁਏਸ਼ਨਸ ਜਿਹੜੇ ਤਕੜੇ ਬੋਡੀ ਬਿਲਡਿੰਗ ਕੋਚਸ ਹੈਗੇ ਆ ਉਹ ਯੂਜ਼ ਕਰਦੇ ਆ ਹੁਣ ਉਹਨਾਂ ਦੀ ਰੀਸ ਅਗਰ ਆਪਾਂ ਕਰੀਏ ਗੂਗਲ ਸਾਰਾ ਕੁਝ ਦੱਸ ਦਿੰਦਾ ਬਿਲਕੁਲ ਉਹਨਾਂ ਚੀਜ਼ਾਂ ਦੀ ਆਪਾਂ ਰੀਸ ਕਰੀਏ ਉਹ ਉਹ ਕਿਤੇ ਨਾ ਕਿਤੇ ਗਲਤ ਹੋ ਜਾਂਦੀਆਂ ਬਿਕੋਜ਼ ਉਹਨਾਂ ਦੀ ਜਿਹੜੀ ਨੌਲੇਜ ਆ ਉਹਨਾਂ ਦੀਆਂ ਜਿਹੜੇ ਐਕਸਪੀਰੀਅੰਸ ਪਰਸਨਲ ਐਕਸਪੀਰੀਅੰਸ ਇਸ ਆ ਬਹੁਤ ਹਾਈ ਆ ਆਪਣਾ ਇਕੁਏਸ਼ਨ ਆਪਾਂ ਬਣਾ ਕੇ ਆਪਦਾ ਡਾਈਟ ਪਲਾਨ ਸਾਰਾ ਬਣਾ ਲਾਂਗੇ ਜੀ ਪਰ ਉਹਨੂੰ ਹਾਊ ਟੂ ਚੇਂਜ ਥੈਟ ਆਫਟਰ 25 ਡੇਸ ਮੀਨ ਨਾ ਕਦੋਂ ਚੇਂਜ ਕਰਨਾ ਕਿਵੇਂ ਚੇਂਜ ਕਰਨਾ ਮੈਨਿਪੂਲੇਸ਼ਨ ਨਹੀਂ ਆਪਣੇ ਤੋਂ ਹੋ ਸਕ ਹੂੰ ਸਿੱਧਾ ਸਿੱਧਾ ਸਿੰਪਲ ਤਰੀਕਾ ਇਹ ਆ ਜੋ ਆਲਮੋਸਟ ਆਹੀ ਯੂਜ਼ ਹੁੰਦਾ 1 ਕਿਲੋ ਮਗਰ 2 ਗ੍ਰਾਮ ਪ੍ਰੋਟੀਨ ਬਾਡੀ ਨੂੰ ਚਾਹੀਦਾ ਤੇ ਇਹਦੇ ਲਈ ਬਹੁਤ ਐਪਲੀਕੇਸ਼ਨਸ ਆਨਲਾਈਨ ਵੀ ਪਈਆਂ ਹਰ ਬੰਦੇ ਕੋਲ ਆਈਫੋਨ ਆ ਸੋ ਐਪਲੀਕੇਸ਼ਨਸ ਬਹੁਤ ਹੈਗੀਆਂ ਜਿਹੜੀਆਂ ਕਿ ਆਪਣੀ ਫੂਡ ਦੀ ਜੋ ਸਟੈਟਿਸਟਿਕਸ ਆ ਉਹ ਦੱਸਦੇ ਆ ਜਿਦਾ ਮਾਈ ਫਿਟਨੈਸ ਪੈਲ ਆ ਉਹ ਐਪਲੀਕੇਸ਼ਨ ਆ ਉਹਦੇ ਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਫੂਡ ਪਾਉਣੀ ਆ ਇੰਨੇ ਗ੍ਰਾਮ ਪਾਉਣੀ ਆ ਉਹ ਉਹਦਾ ਆ ਜਾਂਦਾ ਕਿ ਇੰਨੇ ਕਾਰਬੋ ਇੰਨੇ ਫੈਟ ਆ ਇੰਨਾ ਪ੍ਰੋਟੀਨ ਆ ਦੇ ਵਿੱਚ ਜੀ ਨਾਰਮਲ ਬੰਦੇ ਨੂੰ ਪ੍ਰੋਟੀਨ 2 ਕਿਲੋ ਪਿੱਛੇ 2 ਗ੍ਰਾਮ ਜੀ ਜਿਹੜਾ ਕਾਰਬੋਹਾਈਡਰੇਟ ਆ ਕਾਰਬੋ ਡਿਪੈਂਡ ਕਰਦਾ ਬਾਡੀ ਤੇ ਗੋਲ ਦੇ ਹਿਸਾਬ ਨਾਲ ਹੂੰ ਜੇ ਤੁਹਾਡਾ ਗੋਲ ਗੇਨ ਕਰਨਾ ਤੁਸੀਂ ਸੇਮ ਐਸ ਪ੍ਰੋਟੀਨ ਰੱਖ ਸਕਦੇ ਹੋ 2 ਗ੍ਰਾਮ ਲੋਕ ਇਦੋਂ ਵੀ ਉੱਪਰ ਜਾਂਦੇ ਆ ਪਰ ਉਹ ਪ੍ਰੋਫੈਸ਼ਨਲ ਬਾਡੀ ਬਿਲਡਰ ਜਿੱਦਾਂ ਉਹ ਚੀਜ਼ਾਂ ਕਰਦੇ ਜੀ 2 ਗ੍ਰਾਮ ਤੱਕ ਆਪਾਂ ਨਾਰਮਲ ਰੱਖ ਸਕਦੇ ਹਾਂ ਜੇ ਆਪਾਂ ਲੀਨ ਜਾ ਰਹਿਣਾ ਵੀ ਥੋੜਾ ਜਿਹਾ ਨਾਰਮਲ ਰਵੇ ਤਾਂ ਆਪਾਂ ਉਹ ਘਟਾ ਲਿਆ ਉਹ 2 ਗ੍ਰਾਮ ਦੀ ਜਗ੍ਹਾ ਤੇ 1.5 ਗ੍ਰਾਮ ਕਰਤਾ 1 ਕਿਲੋ ਯਹਾਂ ਆਪਾਂ 1 ਗ੍ਰਾਮ ਕਰਤਾ ਹਮ ਪਰ ਮੇਨਲੀ ਜਿਹੜੀ ਇੰਡੀਅਨ ਡਾਈਟ ਆ ਪੰਜਾਬੀ ਡਾਈਟ ਆ ਜੀ ਇਟਸ ਮੇਨਲੀ ਕੰਸਿਸਟ ਆਫ ਕਾਰਬੋਹਾਈਡਰੇਟਸ ਆਪਾਂ ਕੀ ਖਾਂਦੇ ਆ ਰੋਟੀ ਬਿਲਕੁਲ ਕਾਦੇ ਨਾ ਖਾਂਦੇ ਆ ਆਲੂਆਂ ਦੀ ਸਬਜ਼ੀ ਨਾਲ ਹਾਂ ਆਲੂਆਂ ਚ ਕੀ ਆ ਕਾਰਬੋਹਾਈਡਰੇਟ ਫਿਰ ਐਸ ਰੋਟੀ ਨਾਲ ਪ੍ਰੋਟੀਨ ਵੀ ਹੋਵੇ ਕਿ ਤੁਸੀਂ ਥਾਲੀ ਬਣਾ ਰਹੇ ਆ ਜੀ ਚਾਰ ਰੋਟੀਆਂ ਪਈਆਂ ਹਮ ਨਾਲ ਉਹਦੇ ਤੁਸੀਂ ਰੈਤਾ ਪਾ ਲਿਆ ਚਲੋ ਉਹ ਡਾਈਜੈਸਟ ਕਰਦਾ ਖਾਣਾ ਵਧੀਆ ਗੱਲ ਆ ਜੀ ਸਬਜੀ ਤੁਸੀਂ ਲੈ ਰਹੇ ਹੋ ਆਲੂ ਮਟਰ ਹਮ ਉਹ ਵੀ ਕਾਰਬੋਹਾਈਡਰੇਟ ਆ ਉਹਦੇ ਉਸ ਥਾਲੀ ਦੇ ਵਿੱਚ ਪ੍ਰੋਟੀਨ ਕਿਉਂ ਨਹੀਂ ਹੈਗਾ ਹਮ ਚਿਕਨ ਆਪਣੇ ਬਹੁਤੇ ਲੋਕ ਨਹੀਂ ਖਾਂਦੇ ਆਪਾਂ ਰეკਮੈਂਡ ਵੀ ਨਹੀਂ ਕਰਦੇ ਨਾ ਖਾਓ ਬਹੁਤੇ ਆਪਣੇ ਲੋਕਾਂ ਦਾ ਅੰਮ੍ਰਿਤ ਛਕਿਆ ਹੋਇਆ ਉਹ ਚੀਜ਼ਾਂ ਅੱਛੀਆਂ ਨਹੀਂ ਆ ਪਰ ਆਪਾਂ ਨੂੰ ਤਾਂ ਰੱਬ ਦੀ ਦਾਤ ਦਿੱਤੀ ਹੋਈ ਆ ਪ੍ਰੋਟੀਨ ਦੇ ਵਿੱਚ ਜਿਹੜਾ ਆਪਾਂ ਖਾ ਸਕਦੇ ਆ ਪਨੀਰ ਹੂੰ ਹੁਣ ਤਾਂ ਸੋਇਆ ਬੀਨ ਦਾ ਪਨੀਰ ਵੀ ਆਉਂਦਾ ਉਦੋਂ ਵੀ ਕੁਆਲਿਟੀ ਜ਼ਿਆਦਾ ਉਹਦੀ ਵਧੀਆ ਬਿਕਾਜ਼ ਉਹਦੇ ਚ ਪ੍ਰੋਟੀਨ ਜ਼ਿਆਦਾ ਹੁੰਦਾ ਫੈਟ ਘੱਟ ਹੁੰਦੀ ਹੈ ਹੂੰ ਇਹ ਇਹ ਚੀਜ਼ਾਂ ਜੋ ਹੈਗੀਆਂ ਇਹ ਮਿਸਿੰਗ ਹੈਗੀਆਂ ਡਾਈਟਸ ਦੇ ਵਿੱਚ ਭਾਈ ਇੱਕ ਰੋਟੀ ਮਗਰ ਕਿੰਨਾ ਕਾਰਬੋਹਾਈਡਰੇਟ ਹੁੰਦਾ ਅਪ੍ਰੋਕਸੀਮੇਟਲੀ ਉਹ ਡਿਪੈਂਡ ਕਰਦਾ ਜੀ ਪੇੜੇ ਤੇ ਹਾਂ ਹੁਣ ਮੇਰੇ ਕੋਲ ਇੱਕ ਕਲਾਇੰਟ ਆਇਆ ਉਹ ਹੱਸੇ ਵਾਲੀ ਗੱਲ ਹੈ ਜੀ ਮੈਂ ਉਹਨੂੰ ਕਿਹਾ ਵੀ ਵੀ ਰੋਟੀਆਂ ਕਿੰਨੀਆਂ ਖਾਣੇ ਆ ਮੈਂ ਉਹਨੂੰ ਹਾਲਾਂਕਿ ਮੈਂ ਤੋਲ ਕੇ ਦੱਸਿਆ ਸੀ ਵੀ 30 ਗ੍ਰਾਮ ਦਾ ਪੇੜਾ ਕਰ ਲਿਓ ਦੋ ਰੋਟੀਆਂ ਬਣਾ ਲਿਓ 60 ਗ੍ਰਾਮ ਉਮ ਆਟੇ ਦੀਆਂ ਜੀ ਉਹ ਮੈਂ ਬਾਅਦ ਚ ਦੱਸੀ ਉਹਨੂੰ ਗੱਲ ਮੈਂ ਉਹਨੂੰ ਪਹਿਲਾਂ ਆਖਿਆ ਵੀ ਉਹ ਉਹ ਕਹਿੰਦਾ ਮੈਂ ਚਾਰ ਖਾਣਾ ਹਮ ਐਂਡ ਆਈ ਟੋਲਡ ਹਿਮ ਟੂ ਈਟ ਟੂ ਉਹਦੀ ਜਗ੍ਹਾ ਤੇ ਜੀ ਉਹਨੇ ਆਟਾ ਚਾਰਾਂ ਦਾ ਹੀ ਵਰਤਿਆ ਦੋ ਬਣਾ ਲੀਆਂ ਅੱਛਾ ਹੁਣ ਇਹੋ ਜਿਹੇ ਬੰਦੇ ਦਾ ਕੀ ਕਰੀ ਪ੍ਰਾਂਤ ਦੇ ਪੇੜੇ ਹੀ ਦੋ ਕੀਤੇ ਆ ਪੇੜੇ ਦੋ ਕੀਤੇ ਹਮ ਸੋ ਮੈਂ ਮੈਨੂੰ ਉਹਨੇ ਬਾਅਦ ਵਿੱਚ ਇਹ ਚੀਜ਼ ਦੱਸੀ ਤੇ ਮਹੀਨੇ ਬਾਅਦ ਮੈਨੂੰ ਹੀ ਵਾਸ ਲਾਈਕ ਕਹਿੰਦਾ ਅਸਰ ਨਹੀਂ ਹੋਇਆ ਕੋਈ ਮੈਂ ਕਿਹਾ ਐ ਤਾਂ ਨਹੀਂ ਹੁੰਦਾ ਮੈਂ ਕਿਹਾ ਗਿਣਤੀ ਘਟਾ ਲਈ ਕੁਆਂਟੀਟੀ ਤਾਂ ਸੇਮ ਆ ਹਾਂ ਫਿਰ ਉਹਨੂੰ ਲਾਈਕ ਫਰਮਾ ਤੋਲਣ ਵਾਲੇ ਚੱਕਰ ਜਾਇਆ ਇਹ ਉਹ ਟਾਈਮ ਦੀਆਂ ਗੱਲਾਂ ਜਦੋਂ ਮੈਂ ਆਪਣੇ ਆਪ ਵਿੱਚ ਵੀ ਬੜੇ ਸੁਧਾਰ ਕਰ ਲਿਆ ਸੀਗਾ ਜੀ ਕੋਚਿੰਗ ਮੈਂ ਸ਼ੁਰੂ ਕੀਤੀ ਸੀ ਫਿਰ ਉਹ ਚੀਜ਼ ਨੂੰ ਉਦਾਂ ਲੈਂਦਾ ਪਰ ਬੇਸਿਕਲੀ ਜਿਹੜੀ 30 ਗ੍ਰਾਮ ਦਾ ਪੇੜਾ ਹੁੰਦਾ ਉਹਦੇ ਵਿੱਚ 20 15 ਤੋਂ 20 ਗ੍ਰਾਮ ਇਨਾ ਕਾਰਬੋਹਾਈਡਰੇਟ ਹੁੰਦਾ ਹੈ ਪਰ ਰੋਟੀ ਨਾਲ ਜ਼ਿਆਦਾ ਵਧੀਆ ਆਪਣੇ ਲਈ ਆਪਾਂ ਰੋਟੀ ਖਾਣੇ ਆ ਬਹੁਤ ਅੱਛਾ ਪਰ ਮੇਨ ਚੀਜ਼ ਜੋ ਮਿਸਿੰਗ ਹੈਗੀ ਆ ਉਹ ਉਹ ਇਹੀ ਚੀਜ਼ ਮਿਸਿੰਗ ਆ ਕਿ ਆਪਣੀ ਡਾਈਟ ਦੇ ਵਿੱਚ ਮੇਨਲੀ ਹੈਗਾ ਹੀ ਕਾਰਬੋਹਾਈਡਰੇਟ ਰੋਟੀ ਨੂੰ ਆਪਾਂ ਪ੍ਰੋਟੀਨ ਵਾਲੀ ਚੀਜ਼ ਦੇ ਨਾਲ ਖਾ ਹੀ ਨਹੀਂ ਰਹੀ ਬਿਲਕੁਲ ਬਿਲਕੁਲ ਤੇ ਇੱਕ ਮੈਂ ਫਿਰ ਉੱਥੇ ਆਵਾਂ ਕਿ ਇੱਕ ਵਿਅਕਤੀ ਲਈ ਜੀ ਦਾ weight 90 ਕਿਲੋ ਆ 80 ਕਿਲੋ ਆ ਉਹਦੇ ਲਈ ਕੀ ਸਫੀਸ਼ੀਐਂਟ ਕੀ ਆ ਕਿ ਉਹਦਾ ਪੇਟ ਨਾ ਨਿਕਲੇ ਕਿੰਨੀਆਂ ਰੋਟੀਆਂ ਸਫੀਸ਼ੀਐਂਟ ਆ ਕਿਉਂਕਿ ਸਾਡੇ ਬੀਬੀਆਂ ਦੇ ਸਾਡੇ ਆਮ ਸਰਧਰਮ ਲੋਕਾਂ ਦੇ ਸਵਾਲ ਹੀ ਇਹ ਆ ਰੋਟੀ ਘਟਾ ਦੇ ਯਾਰ ਸਹੀ ਹੋ ਜਾਏਗਾ ਰੋਟੀ ਵਧਾ ਦੇ ਯਾਰ ਥੋੜਾ ਜਿਹਾ ਮੋਟਾ ਹੋ ਜਾਏਗਾ ਵੀ ਕੀ ਰਹੂਗਾ ਸਹੀ ਪੈਮਾਨਾ ਰਫ ਜਆ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਬਿਲਕੁਲ ਪੈਨਸਲ ਲੈ ਕੇ ਬੈਠ ਜਾਈਏ ਜੀ 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 ਬਿਲਕੁਲ ਰਫ ਜਆ ਪੈਮਾਨਾ ਵੀ ਇੰਨੀ ਆ ਕਿ ਸਵੇਰ ਚੱਲ ਜਾਨੀਆਂ ਭਾਈ ਇੰਨੀ ਆ ਕਿ ਦੁਪਹਿਰੇ ਤੇ ਇੰਨੀ ਆ ਕਿ ਸ਼ਾਮ ਨੂੰ ਰਗੜ ਦਿਆ ਕਰ ਸਹੀ ਹੈ ਰੋਟੀ ਦੇਖੋ ਜੀ ਹੂੰ ਬੇਸਿਕਲੀ ਲੰਚ ਟਾਈਮ ਤੇ ਬਿਕੋਜ਼ ਰਾਤ ਨੂੰ ਖਾਵਾਂਗੇ ਰਾਤ ਨੂੰ ਆਪਣੇ ਪੰਜਾਬੀਆਂ ਦੀ yaad ਆਉਂਦੀ ਆ ਆਪਾਂ ਸੈਰ ਨਹੀਂ ਕਰਦੇ ਆਪਾਂ ਪੈਣਾ ਹੁੰਦਾ ਹਾਂ ਹਾਂ ਰਾਤ ਨੂੰ ਆਉਂਦੀ ਬੱਡ ਦੇ ਉੱਤੇ ਰੋਟੀ ਜੋ ਆਪਣੀ ਇੱਕ ਪੁਰਾਣੀ ਧਾਰਨਾ ਰਹੀ ਆ ਬਜ਼ੁਰਗ ਆਪਣੇ ਕਹਿੰਦੇ ਹੁੰਦੇ ਸੀ ਸਵੇਰ ਖਾਓ ਰਾਜੇ ਵਾਂਗੂ ਦੁਪਹਿਰੇ ਖਾਓ ਵਜ਼ੀਰ ਵਾਂਗੂ ਰਾਤ ਨੂੰ ਖਾਓ ਚੋਰ ਵਾਂਗੂ ਚੋਰ ਵਾਂਗੂ ਇਹੀ ਸਿੱਧਾ ਸਿੱਧਾ ਹਸਾਬ ਬੰਦਾ ਰੱਖ ਲੈ ਤਾਂ ਬਚਜੂ ਬਾਕੀ ਜੇ ਮੇਰੇ ਤੋਂ ਪਰਸਨਲੀ ਕੋਈ ਬੰਦਾ ਪੁੱਛਦਾ ਤਾਂ ਮੇਰਾ ਕਹਿਣਾ ਇਹ ਹੋਊਗਾ ਖਾ ਲੋ ਕੋਈ ਨਹੀਂ ਜਿੱਦਾਂ ਜਿੰਨੀ ਤੁਹਾਨੂੰ ਭੁੱਖ ਹੈ ਖਾਓ ਪਰ ਤੁਸੀਂ ਐਕਸਰਸਾਈਜ਼ ਵੀ ਕਰੋ ਉਹਨਾਂ ਐਕਸਰਸਾਈਜ਼ ਵਿੱਚ ਜਿੱਦਾਂ ਹੁਣ ਆਪਣੀਆਂ ਨਾਰਮਲ ਲੇਡੀਜ਼ ਨਹੀਂ ਕਰ ਪਾਉਂਦੀਆਂ ਤੁਸੀਂ ਸੈਰ ਲਈ ਚੱਲ ਜਾਓ ਹਮ ਨਾਰਮਲ ਤੁਰ ਲਓ ਉਦਾਂ ਨਹੀਂ ਹੁੰਦਾ ਤਾਂ ਆਪਣੇ ਘਰ ਬਹੁਤ ਵੱਡੇ ਹੁੰਦੇ ਆ ਚਾਰ ਗੇੜੇ ਘਰ ਦੇ ਘੱਟ ਲਓ ਹਮ ਉਹਨੇ ਨਾਲ ਹੀ ਉਹ ਚੀਜ਼ਾਂ ਬੈਲੈਂਸ ਅਪ ਹੋਣ ਲੱਗ ਪੈਂਦੀਆਂ ਪਰ ਜਿਹੜੇ ਬੰਦੇ ਨੇ ਸਵੇਰ ਵੀ 6 ਰੋਟੀਆਂ ਦੁਪਹਿਰੇ ਫਿਰ 4 ਕਰ ਲੀਆਂ ਚਲੋ ਰਾਤ ਨੂੰ ਫਿਰ ਅਜਮੀ ਖਾਣੀ ਹੈ ਜਾਂ ਉਹ ਬੰਦੇ ਨੇ ਖਾਣੀ ਨਹੀਂ ਸਾਰੇ ਦਿਨ ਚੋਂ ਨੇ ਖਾਣੀ ਨਹੀਂ ਇੱਕ ਟਾਈਮ ਉਹਨੇ ਰੱਜ ਕੇ ਖਾ ਲਈ ਉਹ ਬੰਦਾ ਇਹ ਕਹਿੰਦਾ ਬਾਅਦ ਵਿੱਚ ਕਿ ਸਾਰੇ ਦਿਨ ਦਾ ਤਾਂ ਖਾਦਾ ਨਹੀਂ ਸੀਗਾ ਹੁਣ ਰੱਜ ਕੇ ਖਾ ਲੰਨੇ ਆ ਜਿਹੜੀ ਉਹ ਚੀਜ਼ ਆ ਉਦੋਂ ਆਪਣੇ ਬਹੁਤ ਹਾਰਮੋਨਲ ਇਮਬੈਲੈਂਸ ਹੁੰਦੇ ਆ ਬੋਡੀ ਦੇ ਵਿੱਚ ਕਿ ਸਾਰੇ ਦਿਨ ਦਾ ਤਾਂ ਉਹ ਬੋਡੀ ਨੂੰ ਫਾਸਟ ਤੇ ਪਾਈ ਰੱਖਿਆ ਹੂੰ ਹੁਣ ਇੱਕੇ ਦਾਮ ਉਹਨੂੰ ਬੱਠਲ ਉਹਦੇ ਵਿੱਚ ਪਾਤਾ ਸਾਰੇ ਖਾਣੇ ਦਾ ਹਾਂ ਉਹਦੇ ਵਿੱਚ ਉਹਨੇ ਟਰਮ ਹੁੰਦੀ ਆ ਇਨਸੂਲਿਨ ਜਿਹੜੀ ਹੁੰਦੀ ਆ ਸਪਾਈਕ ਬਲੱਡ ਸ਼ੂਗਰ ਆ ਉਹ ਬਲੱਡ ਸ਼ੂਗਰ ਬਹੁਤ ਜ਼ਿਆਦਾ ਫਲਕਚੂਏਟ ਹੁੰਦੀ ਆ ਇਸ ਚੀਜ਼ ਨਾਲ ਪਹਿਲਾਂ ਤਾਂ ਉਹ ਸਲੀਕ ਲਾਈਨ ਸੀ ਸਿੱਧੀ ਜੀ ਤੁਸੀਂ ਖਾਦਾ ਉਹ ਨਾਲ ਦੀ ਨਾਲ ਸਪਾਈਕ ਹੋ ਗਈ ਹੂੰ ਉਸ ਤੋਂ ਬਾਅਦ ਜਿਵੇਂ ਚੜੀ ਐ ਉਵੇਂ ਹੀ ਉਹਨੇ ਥੱਲੇ ਆਉਣਾ ਹੂੰ ਫਿਰ ਚੜਦੀ ਬੰਦੇ ਨੂੰ ਨੇਸਦੀ ਜਿਹੜੀ ਰੋਟੀ ਖਾ ਕੇ ਆਮ ਨੇਸਦੀ ਚੜਦੀ ਚੜਦੀ ਆ ਵੀ ਸੋਣੇ ਸੋਣਾ ਸੋ ਇਹ ਇਹਦੇ ਨਾਲ ਇਸ ਇਨ੍ਹਾਂ ਚੀਜ਼ਾਂ ਨਾਲ ਤੇ ਉਹ ਜਿਹੜੀ ਚੀਜ਼ ਆ ਸਪਾਈਕ ਹੋਈ ਆ ਉਹਦੇ ਨਾਲ ਫਿਰ ਫੈਟ ਵੀ ਆਉਂਦੀ ਆ ਹੂੰ ਤੋ ਇਹ ਚੀਜ਼ਾਂ ਮਾੜੀਆਂ ਆਪਣੇ ਕਲਚਰ ਚ ਇਸ ਤੋਂ ਅੱਗੇ ਚੱਲਦੇ ਆ ਇੱਕ ਹੋਰ ਸਵਾਲ ਹੈ ਉਹ ਹੈਗਾ ਪ੍ਰੀ ਵਰਕਆਊਟ ਜੀ ਕੁਝ ਜਿਮ ਵਾਲੇ ਕਹਿੰਦੇ ਆ ਕਿ ਕਾਫੀ ਯਾਰ ਪੀ ਲਿਆ ਕਰ ਕੁਝ ਕਹਿੰਦੇ ਗ੍ਰੀਨ ਟੀ ਨਾਲ ਵੀ ਕੱਲ ਚੱਲ ਜਾਂਦੀ ਹੈ ਕੁਝ ਕੋਈ ਹੋਰ ਪਾਉਂਚ ਦੱਸ ਦਿੰਦੇ ਕਿ ਮੈਡੀਕਲ ਤੋਂ ਲੈ ਲਈ ਇਹ ਠੀਕ ਹੈ ਕੁਝ ਮੁੰਡੇ ਪ੍ਰੀ ਵਰਕਆਊਟ ਆ ਜਿਹੜਾ ਉਹ ਖਰੀਦ ਲੈਂਦੇ ਆ ਜੀ ਮੈਂ ਸਾਰੀਆਂ ਗੱਲਾਂ ਰੱਖ ਹੀ ਦੇਵਾਂ ਇੱਕ ਵਾਰੀ ਤੇ ਕੁਝ ਕਹਿੰਦੇ ਆ ਕਿ ਇਹਦਾ ਸੈਕਸ ਲਾਈਫ ਦੇ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ ਇਹਦੇ ਨਾਲ ਤੁਹਾਡੀ ਸੈਕਸ ਲਾਈਫ ਆ ਜਿਹੜੀ ਉਹ ਡਾਊਨ ਚਲੀ ਜਾਂਦੀ ਹੈ ਇਹਦੇ ਚ ਕੀ ਸੱਚ ਤੇ ਕੀ ਝੂਠ ਹੈ ਸੋ ਜਿੱਥੇ ਆਪਾਂ ਗੱਲ ਕਰਦੇ ਆਂਗੇ ਆਪਣੀ ਰੈਪਰੋਡਕਟਿਵ ਹੈਲਥ ਦੇ ਉੱਪਰ ਹੂੰ ਇਹਦੇ ਉੱਪਰ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਵੀ ਸਟ्रेस ਨਹੀਂ ਪੈਂਦਾ ਵਿਦ ਪ੍ਰੀ ਵਰਕਆਊਟ ਜਿੱਦਾਂ ਆਪਾਂ ਪਹਿਲਾਂ ਸਪਲੀਮੈਂਟਸ ਦੀ ਗੱਲ ਸ਼ੁਰੂ ਕੀਤੀ ਸੀ ਕਿ ਐਕਸੈਸ ਆਫ एवरीथिंग ਇਜ਼ ਬੈਡ ਹੂੰ ਉਹ ਤਾਂ ਹੈਗੀ ਹੈਗੀ ਇਹ ਗੱਲ ਪਰ ਇਹ ਦੋਨੇ ਜੋ ਚੀਜ਼ਾਂ ਹੈਗੀਆਂ ਦੋਨੇ ਕਨਸੈਪਟਸ ਹੈਗੇ ਆ ਇਹ ਬਹੁਤ ਡਿਫਰੈਂਟ ਆ ਪ੍ਰੀ ਵਰਕਆਊਟ ਨੇ ਕੰਮ ਕਰਨਾ ਐਜ਼ ਅ ਸਟੀਮੂਲੈਂਟ ਫਾਰ ਯੂਅਰ ਬ੍ਰੇਨ ਤੇ ਜਿੱਥੇ ਤੁਹਾਡੀ ਰੀਪਰੋਡਕਟਿਵ ਹੈਲਥ ਆ ਉਹ ਬਹੁਤ ਪ੍ਰੀ ਵਰਕਆਊਟ ਆਪਾਂ ਕਾਦੇ ਲਈ ਲੈ ਰਹੇ ਆ ਜਿਮ ਲਾਉਣ ਲਈ ਆਪਾਂ ਪ੍ਰੀ ਵਰਕਆਊਟ ਵੀ ਆਪਾਂ ਉਹ ਆਪਣੀ ਸੈਕਸ ਲਾਈਫ ਲਈ ਨਹੀਂ ਲੈ ਰਹੇ ਜੀ ਦੈਟਸ ਨਾਟ ਫਾਰ ਥੈਟ ਥਿੰਗ ਇਹ ਬਹੁਤ ਇੱਕ ਮਿਥਾ ਇਹਦੇ ਨਾਲ 0% ਇਹਦਾ ਕੋਈ ਹੈ ਨਹੀਂਗਾ ਚਾਂਸ ਨਹੀਂ ਬਹੁਤੇ ਲੋਕ ਕਹਿੰਦੇ ਕਿ ਇਹਦੇ ਨਾਲ ਤੁਹਾਡੀ ਜਿਹੜੀ ਸੈਕਸ ਟਾਈਮਿੰਗ ਹੈ ਉਹ ਬਹੁਤ ਘਟ ਜਾਂਦੀ ਹੈ ਜੇਕਰ ਤੁਸੀਂ ਪ੍ਰੀ ਵਰਕਆਊਟ ਲੈ ਨਹੀਂ ਰਹੇ ਹੋ ਤਾਂ ਹੁਣ ਪਰਸਨਲ ਬੇਸਿਸੇ ਮੇਰੇ ਨਾਲ ਤਾਂ ਬਿਲਕੁਲ ਨਹੀਂ ਹੋਇਆ ਜੇ ਕੋਈ ਵੀ ਯੂਜ਼ ਕਰਦਾ ਪ੍ਰੀ ਵਰਕਆਊਟ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਉਹ ਚੀਜ਼ਾਂ ਇੰਪੈਕਟ ਕਰਦੀਆਂ ਔਨ ਦਾ ਬੇਸਿਸ ਆਫ ਜਦੋਂ ਕਿ ਬੰਦਾ ਵਰਕਆਊਟ ਕਰਦਾ ਉਦੋਂ ਆਪਣੇ ਜਿਹੜੇ ਟੈਸਟੋਸਟੇਰੋਨ ਜਿਹੜੇ ਮੇਲ ਰੀਪਰੋਡਕਟਿਵ ਹਾਰਮੋਨਸ ਆ ਉਹ ਸਪਾਈਕ ਹੁੰਦੇ ਆ ਕਿਉਂਕਿ ਬੋਡੀ ਨੂੰ ਬਿਲਡ ਕਰਨ ਵਾਸਤੇ ਉਹੀ ਹਾਰਮੋਨ ਕੰਮ ਕਰਦੇ ਆ ਜਿਹਦਾ ਬੰਦਾ ਕੰਸਿਸਟ ਹੁੰਦਾ ਜਿਹਦਾ ਬਣਿਆ ਹੁੰਦਾ ਹੂੰ ਉਹ ਜਦੋਂ ਵੱਧ ਗਈ ਤਾਂ ਓਬਵੀਅਸਲੀ ਗੱਲ ਆ ਬੋਡੀ ਦੀ ਅਪੀਲ ਵੀ ਵਧੂਗੀ ਹੂੰ ਉਹ ਫਿਰ ਬੰਦਾ ਓਵਰ ਯੂਜ਼ ਕਰਨ ਲੱਗ ਪੈਂਦਾ ਉਸ ਚੀਜ਼ ਦਾ ਕਿ ਮੇਰਾ ਜੋ ਮੂਡ ਆ ਮੇਰਾ ਮੂਡ ਸਵਿੰਗ ਹੋ ਰਿਹਾ ਟੂ ਹੈਵ ਸਮਥਿੰਗ ਹੂੰ ਉਹ ਜਦੋਂ ਮੂਡ ਸਵਿੰਗ ਨੂੰ ਬੰਦਾ ਕੰਟਰੋਲ ਨਹੀਂ ਕਰ ਪਾਉਂਦਾ ਐਕਸੈਸ ਯੂਜ਼ ਕਰਦਾ ਉਸ ਚੀਜ਼ ਦਾ ਫਿਰ ਉਹ ਟਾਈਮਿੰਗਸ ਐਂਡ ਆਲ ਉਹ ਸਾਰਾ ਇੰਬੈਲੈਂਸ ਹੁੰਦਾ ਜੀ ਇਹ ਚੀਜ਼ ਹੁੰਦੀ ਆ ਕੌਣ ਲਵੇ ਪ੍ਰੀ ਵਰਕਆਊਟ ਕੌਣ ਲਵੇ ਕੀ ਨੂੰ ਜ਼ਰੂਰਤ ਹੈ ਦੀ ਪਰੀ ਵਰਕਆਊਟ ਹੀ ਨਾਰਮਲ ਜੋ ਪ੍ਰੋਫੈਸ਼ਨਲ ਬੋਡੀ ਬਿਲਡਰਸ ਹੈਗੇ ਉਹ ਤਾਂ ਯੂਜ਼ ਕਰਦੇ ਹੀ ਕਰਦੇ ਆ ਜੀ ਬਿਲਕੁਲ ਜਿੱਦਾਂ ਜੇ ਮੈਂ ਯੂਜ਼ ਕਰਦਾ ਮੈਂ ਮੈਂ ਬਹੁਤ ਟਾਈਮ ਤੋਂ ਯੂਜ਼ ਕਰ ਰਿਹਾ ਹਾਂ ਹੁਣ ਆਈ ਡੋਨਟ ਨੋ ਮੈਂ ਨਹੀਂ ਕਹਿ ਸਕਦਾ ਕਿ ਮੈਨੂੰ ਆਦਤ ਪਈ ਆ ਜਾਂ ਨਹੀਂ ਪਈ ਇੱਕ ਦੋ ਵਾਰ ਇਹ ਚਾਂਸ ਬਣਿਆ ਕਿ ਮੈਂ ਬਿਨਾ ਪਰੀ ਵਰਕਆਊਟ ਤੋਂ ਮੈਨੂੰ ਵਰਕਆਊਟ ਕਰਨਾ ਪਿਆ ਹਮ ਪਰ ਮੈਨੂੰ ਉਸ ਚੀਜ਼ ਦੀ ਆਦਤ ਨਹੀਂ ਮੈਂ ਉਹ ਵੀ ਉਨੇ ਹੀ ਪੈਸ਼ਨ ਦੇ ਨਾਲ ਆਪਣਾ ਵਰਕਆਊਟ ਕੀਤਾ ਜਿਹੜੇ ਪੈਸ਼ਨ ਦੇ ਨਾਲ ਮੈਂ ਉਹਨੂੰ ਲੈ ਕੇ ਕਰਦਾ ਹਮ ਇਹ ਨਾਰਮਲ ਬੰਦੇ ਦੇ ਲਈ ਇੱਕ ਵੇਸਟੇਜ ਆਫ ਮਨੀ ਆ ਉਹ ਇੱਕ ਜਿਹਨੇ ਮਜ਼ਾ ਜਾਂ ਲੈਣਾ ਕਿ ਹਾਂ ਪੰਪ ਹੋ ਗਿਆ ਸੋਹਣਾ ਜਿਹਾ ਲੱਗਿਆ that's it ਵੀ ਜ਼ੋਰ ਲਾ ਲਿਆ ਹੂੰ ਉਹਦੇ ਹਸਤੇ ਤਾਂ ਉਹ ਚੀਜ਼ ਬੇਸਡ ਆਫ ਮਨੀ ਆ ਜੀ ਪਰ ਜੇ professionally mainly pre workout ਯੂਜ਼ ਹੁੰਦਾ ਆਪਣੇ ਬ੍ਰੇਨ ਨੂੰ ਮਸਲ ਦੇ ਨਾਲ ਕਨੈਕਸ਼ਨ ਬਣਾਉਣ ਦੇ ਲਈ ਬਣਾਉਣ ਦੇ ਲਈ ਜੀ ਜਿਹਨੂੰ ਆਪਾਂ ਮਾਈਂਡ ਐਂਡ ਮਸਲ ਕਨੈਕਸ਼ਨ ਕਹਿੰਦੇ ਆ ਜਿੰਨਾ ਟਾਈਮ ਇਹ ਮਾਈਂਡ ਐਂਡ ਮਸਲ ਕਨੈਕਸ਼ਨ ਨਹੀਂ ਹੋਊਗਾ ਉਹਨਾ ਟਾਈਮ ਆਪਣੀ ਬੋਡੀ ਮਸਲ ਨੂੰ ਰਿਕਰੂਟ ਨਹੀਂ ਕਰੂਗਾ ਜਿਦਾ ਆਪਾਂ ਨਾਰਮਲੀ ਬਾਈਸੈਪਸ ਕਰ ਲਾ ਰਹੇ ਹਾਂ ਉਹ ਜਦੋਂ ਆਪਾਂ ਸੋਚਾਂਗੇ ਹੀ ਨਾ ਕਿ ਮੈਂ ਕਰਲ ਕਰ ਰਿਹਾ ਹਾਂ ਹੂੰ ਵੀ ਮੇਰਾ ਬਾਈਸੈਪਸ ਆਉ ਫਲੈਕਸ ਹੋ ਰਿਹਾ ਹਾਰਡ ਹੋ ਰਿਹਾ ਜਾਂ ਮੇਰੇ ਮਾਈਂਡ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਜਦੋਂ ਮੈਂ ਮੰਨ ਲਓ ਸਕੁਆਟ ਕਰਦਾ ਰੌਡ ਰੱਖੀ ਹੁੰਦੀ ਆ ਮੋਢਿਆਂ ਤੇ ਜੀ ਉਹ ਚੀਜ਼ ਮੈਂ ਇਹ ਸੋਚਦਾ ਕਿ ਮੈਂ ਨਹੀਂ ਉੱਠ ਰਿਹਾ ਮੈਂ ਅੱਖਾਂ ਬੰਦ ਹੁੰਦੀਆਂ ਮੇਰੀਆਂ ਕਿ ਮੈਂ ਆਪਣੀਆਂ ਲੱਤਾਂ ਦੇ ਨਾਲ ਧਰਤੀ ਨੂੰ ਪੁਸ਼ ਕਰ ਰਿਹਾ ਥੱਲੇ ਹੂੰ ਉਹ ਚੀਜ਼ਾਂ ਇਦਾਂ ਨਿੱਕੀਆਂ ਨਿੱਕੀਆਂ ਟੈਕਟਿਕਸ ਆ ਜਿਹੜੇ ਕਿ ਮਾਈਂਡ ਨੂੰ ਹੋਰ ਮਸਲ ਰਿਕਰੂਟ ਕਰਨ ਦੀ ਸਮਰੱਥਾ ਦਿੰਦੇ ਆ ਇੱਕ ਹੋਰ ਮਿਥ ਹੈ ਬਾਈ ਮੈਂ ਬਿਲਕੁਲ ਆਮ ਨਾ ਗਰਾਊਂਡ ਵਾਲੇ ਸਵਾਲ ਲੈ ਕੇ ਆਇਆ ਸਾਡੇ ਦਰਸ਼ਕ ਵੀ ਕਹਿਣਗੇ ਵੀ ਯਾਰ ਇਦੋਂ ਵੱਡੇ ਸਵਾਲ ਵੀ ਹੋ ਸਕਦੇ ਸੀ ਹੋ ਸਕਦੇ ਸੀ ਉਹਦੇ ਉੱਤਰ ਤੁਹਾਨੂੰ ਨੈਟ ਦੇ ਉੱਤੇ ਮਿਲ ਵੀ ਜਾਣਗੇ ਮੈਂ ਉਹ ਸਵਾਲ ਲੈ ਕੇ ਆਇਆ ਜਿਨ੍ਹਾਂ ਦੇ ਉੱਤਰ ਕਿਤੇ ਨਾ ਕਿਤੇ ਨਹੀਂ ਮਿਲਦੇ ਜਾਂ ਇਦਾਂ ਮਿਲਦੇ ਕਿ ਸਮਝ ਨਹੀਂ ਆਉਂਦੇ ਕੁਝ ਬੰਦੇ ਕਹਿੰਦੇ ਕਿ 뮤직 ਸੁਣਦੇ ਸੁਣਦੇ ਜਿੰਮ ਲਾਉ ਸਵਾਦ ਵੜਾਏ ਕਈ ਕਹਿੰਦੇ ਨਹੀਂ ਯਾਰ ਆ ਜਿਹੜੇ ਤੂੰ ਕੰਨਾਂ ਵਿੱਚ ਲਾਈ ਪਟਾ ਨਾ ਟੁੱਟ ਗਈਆਂ ਇਹ ਲਾ ਕੇ ਜਦੋਂ ਤੂੰ ਜਮ ਲਾਉਣਾ ਤਾਂ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਅਸਲ ਵਿੱਚ ਸੱਚ ਕੀ ਹੈ ਇਹ ਇਹਦੇ ਵਿੱਚ ਜੀ ਇਹ ਸੱਚ ਹੈ ਇਹ ਕਾਮਨਲੀ ਇਹ ਚੀਜ਼ ਹੁੰਦੀ ਆ ਚੋ ਬੰਦਾ ਯੂਜ਼ ਕਰ ਰਿਹਾ ਹੈਡਫੋਨ ਐਂਡ ਆਲ ਉਹਨੂੰ ਉਹਨੂੰ ਇਹ ਚੀਜ਼ ਕਾਮਨਲੀ ਕਹੀ ਜਾਂਦੀ ਆ ਕਿ ਜਿਮ ਵਿੱਚ ਐਡਾ ਵੱਡਾ ਸੈੱਟ ਲੱਗਿਆ ਇਹ ਤੇ ਗਾਣੇ ਸੁਣ ਲਾ ਕੰਨਾਂ ਚ ਲਾਈ ਹੋਏ ਆ ਤੂੰ 90% ਲੋਕ ਇਹ ਚੀਜ਼ ਤਾਂ ਕਰਦੇ ਆ ਬਿਕਾਜ਼ ਉਹਨਾਂ ਨੂੰ ਡਿਸਟਰੈਕਸ਼ਨ ਨਹੀਂ ਚਾਹੀਦੀ ਹੁੰਦੀ ਕਿਸੇ ਤਰ੍ਹਾਂ ਦੀ ਅਗਰ ਤੁਹਾਡੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਣਗੇ ਤਾ ਥੋਡੇ ਕੋਲ ਆਬਵੀਅਸਲੀ ਕੋਈ ਬੰਦਾ ਨਹੀਂ ਆਊਗਾ ਗੱਲ ਕਰਨ ਦੇ ਲਈ ਉਹ ਦੇਖ ਕੇ ਕਿ ਇਹ ਆਪਦਾ ਸੁਣ ਰਿਹਾ ਕੁਝ ਜੀ ਤੁਹਾਨੂੰ ਕੋਈ ਬੁਲਾਊਗਾ ਨਹੀਂ ਤੁਹਾਡੀ ਡਿਸਟਰੈਕਸ਼ਨ ਨਹੀਂ ਹੋਊਗੀ ਕਿਉਂਕਿ ਬਰੌਨ ਵਾਸਤੇ ਆਲਰੇਡੀ ਤੁਹਾਡੇ ਕੋਲ ਸਾਰਾ ਦਿਨ ਪਿਆ ਬਿਲਕੁਲ ਉਸੇ 2 ਘੰਟੇ ਆਪਣੇ ਸਰੀਰ ਲਈ ਕੱਢਣ ਲਈ ਆ ਰਹੇ ਹਾਂ ਜਦੋਂ ਉਹ ਵੀ ਨਹੀਂ ਕੋਈ ਸੁੱਖ ਦੇ ਕੱਢਣ ਦੇ ਰਿਹਾ ਤਾਂ ਉਹਦਾ ਕੋਈ ਫਾਇਦਾ ਨਹੀਂ ਆਇਆ ਦਾ ਹੂੰ ਇਹ ਚੀਜ਼ ਇਹ ਤਾਂ ਲੋਕ ਯੂਜ਼ ਕਰਦੇ ਆ 이어ਫੋਨਸ ਤਾਂ ਕਿ ਉਹਨਾਂ ਦਾ ਜਿਹੜਾ ਮਾਈਂਡ ਆ ਉਹ ਰਿਲੈਕਸ ਰਹੇ ਇੱਕ ਚੀਜ਼ ਤੇ ਫੋਕਸ ਰਹੇ ਜੀ ਹੁਣ ਇਹ ਚੀਜ਼ ਆਪਾਂ ਕਿਸੇ ਕਾਮਨ ਬੰਦੇ ਨੂੰ ਵੀ ਅਗਰ ਪੁੱਛ ਲਈਏ ਕਿ ਤੁਸੀਂ ਹੈੱਡਫੋਨ ਲਾਏ ਹੁੰਦੇ ਆ ਤੇ ਤੁਸੀਂ ਕੱਲੀ-ਕੱਲੀ ਲਿਰਿਕਸ ਸੁਣ ਰਹੇ ਹੁੰਦੇ ਆ ਲਾਈਨ ਸੁਣ ਰਹੇ ਹੁੰਦੇ ਆ ਵੀ ਗਾਣੇ ਚ ਆਂਦਾ ਕੀ ਆ ਉਹ ਹੂੰ ਕਾਮਨਲੀ ਜਦੋਂ ਮੈਂ ਸੁਣਦਾ ਮੈਨੂੰ ਤਾਂ ਨਹੀਂ ਯਾਦ ਹੁੰਦਾ ਮੇਰੇ ਕੰਨਾਂ ਚ ਕੀ ਚੱਲ ਰਿਹਾ ਇੱਕ ਆਪਾਂ ਨੂੰ ਸਿਰਫ ਬੀਟ ਚਾਹੀਦੀ ਹੁੰਦੀ ਆ ਜੀ ਤਾਂ ਕਿ ਆਪਣੇ ਕੁਝ ਹੋ ਰਿਹਾ ਆਪਾਂ ਐਕਸਰਸਾਈਜ਼ ਤੇ ਧਿਆਨ ਦੇ ਰਹੇ ਆ ਕਿ ਆਪਾਂ ਕੀ ਕਰਨਾ ਹੂੰ ਇਹ ਚੀਜ਼ਾਂ ਕਈਆਂ ਜਾਂਦੀਆਂ ਪਰ ਇਹਦਾ ਕੋਈ ਇਦਾਂ ਇੰਪੈਕਟ ਨਹੀਂ ਹੈਗਾ ਕਿ ਉਹਦੇ ਨਾਲ ਜ਼ਿਆਦਾ ਅ ਮਤਲਬ ਮਾਈਂਡ ਮਸਲ ਕਨੈਕਸ਼ਨ ਬਣਦਾ ਨਹੀਂਗਾ ਉਹ ਈਵਨ ਹੈੱਡਫੋਨ ਲਾ ਕੇ ਆਪਦੇ ਚੁਆਇਸ ਦੇ ਗਾਣੇ ਸੁਣ ਕੇ ਉਹ ਚੀਜ਼ ਜ਼ਿਆਦਾ ਕਰਦੀ ਹੈ ਕਿ ਆਪਾਂ ਮਸਲ ਵੱਲ ਜ਼ਿਆਦਾ ਧਿਆਨ ਦੇ ਪਾਉਣੇ ਕਿਉਂਕਿ ਇਹ ਸਹੀ ਹੈ ਇਹ ਬਹੁਤ ਸਹੀ ਗੱਲ ਆ ਜਿਹੜਾ ਬੰਦਾ ਇਹ ਚੀਜ਼ ਯੂਜ਼ ਕਰਦਾ ਉਸ ਬੰਦੇ ਨੂੰ ਇਹਦੀ ਕੀਮਤ ਪਤਾ ਕਈ ਵਾਰ ਜਿਹੜਾ ਬੰਦਾ ਹੈੱਡਫੋਨ ਭੁੱਲ ਜੇ ਮੇਰੇ ਨਾਲ ਇਹ ਚੀਜ਼ ਹੁੰਦੀ ਹੈ ਮੈਂ ਕਈ ਵਾਰ ਭੁੱਲ ਜਾਂ ਮੈਂ ਓਵਰ ਮੈਂ ਦੁਬਾਰਾ ਵਾਪਸ ਧਿਆਨ ਆ ਘਰੇ ਲੈਣਾ ਹੂੰ ਭਾਵੇਂ ਮੈਨੂੰ ਅੱਧਾ ਘੰਟਾ ਲੱਗ ਜੇ ਮੈਨੂੰ ਦੁਬਾਰਾ ਵਾਪਸ ਜਾਣਾ ਪੈਂਦਾ ਜਸਟ ਬਿਕੋਜ਼ ਕਿ ਮੈਨੂੰ ਮੇਰੀ ਚੋਇਸ ਦੀ ਉੱਥੇ ਉਹ 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 এনवायरमेंट ਨਹੀਂ ਮਿਲ ਰਿਹਾ ਜਿਹੜੇ এনवायरमेंट ਦੇ ਵਿੱਚ ਮੈਂ ਕਰਦਾ ਹੂੰ ਭਾਈ ਇਸ ਤੋਂ ਅੱਗੇ ਜੈਮ ਵਿੱਚ ਵੀ ਸ਼ਾਇਦ ਇਹ ਚੀਜ਼ ਆ ਗਈ ਹੋਊਗੀ ਤੁਸੀਂ ਇਹਦੇ ਤੇ ਮੋਹਰ ਲਾਇਓ ਕਿ ਸਹੀ ਹੈ ਜਾਂ ਗਲਤ ਹੈ ਕਬੱਡੀ ਵਿੱਚ ਹੀ ਹੈਗੀ ਐ ਡੈਕਾ ਮੈਨੂੰ ਨਹੀਂ ਪਤਾ ਕਿ ਇਹ ਕਿੱਦਾਂ ਦਾ ਇੰਜੈਕਸ਼ਨ ਆ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਮੈਂ ਕੋਈ ਲੋਚਨਾ ਨਹੀਂ ਕਰਦਾ ਮੈਂ ਵਿਦਵਾਨ ਨਹੀਂ ਹੋਰ ਕੁਝ ਇਦਾਂ ਦੇ ਸਪੀਡ ਵਾਲੇ ਕੋਈ ਇੰਜੈਕਸ਼ਨ ਜਾਂ ਕਬੱਡੀ ਦੇ ਮੈਚ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਥਾਂ ਦੇ ਉੱਤੇ ਟੀਮ ਉਹ ਖੜੀ ਹੁੰਦੀ ਆਪਣੀ ਜੀਪ ਕਾਰ ਦੇ ਵਿੱਚ ਆਸੇ-ਪਾਸੇ ਜਦੋਂ ਕਿਤੇ ਉਸ ਮੋਟਰ ਦੇ ਉੱਤੇ ਝਾੜੂ ਮਾਰੀਏ ਤਾਂ ਸਿਰੰਜਾਂ ਦਾ ਬੱਠਲ ਭਰ ਜਾਂਦਾ ਹੈ ਜੀ ਇਹ ਜਿਹੜੀ ਹੈਗੀ ਹੈ ਇਹਨੂੰ ਮੈਂ ਡਰੱਗ ਚ ਰੱਖ ਕੇ ਚੱਲਦਾ ਆਪਣੀ ਛੋਟੀ ਜੀ ਸਮਝ ਦੇ ਵਿੱਚੋਂ ਇਹ ਕਿੰਨਾ ਕੁ ਸਹੀ ਹੈ ਚਾਹੇ ਜੈਮ ਹੈ ਚਾਹੇ ਪਹਿਲਵਾਨੀ ਹੈ ਤੇ ਚਾਹੇ ਕਬੱਡੀ ਹੈ ਬੇਸਿਕਲੀ ਜੀ ਆਪਾਂ ਅਗਰ ਦੇਖਿਆ ਜਾਵੇ ਤਾਂ ਇਹ ਚੀਜ਼ਾਂ ਨੂੰ ਕਿਹਾ ਜਾਂਦਾ ਪਰਫਾਰਮੈਂਸ ਇਨਹਾਂਸਿੰਗ ਡਰੱਗਸ ਪੀਈਡੀ ਜੀ ਇਹ ਚੀਜ਼ਾਂ ਲੇਟ 90s ਦੇ ਵਿੱਚ ਆਈਆਂ ਸੀਗੀਆਂ ਔਰ ਇਹ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਲਈ ਆਈਆਂ ਸੀਗੀਆਂ ਆਟਾਟ ਡਿਸੀਜ਼ਸ ਨੂੰ ਕਯੂਰ ਕਰਨ ਦੇ ਲਈ ਜੀ ਤੇ ਜਿਹੜੀਆਂ ਆਲਰੇਡੀ ਬੈਨ ਹੋ ਚੁੱਕੀਆਂ ਹੂੰ ਔਰ ਫਿਰ ਵੀ ਬੈਕ ਲੀਸਟ ਦੇ ਵਿੱਚ ਮਾਰਕੀਟ 'ਚ ਬੜੇ ਲੋਕਾਂ ਕੋਲ ਇਹ ਚੀਜ਼ਾਂ ਪਈਆਂ ਜੀ ਜੇ ਉਹ ਉਹ ਯੂਜ਼ ਕਰਦੇ ਆ ਕਬੱਡੀ ਇੱਕ ਬਹੁਤ ਡਿਫਰੈਂਟ ਗੇਮ ਆ ਇਸ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨਹੀਂ ਯੂਜ਼ ਕਰਨੀਆਂ ਚਾਹੀਦੀਆਂ ਜੇ ਆਪਾਂ ਕੰਪੇਅਰ ਕਰੀਏ ਬੋਡੀ ਬਿਲਡਿੰਗ ਤੇ ਕਬੱਡੀ ਨੂੰ ਹੂੰ ਤਾ ਇੱਕ ਬਹੁਤ ਡਿਫਰੈਂਟ ਐਸਪੈਕਟਸ ਆ ਕਿਉਂਕਿ ਬਾਡੀ ਬਾਡੀ ਬਿਲਡਿੰਗ ਚ ਆਪਾਂ ਬਾਡੀ ਸ਼ੋਅ ਕਰਨੀ ਆ ਛੇ ਆਪਣੇ ਵਿੱਚ ਇੱਕ ਮੋਟੀ ਐਗਜ਼ਾਮਪਲ ਲੈ ਕੇ ਚੱਲਦੇ ਆ 100 mg ਟੈਸਟੋਸਟਰੋਨ ਆ ਨਾਰਮਲ ਬੰਦੇ ਚ ਥੋੜੇ ਫਿਰਦੇ ਚ ਵੈਸੇ ਜਿਹੜੀਆਂ ਰੇਸ਼ੀਓਜ਼ ਹੁੰਦੀਆਂ ਹੋਰ ਹੁੰਦੀਆਂ ਪਰ ਆ ਇੱਕ ਐਗਜ਼ਾਮਪਲ ਲੈ ਰਿਹਾ ਜਸਟ ਐਗਜ਼ਾਮਪਲ ਚਲੋ ਜੇ 100 ਹੁੰਦੀ ਆ ਨਾਰਮਲ ਬੰਦੇ ਦੀ 100 ਆ ਥੋੜੀ ਤੇ ਮੇਰੀ ਜੀ ਆਪਾਂ ਸਾਲ ਤੁਸੀਂ ਜਿੰਮ ਲਈ ਸਾਲ ਮੈਂ ਲਈ ਓਨੀਆਂ ਹੀ ਡਿਸਿਪਲਨ ਤੁਹਾਡੇ ਚ ਸੀ ਓਨਾਂ ਹੀ ਮੇਰੇ ਚ ਸੀ ਹੂੰ ਆਪਾਂ ਉੱਥੇ ਜੀ ਖੜੇ ਹੋਵਾਂਗੇ 1921 ਦਾ ਫਰਕ ਹੋਣਾ ਜੀ ਮੈਂ ਬਾਹਰੋਂ ਲੈ ਰਿਹਾ ਇੰਜੈਕਸ਼ਨ ਦੇ ਥਰੂ ਮੈਂ ਹਾਰਮੋਨ ਲੈ ਰਿਹਾ ਆਲਰੇਡੀ ਉਸ ਟੈਸਟੋਸੋਨ ਦੇ ਬਾਰੇ ਬੋਡੀ ਨੂੰ ਪਤਾ ਬੋਡੀ ਨੋਜ਼ ਅਬਾਊਟ ਦੈਟ ਹਾਰਮੋਨ ਕਿ ਇਹ ਟੈਸਟੋਸਟਰੋਨ ਆ ਜਿਹੜਾ ਕਿ ਮੇਰੇ ਵਿੱਚ ਆਲਰੇਡੀ ਪ੍ਰੈਜ਼ੈਂਟ ਆ ਜੀ ਮੇਰੇ ਵਿੱਚ ਉਹ ਚੀਜ਼ ਵੱਧ ਗਈ ਤੁਹਾਡੇ ਚ 100 ਹੀ ਰਹਗੀ ਮੈਂ ਬਾਹਰੋਂ ਯੂਜ਼ ਕੀਤਾ ਮੇਰੇ 200 ਹੋ ਗਈ ਜੀ ਤੁਹਾਡੀ ਸ਼ਮਤਾ 100 ਦੀ 100 ਦੀ ਆ ਜੀ ਮੇਰੀ 200 ਦੀ ਹੋ ਗਈ ਹਮ ਮੈਂ ਤੁਹਾਡੇ ਨਾਲੋਂ ਉਹ ਜੇ ਸਾਲ ਫੇਰ ਆਪਾਂ ਅਗਲਾ ਸਾਲ ਫੇਰ ਇਕੱਠੇ ਕੀਤੀ ਹੂੰ ਤੁਸੀਂ 21 ਤੇ ਹੀ ਖੜੇ ਹੋ ਮੈਂ 26 ਹੋ ਗਿਆ ਹੂੰ ਇਹ ਚੀਜ਼ਾਂ ਇਦਾਂ ਚੱਲਦੀਆਂ ਮਾੜੀਆਂ ਬੋਡੀ ਦੇ ਲਈ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਬਟ ਇੱਕ ਗੇਮ ਦਾ ਤਰੀਕਾ ਹੁੰਦਾ ਬੋਡੀ ਬਿਲਡਿੰਗ ਤਾਂ ਹੈ ਹੀ ਇਹ ਕੰਸਿਸਟੈਂਸੀ ਇਸ ਕੰਮ ਤੇ ਕਰਦੀ ਆ ਕਿ ਨਾਰਮਲ ਬੰਤੇ ਦੇ ਨਾਲੋਂ ਡਿਫਰੈਂਟ ਹੂੰ ਕਿ ਥੋਟੇ ਕੋਲ ਸਰੀਰ ਵੱਡਾ ਏਡੇ ਏਡੇ ਸਰੀਰ ਉਹ ਕਾਮਨ ਨਹੀਂ ਦੇਖਣ ਨੂੰ ਮਿਲਦੇ ਏਡੇ ਏਡੇ ਸਰੀਰ ਨੂੰ 18 ਇੰਚ ਦਾ ਡੋਲਾ 100 ਬੰਦਾ ਖੜਾ 100 ਚ ਦੋਆਂ ਚਾਰਾਂ ਦੇ ਹੋਣੇ ਆ ਬਿਲਕੁਲ ਸੋ ਉਹ ਚੀਜ਼ ਡਿਫਰੈਂਟ ਹੁੰਦੀ ਹੈ ਪਰ ਜਿੱਥੇ ਕਬੱਡੀ ਦੀ ਗੱਲ ਆਉਂਦੀ ਹੈ ਇੱਥੇ ਯੂਜ਼ ਹੁੰਦੀਆਂ ਇਹ ਚੀਜ਼ਾਂ ਇੱਕੇ ਧਮ ਲਾ ਕੇ ਅੱਜੇ ਲਾ ਲਿਆ ਤੇ ਅੱਜੇ ਉਹ ਇੰਪੈਕਟ ਉੱਥੇ ਹੀ ਕਰ ਦੇ ਉਹ ਚੀਜ਼ ਨਹੀਂ ਹੁੰਦੀ ਇਹ ਵੀ ਇੱਕ ਮਿਥਾ ਉਹ ਇੱਕ ਸਿਰਫ ਪਲੇਸੀਬੋ ਇਫੈਕਟ ਹੁੰਦਾ ਜਿਹੜਾ ਬ੍ਰੇਨ ਤੇ ਕੰਮ ਕਰਦਾ ਜੀ ਕਿ ਆਪਾਂ ਕੋਈ ਚੀਜ਼ ਲੈ ਲਈ ਤੇ ਮੈਨੂੰ ਹੁਣ ਹੁਣੇ ਹੀ ਫਰਕ ਪੈ ਜਾਊਗਾ ਉਹ ਨਹੀਂ ਪੈਂਦਾ ਪਰ ਇਹਦੇ ਨਾਲ ਆਪਾਂ ਦੇਖਦੇ ਹਾਂ ਬਹੁਤ ਕਬੱਡੀ ਦੇ ਖਿਡਾਰੀ ਹਾਂ ਡੈਥ ਵੀ ਹੋਈ ਆ ਉਹਨਾਂ ਦੀ ਇਹ ਚੀਜ਼ਾਂ ਇੰਪੈਕਟ ਕਰਦੀਆਂ ਇਸ ਤਰੀਕੇ ਦੇ ਨਾਲ ਕਿਉਂਕਿ ਇਹਦਾ ਇੱਕ ਸਾਈਕਲ ਹੁੰਦਾ ਯੂਜ਼ ਕਰਨ ਦਾ ਇੱਕ ਤਰੀਕਾ ਹੁੰਦਾ 3 ਮਹੀਨੇ ਯੂਜ਼ ਕਰੋ ਆ 4 ਮਹੀਨੇ ਲਾਸਟ ਹੁੰਦਾ ਇਹਦਾ ਯੂਜ਼ ਕਰਨ ਦਾ ਫਿਰ ਇਹ ਵਾਸ਼ ਵੀ ਕਰੀਦੇ ਆ ਕਿਉਂਕਿ ਨੇਚਰਲ ਸਿਸਟਮ ਆਪਣਾ ਬੰਦ ਹੋ ਜਾਂਦਾ ਇਹਨਾਂ ਨੂੰ ਯੂਜ਼ ਕਰਕੇ ਜੀ ਫਿਰ ਉਹ ਨੇਚਰਲ ਸਿਸਟਮ ਨੂੰ ਚਲਾਉਣਾ ਵੀ ਪੈਂਦਾ ਹੂੰ ਇਹਨਾਂ ਨੂੰ ਬਾਹਰ ਕੱਢ ਕੇ ਉਹ ਚੀਜ਼ਾਂ ਆਪਣੇ ਕਬੱਡੀ ਵਾਲਿਆਂ ਦੇ ਵਿੱਚ ਨਹੀਂ ਹੈਗੀਆਂ ਦੇ ਆਰ ਨਾਟ ਦੈਟ ਕੁਆਲੀਫਾਈਡ ਟੂ ਯੂਜ਼ ਥੀਸ ਕਾਈਂਡਸ ਆਫ ਟਰਕਸ ਇਹ ਇੱਕ ਹੁਣ ਬੋਡੀ ਬਿਲਡਿੰਗ ਬੋਡੀ ਬਿਲਡਰ ਦੇ ਉੱਤੇ ਦੋ ਤਾਂ ਡਾਕਟਰ ਹੁੰਦੇ ਆ ਪਹਿਲਾਂ ਐਂਡੋਕ੍ਰੋਨੋਲੋਜਿਸਟ ਇੱਕ ਹੁੰਦਾ ਉਹਦਾ ਟੈਸਟ ਐਨਾਲਾਈਜ਼ਰ ਫਿਰ ਹੁੰਦਾ ਉਹਦਾ ਕੋਚ ਔਰ ਅੱਜਕੱਲ ਜਿਹੜੇ ਕੋਚ ਹੈਗੇ ਆ ਉਹ ਖੁਦ ਹੀ ਇੰਨੇ ਕੁ ਕੁਆਲੀਫਾਈਡ ਕੋਚੇਸ ਹੈਗੇ ਆ ਕਿ ਉਹ 10 ਜਣਿਆਂ ਦਾ ਕੰਮ ਇੱਕ ਬੰਦੇ ਵਾਸਤੇ ਖੁਦ ਕਰਦੇ ਆ ਜੀ ਕਪਟੀ ਦੇ ਵਿੱਚ ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਕੋਜ਼ ਇੱਕ ਦਿਨ ਦੇ ਵਿੱਚ ਉਸੇ ਸਮੇਂ ਤੁਸੀਂ ਲਾ ਲਿਆ ਉਹ ਲਾ ਕੇ ਗ੍ਰੇਡ ਪਹੁੰਚ ਜਾਂਦੇ ਆ ਜੀ ਅੱਧੇ ਘੰਟੇ ਚ ਤਾਂ ਨਹੀਂ ਕੁਝ ਕਰਨ ਲੱਗੇ ਇਹਦੇ ਤੋਂ ਚੰਗਾ ਤਾਂ ਚਾਰ ਸਕੂਪ ਪ੍ਰੀ ਵਰਕਆਊਟ ਤੇ ਲੈ ਲਓ ਤੁਹਾਨੂੰ ਜਾਦੇ ਬੰਪ ਅਪ ਦੇਊਗਾ ਹਾਂ ਪਰ ਕਹਿੰਦੇ ਕਈ ਇੰਜੈਕਸ਼ਨ ਤਾਂ ਕਹਿੰਦੇ ਇਦਾਂ ਦੇ ਹੁੰਦੇ ਆ ਵੀ ਕਹਿੰਦੇ ਵੀ ਕਬੱਡੀ ਵਾਲੇ ਦੱਸਦੇ ਮੇਰੇ ਕੁਝ ਦੋਸਤ ਕਹਿੰਦੇ ਵੀ ਨੇਰੀ ਠਾ ਦਿੰਦੇ ਆ ਬਈ ਇਹ ਜਿਹੜੀ ਨੇਰੀ ਉੱਠਦੀ ਹੈ ਤੇ ਇਹਦੇ ਫਿਰ ਸਾਈਡ ਇਫੈਕਟ ਵੀ ਤਾਂ ਬਹੁਤ ਤੇਜ਼ੀ ਨਾਲ ਆਉਂਦੇ ਆ ਇਹ ਚਲੋ ਆਪਾਂ ਨੂੰ ਜੀ ਕਹਿਣਾ ਨਹੀਂ ਚਾਹੀਦਾ ਪਰ ਇਹ ਨੇਰੀ ਤੇ ਤੂਫਾਨ ਥੋੜੇ ਸਮੇਂ ਦੇ ਹੀ ਹੁੰਦੇ ਆ ਸੋ ਇਹ ਚੀਜ਼ਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਇੱਕ ਵਾਰੀ ਨੇਰੀ ਠਾ ਲਈ ਤੋ ਵਾਰੀ ਠਾਲੋਂਗੇ ਤਿੰਨ ਵਾਰੀ ਠਾਲੋਂਗੇ ਕਿੰਨਾ ਕੁ ਚਿਰ ਨੇੜੀ ਠਾਈ ਜਾਵਾਂਗੇ ਕਿੰਨਾ ਕੁ ਟਾਈਮ ਸਰੀਰ ਚੱਲ ਲੂਗਾ ਉਹ ਆਪਣੀ ਲਾਈਫ ਨੂੰ ਕਟਆਫ ਕਰ ਰਿਹਾ ਯੂਜ਼ ਹੋ ਰਿਹਾ ਕੁਛ ਹਾਂ ਇੰਟਰਨਲ ਆਰਗਨਸ ਤੇ ਸਟ्रेस ਪੈ ਰਿਹਾ ਤਾਂ ਉਹ ਸਾਲ ਦਰ ਸਾ ਉਹਦੀ ਉਮਰ ਘਟ ਰਹੀ ਹੈ ਸਿੱਧਾ ਸਿੱਧਾ ਇਹੀ ਆ ਸਿੱਧਾ ਤਰੀਕਾ ਇਹੀ ਆ ਉਮਰ ਘਟ ਰਹੀ ਆ ਹੁਣ ਮੈਂ ਇੱਕ ਚੀਜ਼ ਦੀ ਗੱਲ ਕਰਦਾ ਜੀ ਆਪਾਂ ਵੀ ਆਰ ਨਾਟ ਅਫਰੇਡ ਆਫ ਐਨੀ ਐਨੀਥਿੰਗ ਲਾਈਕ ਥੈਟ ਪੀਜੀਸੀਐਲ ਇਹ ਇੱਕ ਡਰਗ ਆ ਇਹਨੂੰ ਵੇਚਿਆ ਜਾਂਦਾ ਸੁਪੀਰੀਅਰ ਪੀਜੀਸੀਐਲ ਕਹਿ ਕੇ ਇਹ ਚੀਜ਼ ਦਾ ਕੰਮ ਹੁੰਦਾ ਐਂਡ ਤੇ ਜਦੋਂ ਕੰਪੀਟੀਸ਼ਨ ਕਰਦੇ ਆ ਬੋਡੀ ਬਿਲਡਰਸ ਉਦੋਂ ਇਹ ਡਰਗ ਲਿਆ ਜਾਂਦਾ ਇਹ ਇਨਸੂਲਿਨ ਜਿਹੜੀ ਆਪਣੀ ਸਰਿੰਜ ਹੁੰਦੀ ਆ ਸ਼ੂਗਰ ਵਾਲਿਆਂ ਲਾਉਂਦੇ ਆ ਆਪਣੇ ਜੀ ਪੇਟ 'ਚ ਲਾਈ ਜਾਂਦੀ ਆ ਨੀਵਲ ਤੋਂ 3 ਇੰਚ ਦੇ ਆ ਧਾਇਰੇ ਤੇ ਧੁੰਨੀ ਦੇ ਆਸੇ-ਪਾਸੇ ਹਾਂ ਇਹ ਕਹਿੰਦੇ ਹੁੰਦੇ ਇਹਨੂੰ ਠੇਠ ਪੰਜਾਬੀ ਵਿੱਚ ਕਿ ਫਲਾਣੇ ਨੇ ਤਾਂ ਬਈ ਕਿਟ ਲਾਈ ਆ ਆ ਵੇਖੋ ਹੁਣ ਟੂਰਨਾਮੈਂਟ ਦੇ ਉੱਤੇ ਵੈਦਾਂ-ਵੈਦਾਂ ਕਰਾਈ ਤਰਿਆ ਹੁੰਦਾ ਜੀ ਹੁਣ ਇਹ ਇਹ ਬੇਸਿਕਲੀ ਚੀਜ਼ ਯੂਜ਼ ਹੁੰਦੀ ਹੈ weight ਘਟਾਉਣ ਵਾਸਤੇ ਜੀ ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਹੈਰਾਨੀ ਮੰਨੋਗੇ ਕਿ ਇਹ ਐਚਯੂਐਲ ਚ ਯੂਜ਼ ਕਾਦੇ ਲਈ ਹੁੰਦੀ ਆ ਜਰੂਰ ਜਿਹੜੀਆਂ ਫੀਮੇਲ ਡੌਗਸ ਹੁੰਦੀਆਂ ਜੀ ਉਹ ਉਹਦਾ ਮਾਲਕ ਮੰਨ ਲਓ ਮੈਂ ਹਾਂ ਮੈਂ ਨਹੀਂ ਚਾਹੁੰਦਾ ਕਿ ਮੇਰੀ ਫੀਮੇਲ ਡੌਗ ਪ੍ਰੈਗਨੈਂਟ ਹੋਵੇ ਹੂੰ ਮੈਂ ਉਹਦੇ ਬੱਚੇ ਅਬੋਰਟ ਕਰਨੇ ਹੈਗੇ ਆ ਜੀ ਮੈਂ ਉਹਦੇ ਲਵਾਉਂਗਾ ਬੇਸਿਕਲੀ ਇਹ ਪਿਚਸ ਦੇ ਲਈ ਬਣੀ ਆ ਕਿ ਉਹ ਚੀਜ਼ ਉਹ ਕਨਸੀਵ ਨਾ ਕਰਨ ਜੀ ਮੁੰਡੇ ਲਾਉਂਦੇ ਆ ਲਾਉਂਦੇ ਨੇ ਕੋਡੀ ਆ ਹਿਊਮਨਸ ਹੂੰ ਉਹ ਲਾਉਂਦੇ ਆ ਆਪਣਾ weight ਘਟਾਉਣ ਵਾਸਤੇ ਇਨਸਟੈਂਟਲੀ ਘਟਦਾ ਤਿੰਨ ਚਾਰ ਵਾਰ ਆਪਾਂ ਨੂੰ ਵਾਸ਼ਰੂਮ ਜਾਣਾ ਪਊਗਾ ਤੇ ਉਹ ਚਰਬੀ ਖੁਰਦੀ ਆ ਉਦੇ ਨਾਲ ਇਨਸਟੈਂਟਲੀ ਤੁਸੀਂ ਲਾ ਲਿਆ ਤੁਹਾਨੂੰ 10 ਮਿੰਟਾਂ ਬਾਅਦ ਵਾਸ਼ਰੂਮ ਜਾਣਾ ਪਊਗਾ ਹੋ ਸਕਦਾ ਤੁਸੀਂ ਉੱਥੇ ਬੈਠੇ ਰਹੋ ਫੋਰ ਅ ਵਾਈਲ ਇਹਦੀ ਥੋੜੀ ਬਹੁਤ ਦੋ ਡੋਜ਼ ਵੱਧ ਗਈ ਹੂੰ ਗਿਆ ਇਦਾਂ ਦੇ ਡਰੱਗਸ ਵੀ ਪਏ ਆ ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਇਸ ਚੀਜ਼ ਦੇ ਬਾਰੇ ਮੈਂ ਪਹਿਲੀ ਵਾਰ ਸੁਣ ਰਿਹਾ ਆ ਇਹ ਗੱਲ ਸੋ ਇਦਾਂ ਦੀਆਂ ਚੀਜ਼ਾਂ ਵੀ ਇਹਦੇ ਤੋਂ ਇਲਾਵਾ ਹੋਰ ਇਦਾਂ ਦੀਆਂ ਚੀਜ਼ਾਂ ਬਹੁਤ ਪਈਆਂ ਜਿਹਦਾ ਤੁਸੀਂ ਟੈਸਟ ਵੀ ਕਰਾਉਂਗੇ ਬੋਡੀ ਦਾ ਸਾਰਾ ਡਾਪ ਟੈਸਟ ਵੀ ਹੋ ਗਿਆ ਉਹ ਨਹੀਂ ਆਉਂਦੇ ਟਾਪ ਟੈਸਟ ਚ ਹੂੰ ਉਹ ਨੇਚੁਰਲੀ ਲੱਗੂਗਾ ਬਹੁਤੇ ਬਾਡੀ ਬਿਲਡਰ ਵੀ ਸਟੇਜ ਤੇ ਚੜਦੇ ਹੈਗੇ ਇਹ ਚੀਜ਼ ਕਹ ਕੇ ਕਿ ਅਸੀਂ ਨੇਚੁਰਲ ਆ ਨਹੀਂ ਨੇਚੁਰਲ ਹੁੰਦੇ ਉਹਨਾਂ ਦੇ ਕੋਈ ਨਾ ਕੋਈ ਚੀਜ਼ਾਂ ਹੀ ਉਹਦਾਂ ਦੀਆਂ ਯੂਜ਼ ਹੋਈਆਂ ਹੁੰਦੀਆਂ ਹੂੰ ਟੈਸਟ ਕਰਨ ਦੇ ਲਈ ਸਪੈਸੀਫਿਕਲੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਹਾਰਮੋਨ ਦਾ ਕਿਹੜਾ ਸਟ੍ਰੈਂਡ ਆ ਜੀ ਉਸੇ ਦੇ ਬਾਰੇ ਇਹ ਲੱਭਣਗੇ ਤਾਂ ਉਹ ਲੱਭੂਗਾ ਜੇ ਪਤਾ ਹੀ ਨਹੀਂ ਕਿ ਕਿਹੜਾ ਸਟ੍ਰੈਂਡ ਆ ਤੇ ਟੈਸਟ ਕਾਦਾ ਕਰਨਗੇ ਹੂੰ ਨਾਰਮਲ ਡਾਪ ਟੈਸਟ ਕਰ ਲੈ ਵੀ ਕੁਝ ਲਿਆ ਤਾਂ ਨਹੀਂ ਉਹ ਜਿਹੜਾ ਡਾਪ ਟੈਸਟ ਚਾਹਣਾ ਅਗਲੇ ਨੇ ਉਹ ਲਿਆ ਹੀ ਨਹੀਂ ਹੂੰ ਉਹਨ ਇੱਕਲੋਤੀ ਚੀਜ਼ ਲਈ ਆ ਜਿਹੜੀ ਚੀਜ਼ ਦਾ ਉਹਦਾ ਸਪੈਸੀਫਿਕ ਟੈਸਟ ਹੁੰਦਾ ਵੀ ਆਹ ਲਿਆ ਜੀ ਉਹਨਾਂ ਨੂੰ ਪਤਾ ਹੀ ਨਹੀਂ ਪਤਾ ਜਦੋਂ ਉਹ ਚੀਜ਼ ਦਾ ਹਾਂ ਇਦਾਂ ਦੀਆਂ ਚੀਜ਼ਾਂ ਕਬੱਡੀ ਵਿੱਚ ਹੁੰਦੀਆਂ ਬਾਡੀ ਬਿਲਡਿੰਗ ਵਿੱਚ ਵੀ ਹੁੰਦੀਆਂ ਬਹੁਤੀਆਂ ਚੀਜ਼ਾਂ ਯੂਜ਼ ਕਰ ਲੈਂਦੇ ਆ ਜਵਾਨੀ ਦੇ ਜੋਸ਼ ਦੇ ਵਿੱਚ ਹੂੰ ਕਿ ਅਸੀਂ ਇੱਕ ਵਾਰੀ ਚੰਗੇ ਲੱਗਾਂਗੇ ਗੇਮਿੰਗ ਦੇ ਵਿੱਚ ਇੱਕ ਐਥਲੀਟ ਦਾ ਮਾਈਂਡ ਮਨ ਬਹੁਤ ਸਾਫ਼ ਹੁੰਦਾ ਉਹਨੂੰ ਹੁੰਦਾ ਮੈਂ ਅੱਗੇ ਨੰਗਾ ਜੀ ਦੂਜੇ ਨਾਲੋਂ ਮੈਂ ਵਧੀਆ ਦਿਖਾਂ ਦੂਜੇ ਨਾਲੋਂ ਮੈਂ ਮੇਰਾ ਕੰਮ ਵਧੀਆ ਹੋਵੇ ਮੇਰੀ ਗੇਮ ਵਧੀਆ ਹੋਵੇ ਪਰ ਉਹਨਾਂ ਚੀਜ਼ਾਂ ਦੇ ਵਿੱਚ ਆਪਣੀ ਲਾਈਫ ਨੂੰ ਇੰਨਾ ਜ਼ਿਆਦਾ ਰਿਸਕ ਤੇ ਪਾਉਣਾ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਬਾਈ ਤੁਸੀਂ ਟੈਸਟਾਂ ਦੀ ਗੱਲ ਚਲਾਈ ਹੈ ਇੱਕ ਆਮ ਬੰਦਾ ਜਿਹੜਾ ਜਿੰਮ ਜਾਂਦਾ ਹੈ ਚਲੋ ਬੋਡੀ ਬਿਲਡਰ ਦੀ ਅਸੀਂ ਨਹੀਂ ਗੱਲ ਕਰਦੇ ਆਮ ਵਿਅਕਤੀ ਜਿਹੜਾ ਜਾ ਰਿਹਾ ਜੈਮ ਦੇ ਵਿੱਚ ਉਹਨੂੰ ਵੀ ਕੋਈ ਨਾਰਮਲ ਟੈਸਟ ਕਰਾਉਣੇ ਚਾਹੀਦੇ ਆ ਜੇ ਕਰਾਉਣੇ ਚਾਹੀਦੇ ਤਾਂ ਕਿਹੜੇ ਨੇ ਬਾਈ ਜੀ ਤੇ ਕਿੰਨੇ ਚਿਰ ਬਾਅਦ ਕਰਾਉਂਦਾ ਰਹੇ ਉਹ ਈਵਨ ਜੀ ਜਿਹੜਾ ਬੰਦਾ ਨਹੀਂ ਵੀ ਜਾਂਦਾ ਉਹਨੂੰ ਵੀ ਕਰਾਉਣੇ ਚਾਹੀਦੇ ਜੀ ਔਰ ਮੇਰੇ ਮਮ ਡੈਡ ਆ ਉਹ ਨਹੀਂ ਜਾਂਦੇ ਪਰ ਫਿਰ ਵੀ ਆਪਾਂ ਟੈਸਟ ਕਰਵਾਈਦੇ ਆ ਜੀ ਬਾਡੀ ਦੇ ਵਿੱਚ ਕੀ ਚੱਲ ਰਿਹਾ ਆਪਾਂ ਨੂੰ ਨਹੀਂ ਪਤਾ ਕੋਲੇਸਟ੍ਰੋਲ ਵਗੈਰਾ ਨਾਰਮਲ ਹੀ ਬੰਦੇ ਦਾ ਵਧਿਆ ਪਿਆ ਹੁੰਦਾ ਹੂੰ ਉਹਦਾ ਕੋਲੇਸਟ੍ਰੋਲ ਦਾ ਸਿੱਧਾ ਸਿੱਧਾ ਮਤਲਬ ਇਹ ਆ ਤੁਹਾਡੀਆਂ ਨਾੜਾਂ ਦੇ ਵਿੱਚ ਬਲੋਕੇਜ ਆ ਹੂੰ ਤੇ ਜੇ ਉਹ ਵੱਧ ਗਈ ਸੋ ਦੈਟ ਵਿਲ ਕਨਵਰਟ ਟੂ ਕੈਂਸਰ ਇੱਕ ਜੈਮ ਵਾਲਾ ਕਿਹੜੇ ਕਿਹੜੇ ਕਰਾਵੇ ਜੀ ਜਿਮ ਤੇ ਵਿੱਚ ਨਾਰਮਲੀ ਜਿਹੜੇ ਆਪਣੇ ਲਿਪਿਡ ਪ੍ਰੋਫਾਈਲਸ ਹੋ ਗਈਆਂ ਕਿਡਨੀ ਕਿਡਨੀ ਫੰਕਸ਼ਨ ਲੀਵਰ ਫੰਕਸ਼ਨ ਹੋ ਗਿਆ ਕਾਰਡੀਓ ਵੈਸਕੂਲਰ ਹੈਲਥ ਥੋੜਾ ਹਾਰਟ ਦੀ ECG ਵਗੈਰਾ ਕਰਾ ਲਈ ਕੋਈ ਨਾਰਮਲ ਹੁੰਦਾ ਉਹ ਚੀਜ਼ ਪਤਾ ਲੱਗ ਜਾਂਦਾ ਕਿ ਬੋਡੀ ਕਿੱਥੇ ਜੇ ਆਪਣੇ ਬੇਸਿਕਲੀ ਇੱਥੇ ਫਾਰਮੈਟਸ ਬਣੇ ਹੁੰਦੇ ਆ ਜਦੋਂ ਵੀ ਆਪਾਂ ਕਿਸੇ ਲੈਬ ਵਿੱਚ ਜਾਂਦੇ ਆ ਹਮ ਫੁੱਲ ਬੋਡੀ ਦਾ ਬਣਿਆ ਹੁੰਦਾ ਕਿਸੇ ਵੀ ਲੈਬ ਦੇ ਵਿੱਚ ਜਾ ਕੇ ਬੰਦਾ ਨਾਰਮਲੀ ਇਹ ਚੀਜ਼ ਪੁੱਛ ਸਕਦਾ ਕਿ ਮੈਂ ਮੈਂ ਫੁੱਲ ਬੋਡੀ ਟੈਸਟ ਕਰਾਉਣਾ ਆਈ ਜਸਟ ਵਾਂਟ ਟੂ ਨੋ ਅਬਾਊਟ ਦ ਬੋਡੀ ਕਿ ਮੇਰੇ ਵਿੱਚ ਚੱਲ ਕੀ ਰਿਹਾ ਉਹ ਨਾਰਮਲੀ ਤੁਹਾਡਾ ਟੈਸਟ ਕਰਕੇ ਦੇਣਗੇ ਟੇਕ ਇਟ ਟੂ ਅ ਗੁੱਡ ਡਾਕਟਰ ਉਹ ਐਨਲਾਈਜ਼ ਕਰੂਗਾ ਪ੍ਰੋਪਰਲੀ ਹਮ ਆਪਣੇ ਇੱਥੇ ਮੇਨਲੀ ਪ੍ਰੋਬਲਮ ਜਿਹੜੇ ਮਾਰੇ ਬੰਦਿਆਂ ਨੂੰ ਆਉਂਦੀ ਆ ਉਹਨਾਂ ਦੇ ਓਟਪੀਟੀ ਵਧੇ ਹੁੰਦੇ ਆ ਜੀ ਸੋ ਇਹ ਚੀਜ਼ ਮੈਂ ਕਲੀਅਰ ਕਰ ਦੇਣਾ ਚਾਹੂੰਗਾ ਓਟਪੀਟੀ ਵਧਣਾ ਕੋਈ ਬਹੁਤੀ ਮਾੜੀ ਗੱਲ ਨਹੀਂ ਬਹੁਤੇ ਲੋਕ ਆਪਣੇ ਸਟ्रेस ਲੈਂਦੇ ਇਸ ਚੀਜ਼ ਦਾ ਜੀ ਉਹ ਪ੍ਰੋਟੀਨ ਡਾਈਜੈਸਟਿੰਗ ਐਂਜਾਈਮਸ ਆ ਹਮ ਤੁਹਾਡਾ ਪ੍ਰੋਟੀਨ ਉਹਨਾਂ ਤੋਂ ਬਿਨਾਂ ਨਹੀਂ ਪਚਣਾ ਨਾਰਮਲ ਬੰਦਾ 100 ਗ੍ਰਾਮ ਖਾਂਦਾ ਉਹਦੇ ਨਹੀਂ ਵਧੇ ਹੋਣਗੇ ਜੀ ਛੇਮਾਲਾ ਬੰਦਾ ਤਾਂ ਓਬਵੀਅਸਲੀ ਜ਼ਿਆਦਾ ਖਾਊਗਾ ਟੜਕੇ ਵੀ ਆਂਡੇ ਖਾਈ ਜਾਂਦਾ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਆਂਡੇ ਖਾਂਦਾ ਦੁਪਹਿਰੇ ਉਹ ਮੀਟ ਖਾਂਦਾ ਹੂੰ ਇਹਦੇ ਵਾਸਤੇ ਐਂਜ਼ਾਈਮ ਜ਼ਿਆਦਾ ਚਾਹੀਦੇ ਬਿਲਕੁਲ ਓਟਪੀਟੀ ਵਧੇ ਹੁੰਦੇ ਉਹਨਾਂ ਦੀ ਜਿੰਨਾ ਵੱਧ ਖਾਵਾਂਗੇ ਉਹਨਾਂ ਵੱਧ ਬਾਡੀ ਐਸਿਡ ਦੇਊਗੀ ਪਚਾਉਣ ਵਾਸਤੇ ਹੂੰ ਤੇ ਇਹ ਚੀਜ਼ ਮਾੜੀ ਮੰਨੀ ਜਾਂਦੀ ਆ ਤਾਂ ਇਹ ਇਹ ਦੋਨਾਂ ਦੀ ਆੜ ਦੇ ਵਿੱਚ ਵੀ ਓਟਪੀਟੀ ਵਧ ਗਈ ਕੱਲੇ ਯਰੀਆਂ ਚੀਜ਼ਾਂ ਜਿਹੜੀਆਂ ਅਸਲ 'ਚ ਮਾੜੀਆਂ ਹੁੰਦੀਆਂ ਕੋਲੇਸਟ੍ਰੋਲ ਐਚ ਡੀ ਐਲ ਐਲ ਡੀ ਐਲ ਉਹਨਾਂ ਨੂੰ ਨਿਗਲੈਕਟ ਕਰ ਦਿੱਤਾ ਜਾਂਦਾ ਜੀ ਇਹਨਾਂ ਨੂੰ ਇੱਕ ਵੱਡਾ ਮੰਨਿਆ ਜਾਂਦਾ ਸੋ ਬੇਸਿਕਲੀ ਆਪਾਂ ਨੂੰ ਟੈਸਟ 3 ਕੁ ਮਹੀਨਿਆਂ ਬਾਅਦ 4ਾਂ ਬਾਅਦ ਕਰਾਉਣਾ ਚਾਹੀਦਾ ਹੂੰ ਤਾਂ ਕਿ ਆਪਾਂ ਨੂੰ ਪਤਾ ਲੱਗ ਜੀ ਕਿਉਂਕਿ 3-4 ਮਹੀਨੇ ਬੰਦਾ ਲਾਈਫ ਸਟਾਈਲ 'ਚ ਬਹੁਤ ਕੁਝ ਕਰ ਲੈਂਦਾ ਆਪਣੇ ਜੀ ਉਸ ਤੋਂ ਬਾਅਦ ਜਦੋਂ ਅਗਰ ਕੁਝ ਲੱਗਦਾ ਕਿ ਟੈਸਟ ਦੇ ਵਿੱਚ ਹਾਈਲਾਈਟ ਕੀਤੀਆਂ ਹੋਈਆਂ ਕੁਝ ਚੀਜ਼ਾਂ ਜੀ ਆਪ ਨੂੰ ਨਹੀਂ ਸਮਝ ਆ ਰਹੀ ਡਾਕਟਰ ਕੋਲ ਜਾਓ ਉਹ ਤੁਹਾਨੂੰ ਬੈਟਰ ਇਸ ਚੀਜ਼ ਦੇ ਬਾਰੇ ਗਾਈਡ ਕਰਨਗੇ ਆਪਣੇ ਇੱਥੇ ਬਹੁਤ ਅੱਛੇ ਐਂਡੋਕ੍ਰੋਨੋਲੋਜਿਸਟ ਵੀ ਹੈਗੇ ਆ ਜਿਹੜੇ ਹਾਰਮੋਨਿਕਲੀ ਵੀ ਹੈਲਪ ਕਰਦੇ ਆ ਜੀ ਔਰ ਈਵਨ ਟੈਸਟ ਵੀ ਐਨਾਲਾਈਜ਼ ਕਰਦੇ ਆ ਬਾਈ ਤੁਸੀਂ ਕੋਚਿੰਗ ਆਸਟ੍ਰੇਲੀਆ ਤੋਂ ਮੇਰੇ ਖਿਆਲ ਦੇ ਨਾਲ ਸ਼ੁਰੂ ਕੀਤੀ ਸ਼ਾਇਦ ਤੁਸੀਂ ਇੱਥੋਂ ਕੀਤੀ ਹੋਵੇ ਪਰ ਮੇਰੀ ਜਿਹੜੀ ਜਜਮੈਂਟ ਆ ਕਿ ਤੁਸੀਂ 3 ਸਾਲ ਆਸਟ੍ਰੇਲੀਆ ਦੇ ਵਿੱਚ ਲਾਏ ਉੱਥੋਂ ਤੁਸੀਂ ਕੋਚਿੰਗ ਦੇ ਰਹੇ ਹੋ ਇੱਥੋਂ ਦੇ ਜਵਾਕਾਂ ਨੂੰ ਵੀ ਦੇ ਰਹੇ ਹੋ ਕੈਨੇਡਾ ਤੋਂ ਵੀ ਤੁਹਾਨੂੰ ਤੁਹਾਡੇ ਨਾਲ ਲੋਕ ਜੁੜੇ ਹੋਏ ਨੇ ਇਸ ਗੱਲ ਨੂੰ ਮੈਂ ਨਿੱਜੀ ਤੌਰ ਤੇ ਜਾਣਨਾ ਹੈ ਆਸਟ੍ਰੇਲੀਆ ਤੋਂ ਵੀ ਲੋਕ ਜੁੜੇ ਹੋਏ ਨੇ ਇਕ ਕੋਚਿੰਗ ਜਰੂਰ ਦੱਸਿਓ ਕਿ ਤੁਹਾਡਾ ਕੋਈ ਫ੍ਰੀ ਆਫ ਕਾਸਟ ਵਾਲਾ ਕੰਮ ਹੈ ਕੋਈ ਇਹਦੀ ਪੇਮੈਂਟ ਲੈਣੀ ਹੋ ਤੁਹਾਡੇ ਕੋਲੇ ਬੰਦੇ ਨੂੰ ਪਹੁੰਚਣਾ ਪੈਂਦਾ ਆਨਲਾਈਨ ਸਿਸਟਮ ਚੱਲਦਾ ਹੈ ਤੁਹਾਡੇ ਤੱਕ ਕਿਵੇਂ ਅਪਰੋਚ ਕੀਤੀ ਜਾਵੇ ਤੁਹਾਡਾ ਕੋਈ ਨੰਬਰ ਤੁਹਾਡਾ ਕੋਈ ਟਿਕਾਣਾ ਅਕਸਰ ਸਾਡੇ ਨਾ ਦਰਸ਼ਕ ਕਹਿੰਦੇ ਆ ਕੁਝ ਇੰਟਰਵਿਊਆਂ ਦੇ ਉੱਤੇ ਖੈਰ ਮੈਂ ਬੜਾ ਸਤਿਕਾਰ ਕਰਦਾ ਸਾਡੇ ਦਰਸ਼ਕਾਂ ਦਾ ਜੇਕਰ ਉਹ ਨੇ ਤਾਂ ਅਸੀਂ ਆ ਕਿ ਯਾਰ ਇਹਦਾ ਕੋਈ ਟਿਕਾਣਾ ਤਾਂ ਦੱਸ ਦਿੰਦੇ ਕਿ ਤੁਰਿਆ ਫਿਰਦਾ ਹੀ ਫੜ ਲਿਆ ਇਹ ਤੁਰੇ ਫਿਰਦੇ ਫੜੇ ਨਹੀਂ ਬਾਈ ਟਿਕਾਣਾ ਜਰੂਰ ਦੱਸਿਓ ਮੇਰੀ ਇੰਸਟਾਗ੍ਰam ਆਈਡੀ ਆ ਦਾ ਬਰਾਡ ਐਥਲੈਟਿਕਸ ਜੀ ਤੇ ਉਹਦੇ ਉੱਪਰ ਮੈਂ ਨੰਬਰ ਵੀ ਦਿੱਤੇ ਹੋਏ ਆ ਟੂ ਅਪਲਾਈ ਮੇਰੀ ਈਮੇਲ ਵੀ ਹੈਗੀ ਆ ਕਿਸੇ ਕੋਈ ਈਮੇਲ ਵੀ ਕਰ ਸਕਦਾ ਡਾਇਰੈਕਟ ਮੈਸੇਜ ਔਨ ਇੰਸਟਾਗ੍ਰam ਵੀ ਛੱਡ ਸਕਦੇ ਆ ਹੂੰ ਉਹ ਡਾਇਰੈਕਟਲੀ ਜੇ ਉਹ ਕਿਸੇ ਵੀ ਤਰ੍ਹਾਂ ਦਾ ਮੈਨੂੰ ਮੈਸੇਜ ਕਰਦੇ ਆ ਕੋਈ ਨਵਾਂ ਬੰਦਾ ਉੱਥੇ ਫਾਰਮੈਟਸ ਬਣੇ ਹੋਈ ਆ ਕਿ ਉਹਨਾਂ ਨੇ ਕੀ ਗੋਲ ਕੀ ਕਰਨਾ ਹੈਗਾ ਉਹਨਾਂ ਨੂੰ ਉੱਤਾ ਫਾਰਮੈਟ ਚੱਲ ਜਾਂਦਾ ਉਹ ਆਪਣੀ ਡੀਟੇਲਸ ਦੇ ਦਿੰਦੇ ਆ ਫਿਰ ਮੈਂ ਅੱਗੇ ਉਹਨਾਂ ਨਾਲ ਗੱਲ ਸ਼ੁਰੂ ਕਰਦਾ ਫ੍ਰੀ ਆਫ ਕੋਸ ਨਹੀਂ ਹੈਗਾ ਜੀ ਆਈ ਚਾਰਜ ਫਾਰ ਥੈਟ ਤੇ ਇਹ ਡਿਪੈਂਡ ਕਰਦਾ ਔਨ ਔਨ ਪਰਸਨਸ ਗੋਲ ਕਿ ਉਹਨਾਂ ਨੇ ਕੰਪੀਟੀਸ਼ਨ ਪ੍ਰੈਪਰੇਸ਼ਨ ਕਰਨੀ ਆ ਬਾਡੀ ਬਿਲਡਿੰਗ ਦੇ ਵਿੱਚ ਹਮ ਉਹਨਾਂ ਦੀ ਕੋਈ ਅ ਇੰਟਰਨਲੀ organ ਪ੍ਰੋਬਲਮ ਆ ਡਿਸੀਜ਼ ਆ ਜਿੱਦਾਂ ਕੋਈ ਨਾਰਮਲ ਹੁੰਦੀਆਂ 슈ਗਰ 슈ਗਰ ਵਾਲੀ ਨੂੰ ਡਾਈਟ ਜਿੱਦਾਂ ਮਤਲਬ ਕਿ ਕਾਫੀ ਅੱਛਾ ਕੋਈ ਤੁਹਾਡਾ ਨੰਬਰ ਜ਼ਰੂਰ ਦਿਓ ਕਿਉਂਕਿ ਸਾਡੇ ਕੀ ਬਜ਼ੁਰਗ ਹੁੰਦੇ ਜਿਨ੍ਹਾਂ ਨੂੰ ਇੰਸਟਾ ਆਈਡੀ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਨੰਬਰ ਜ਼ਰੂਰ ਦਿਓ ਜਿਹੜਾ ਸਿੱਧਾ ਰਾਬਤਾ ਤੁਹਾਡਾ ਹੋ ਜੇ ਹਾਂਜੀ ਮੇਰਾ ਨੰਬਰ ਹੈਗਾ ਜੀ 95924 50025 ਜੀ ਤੇ ਇਹ ਮੇਰੀ ਫ੍ਰੀ ਆਫ ਕਾਸਟ ਨਹੀਂ ਹੈਗੀ ਆਈ ਚਾਰਜ ਫॉर दैट ਮੋਸਟਲੀ ਜਿਹੜੇ ਆਪਣੇ ਯੰਗਸਟਰ ਆ ਬਿਲੋ 15 16 17 ਅਲੀ ਇਨ 에ਜ ਗਰਪਾ ਇਹਨਾਂ ਨੂੰ ਮੈਂ ਫ੍ਰੀ ਦੱਸਦਾ ਵੀ ਆ ਫ੍ਰੀ ਮੈਂ ਇਹਨਾਂ ਨੂੰ ਕੋਚਿੰਗ ਵੀ ਦੇ ਦੇਣਾ ਕੋਈ ਹੈਲਪ ਚਾਹੀਦੀ ਹੋਵੇ ਫ੍ਰੀ ਕਰੀ ਦੀਆ ਬਿਕਾਜ਼ ਆਈ ਜਸਟ ਡੋਨਟ ਵਾਂਟ ਥੀਸ ਪੀਪਲ ਕੇ ਇਹ ਬੱਚੇ ਗਲਤ ਹੱਥਾਂ ਦੇ ਵਿੱਚ ਜਾਣ ਕਿਉਂਕਿ ਇਸ ਸਮੇਂ ਦੇ ਵਿੱਚੋਂ ਮੈਂ ਖੁਦ ਲੰਘਿਆ ਮੈਂ ਕਾਫੀ ਕੋਚ ਵੀ ਬਦਲੇ ਆ ਮੈਂ ਕਾਫੀ ਪੈਸੇ ਇਸ ਚੱਕਰ ਤੇ ਵੇਸਟ ਕੀਤੇ ਆ ਕਿ ਉਹਨਾਂ ਦਾ ਸਿਰਫ ਕੋਚਸ ਦਾ ਇਹ ਹੁੰਦਾ ਸੀਗਾ ਕਿ ਇਹ ਤੋਂ ਪੈਸੇ ਖਚੋ ਕੱਲੇ ਦੱਸ ਨਹੀਂ ਉਹਨਾਂ ਨੇ ਨਾਰਮਲੀ ਗੱਲ ਹੁੰਦੀ ਸੀ ਬਿਕੋਜ਼ ਇੱਕ ਬੱਚੇ ਸੀਗੇ ਆਪਾਂ 17-18 ਸਾਲਾਂ ਲਈ ਆਪਾਂ ਕਿੰਨੀ ਕੀ ਗੱਲ ਪੁੱਛ ਲਾਂਗੇ ਆਪਾਂ ਇੱਕ ਕੋਚ ਦੇ ਹੱਥਾਂ ਚ ਚਲੇ ਗਏ ਆ ਸੋ ਇਹ ਚੀਜ਼ ਮੈਨੂੰ ਪਰਸਨਲੀ ਮਾੜੀ ਲੱਗਦੀ ਆ ਈਵਨ ਆਪਣੇ ਇੱਥੇ ਤੁਹਾਡੀ ਲੋਕੇਲਿਟੀ ਦੇ ਵਿੱਚ ਵੀ ਆਪਣੇ ਇਸ ਕਲੋਨੀ ਦੇ ਵਿੱਚ ਇੱਥੋਂ ਵੀ ਇੱਕ ਦੋ ਬੱਚੇ ਇਦਾਂ ਦੇ ਹੈਗੇ ਆ ਜਿਹੜੇ ਜਿਮ ਆਉਂਦੇ ਆ ਜਿਹੜੇ ਮੈਨੂੰ ਪੁੱਛਦੇ ਆ ਤੇ ਆਪਾਂ ਇਹ ਚੀਜ਼ ਹੱਸ ਕੇ ਦੱਸੀ ਦੀ ਆ ਅਗਲਾ ਜ਼ਿੰਦਗੀ ਪਰ ਇਸ ਚੀਜ਼ ਨੂੰ ਯਾਦ ਰੱਖਦਾ ਕਿ ਹਾਂ ਉਹ ਲੋਕਾਂ ਤੋਂ ਬਹੁਤ ਹਾਈ ਚਾਰਜ ਕਰਦਾ ਬਟ ਉਹਨੇ ਮੇਰੀ ਇਸ ਚੀਜ਼ ਚ ਹੈਲਪ ਕੀਤੀ ਸੀ ਜੀ ਸਪਲੀਮੈਂਟ ਦੀ ਗੱਲ ਫੇਰ ਮੈਂ ਕੋਈ ਕਰੂੰਗਾ ਕਿ ਸਪਲੀਮੈਂਟ ਦੇ ਵਿੱਚ ਲੁੱਟ ਬਹੁਤ ਹੈ ਜਿਵੇਂ ਕੋਚਿੰਗ ਵਿੱਚ ਲੁੱਟ ਹੈ ਸਪਲੀਮੈਂਟ ਵਿੱਚ ਵੀ ਲੁੱਟ ਹੈ ਮੈਂ ਨਹੀਂ ਕਹਿੰਦਾ ਕਿ ਕਿਸੇ ਫਰਮ ਦਾ ਨਾਮ ਲੈ ਕੇ ਜਾਓ ਕਿਉਂਕਿ ਅਸੀਂ ਕਿਸੇ ਦੀ ਮਸ਼ਹੂਰੀ ਲਈ ਇਕੱਠੇ ਨਹੀਂ ਹੋਏ ਪਰ ਇਹ ਕਿਹੜਾ ਨਵਾਂ ਜਵਾਕ ਹੈ ਨਿਆਣਾ ਜੀ ਨੇ ਜਿਮ ਸ਼ੁਰੂ ਕੀਤੀ ਹੈ ਉਹ ਸਪਲੀਮੈਂਟਾਂ ਵਿੱਚ ਜਿਹੜਾ ਫਸਦਾ ਹੈ ਤਾਂ ਪਹਿਲੇ 3-4 ਸਾਲ ਰੱਜ ਕੇ ਸ਼ੈੱਲ ਲਾਉਂਦਾ ਹੈ। ਉਹਦੇ ਲਈ ਕੋਈ ਸਿੱਧੀ ਜੀ ਲੈਣ ਦੱਸ ਦਿਓ ਕਿ ਉਹ ਸ਼ੈੱਲ ਤੋਂ ਬਚ ਕੇ ਸਿੱਧਾ ਕਿਤੇ ਨਾ ਕਿਤੇ ਜੁੜ ਜੇ। ਸਿੱਧਾ ਜੀ ਨਾਰਮਲ ਡਾਈਟ ਹੁੰਦੀ ਹੈ ਵੀ ਆਪਣੀ ਜੋ ਆਪਾਂ ਨਾਰਮਲ ਡਾਈਟ ਯੂਜ਼ ਕਰਦੇ ਹਾਂ। ਹਮ। ਕਿਉਂਕਿ ਜੇ 60-65 ਕਿਲੋ ਵਾਲਾ ਬੱਚਾ ਹੈਗਾ ਕੋਈ ਇਦਾਂ ਦਾ ਤਾਂ ਕੋਈ ਹੋਣ ਨਹੀਂ ਲੱਗਿਆ ਵੀ ਜਿਹੜਾ ਜੰਮਦਾ ਹੀ ਬੋਡੀ ਬਿਲਡਰ ਸੀਗਾ 90 ਕਿਲੋ ਵਾਲਾ। ਬਿਲਕੁਲ ਬਿਲਕੁਲ। 60 65 ਵਾਲੇ ਬੰਦੇ ਨੂੰ ਤਾਂ ਨੈਚੁਰਲ ਡਾਈਟ ਦੇ ਵਿੱਚੋਂ ਹੀ ਉਹਨੂੰ ਅ ਲੋਟ ਆਫ ਪ੍ਰੋਟੀਨ ਕਾਰਬੋਹਾਈਡੇਟ ਸਾਰਾ ਕੁਝ ਬੰਦੇ ਦਾ ਪੂਰਾ ਹੋ ਜਾਂਦਾ ਜੀ ਇਹ ਇੱਕ ਮਿਥ ਕੰਪਨੀਆਂਜ਼ ਦੇ ਵੱਲੋਂ ਬਣਾਇਆ ਗਿਆ ਕਿ ਪ੍ਰੋਟੀਨ ਬਹੁਤ ਜ਼ਰੂਰੀ ਹੈ ਈਵਨ ਇਹ ਚੀਜ਼ ਵੀ ਕਿ ਜਿਮ ਤੋਂ ਬਾਅਦ ਇੱਕ ਵਿੰਡੋ ਰੱਖੀ ਜਾਂਦੀ ਹੈ ਵੀ 40 45 ਮਿੰਟਾਂ 'ਚ ਪ੍ਰੋਟੀਨ ਪੀ ਲਓ ਹਾਂ ਇਹ ਕਿਹਾ ਜਾਂਦਾ ਹੈ ਇਹ ਚੀਜ਼ ਬਿਲਕੁਲ ਗਲਤ ਆ ਮੇਰੇ ਹਿਸਾਬ ਦੇ ਨਾਲ ਤੁਹਾਡੀ ਬਾਡੀ ਉਸ ਟਾਈਮ ਤੇ ਭੱਖੀ ਹੁੰਦੀ ਆ ਹਮ ਤੁਸੀਂ ਆਪਣੀ ਬਾਡੀ ਨੂੰ ਅੱਧਾ ਘੰਟਾ 40 ਮਿੰਟ ਦਿਓ ਠੰਡੀ ਹੋਵੇ ਕਿਉਂਕਿ ਤੁਹਾਡੀ ਬਾਡੀ ਜਿੰਨੀਆਂ ਕੈਲਰੀਜ਼ ਜਿਮ ਦੇ ਵਿੱਚ ਕੰਮ ਕਰਦੇ ਹੋਏ ਬਰਨ ਕਰ ਰਹੀ ਸੀ ਆਲਮੋਸਟ ਉਹ ਉਨੀਆਂ ਹੀ ਬਰਨ ਕਰ ਰਹੀ ਹੈ ਠੰਡਾ ਹੋਣ ਦੇ ਲਈ ਜੀ ਸੋ ਜੇ ਆਪਾਂ ਪੀ ਲਿਆ ਪ੍ਰੋਟੀਨ ਇੱਕੇਦਮ ਬਾਡੀ ਨੂੰ ਮਿਲ ਗਿਆ ਕੁਝ ਪਰ ਉਹ ਥੋੜਾ ਜਿਹਾ ਯੂ نو ਸਟੇਬਲਾਈਜ਼ ਨਹੀਂ ਹੁੰਦੀ ਜੀ ਤਾਂ ਉਹ ਚੀਜ਼ ਜਦੋਂ ਥੱਲੇ ਆਉਂਦੀ ਆ ਬਾਡੀ ਕੈਲਰੀ ਬਰਨ ਕਰ ਰਹੀ ਹੈ ਉਹਦਾ ਵਰਕਆਊਟ ਕੀਤਾ ਤਾਂ ਉਹਦਾ ਫਾਇਦਾ ਤਾਂ ਲਓ ਨਾ ਪੂਰਾ ਘੰਟਾ ਵਰਕਆਊਟ ਕੀਤਾ ਤਾਂ ਅੱਧਾ ਘੰਟ ਮਤਲਬ ਥੋੜਾ ਡੇਢ ਘੰਟੇ ਦਾ ਵਰਕਆਊਟ ਆ ਫਿਰ ਉਹ ਇੱਕ ਘੰਟਾ ਤੁਸੀਂ ਜਿਮ ਵਿੱਚ ਸੀਗੇ ਅੱਧਾ ਘੰਟਾ ਤੁਸੀਂ ਠੰਡੇ ਹੋਏ ਆ ਹੂੰ ਉਹ ਵੀ ਜ਼ੋਰ ਲੱਗਿਆ ਸਰੀਰ ਦਾ ਬਿਲਕੁਲ ਸੋ ਇਹ ਵੀ ਇੱਕ ਇੱਕ ਮਾਰਕੀਟਿੰਗ ਸਕੀਮਸ ਆ ਜਿਹੜੀਆਂ ਯੂਜ਼ ਕੀਤੀਆਂ ਗਈਆਂ ਵੱਡੀਆਂ ਕੰਪਨੀਆਂਜ਼ ਦੇ ਥਰੂ ਕਿ ਪ੍ਰੋਟੀਨ ਇੰਪੋਰਟੈਂਟ ਆ ਬੀਸੀਏ ਇੰਪੋਰਟੈਂਟ ਆ ਕੋਈ ਪ੍ਰੀ ਵਰਕਆਊਟ ਆ ਇਹ ਇੰਪੋਰਟੈਂਟ ਆ ਕੁਝ ਵੀ ਇੰਪੋਰਟੈਂਟ ਨਹੀਂ ਹੈਗਾ ਕਿਸੇ ਦੇ ਲਈ ਜੀ ਨੈਚੁਰਲ ਡਾਈਟ ਆ ਜਿਹੜੀ ਉਹ ਆਪਾਂ ਯੂਜ਼ ਕਰੀਏ ਔਰ ਅਗਰ ਜੇ ਕਿਸੇ ਨੇ ਯੂਜ਼ ਕਰਨਾ ਹੀ ਹੈਗਾ ਕੀੜਾ ਹੁੰਦਾ ਆਪਣੇ ਵੀ ਹਾਂ ਵਰਤ ਨਹੀਂ ਵਰਤਣਾ ਕੁਛ ਮਰਜ਼ੀ ਹੋ ਜੇ ਆਪਾਂ ਨਾ ਨਹੀਂ ਕਰਦੇ ਉਸ ਚੀਜ਼ ਤੋਂ ਪਰ ਥੋੜਾ ਜਿਹਾ オリਜੀਨੈਲਿਟੀ ਵੱਲ ਜ਼ਿਆਦਾ ਬੰਦਾ ਧਿਆਨ ਦੇਵੇ ਹੁਣ ਕਾਮਨ ਬੰਦਾ ਇਹ ਨਹੀਂ ਦੇਖਣ ਲੱਗਿਆ ਵੀ ਡੱਬੇ ਕਾਮਨ ਬੰਦੇ ਨੂੰ ਕੀ ਪਤਾ ਵੀ ਹੁਣ ਇਹ オリジナル ਕਿਵੇਂ ਆ ਹਾਂ ਬਿਲਕੁਲ ਵੈਬਸਾਈਟਸ ਵੀ オリジナル ਨਹੀਂ ਹੈਗੀਆਂ ਕਈ ਉਹ ਵੀ ਤੁਹਾਨੂੰ ਸ਼ੋਅ ਕੀਤਾ ਜਾਂਦਾ ਕਿ ਹਾਂ オリジナル ਆ ਇੰਨਾ ਹੁਣ ਇੱਕ ਅੱਛਾ 4-5000 ਦਾ ਡੱਬਾ ਲੈਣਾ ਬੰਦੇ ਨੇ ਬਿਲਕੁਲ ਉਹਦੇ ਪਿੱਛੇ ਬੰਦਾ ਇੰਨੀ ਰਿਸਰਚ ਕੀ ਕਰੂਗਾ ਬੰਦਾ ਕਹੂਗਾ ਲੈ ਤੇ ਡੱਬਾ ਦੇ ਇਹ ਗੱਲ ਖਤਮ ਹੂੰ ਸੋ ਮੇਰੇ ਹਿਸਾਬ ਦੇ ਨਾਲ ਜਿੱਥੋਂ ਅਸੀਂ ਮੋਸਟਲੀ ਬਾਏ ਕਰਦੇ ਆ ਆਪਾਂ ਨੂੰ ਕੋਈ ਇਦਾਂ ਨਹੀਂ ਹੈਗਾ ਕਿ ਆਪਾਂ ਕਿਸੇ ਦਾ ਨਾ ਲੈਤਾ ਮਾਰਕੀਟਿੰਗ ਕਰਤੀ ਭਰਾ ਸਾਰੇ ਆਪਣੇ ਉਹ ਬੰਦੇ ਦੀ ਮੈਨੂੰ ਸਾਲ ਹੋ ਗਿਆ ਬਹੁਤ ਸਪੋਰਟ ਆ ਆਪਣੇ ਕਾਫੀ ਮਸ਼ਹੂਰ ਆ ਨਿਊਟ੍ਰੀਸ਼ਨ ਵੈਲੀ ਜ਼ੀਰਕਪੁਰ ਵਾਲੀ ਜੀ ਇਹਨਾਂ ਦੀ ਚੇਨ ਆ ਨਿਊਟ੍ਰੀਸ਼ਨ ਦੀ ਅਬੋਰ ਵੀ ਹੈਗਾ ਧਰਮਸ਼ਾਲਾ ਉੱਥੇ ਇਹਨਾਂ ਦਾ ਹੈਗਾ ਇੱਕ ਦੋ ਹੋਰ ਵੀ ਆ ਇਹਨਾਂ ਨੂੰ ਕੰਟੈਕਟ ਕਰੋ ਈਵਨ ਔਨ ਫੋਨ 24 ਘੰਟਿਆਂ 'ਚ ਤੁਹਾਡਾ ਆਰਡਰ ਤੁਹਾਡੇ ਘਰੇ ਆ ਜਾਂਦਾ ਹੋ ਸਕਦਾ 2 ਦਿਨ ਲੱਗ ਜਾਵੇ ਮੈਂ ਇੱਥੇ ਇੱਕ ਗੱਲ ਦਰਸ਼ਕਾਂ ਨੂੰ ਜ਼ਰੂਰ ਕਹਿ ਦੇਵਾਂ ਕਿ ਜਿਹੜਾ ਸਾਡੇ ਬਾਈ ਨੇ ਨਾਂ ਬੋਲਿਆ ਹੈ ਵਿਰਾਸਤ মিডিਆ ਇਹਨਾਂ ਦੇ ਅਸਲੀ ਜਾਂ ਨਕਲੀ ਹੋਣ ਦੇ ਉੱਤੇ ਮੋਹਰ ਨਹੀਂ ਲਾਉਂਦਾ ਤੁਸੀਂ ਉਹਨਾਂ ਕੋਲੇ ਜਾਓ ਉਹਨਾਂ ਦੀ ਚੀਜ਼ ਤੁਹਾਨੂੰ ਠੀਕ ਲੱਗਦੀ ਆ ਲਾਓ ਨਹੀਂ ਠੀਕ ਲੱਗਦੀ ਨਾ ਲਓ ਠੀਕ ਹੈ ਗੱਲਾਂ ਬਾਤਾਂ ਵਿੱਚ ਨਾਮ ਜਿਹੜਾ ਸਾਹਮਣੇ ਆ ਗਿਆ ਤੇ ਅਸੀਂ ਉਹ ਨਾਮ ਲੈ ਦਿੱਤਾ ਪਰ ਇੱਕ ਗੱਲ ਮੈਂ ਫੇਰ ਕਹਿ ਦੇਵਾਂ ਕਿ ਅਸੀਂ ਇਹ ਨਾਮ ਕਿਸੇ ਦੀ ਮਸ਼ਹੂਰੀ ਲਈ ਨਹੀਂ ਲਿਆ ਇਦਾਂ ਦੇ ਹੋਰ ਵੀ ਬੜੇ ਚੰਗੇ ਚੰਗੇ ਭਰਾ ਹੋਣਗੇ ਜਿਹੜੇ ਚੰਗੇ ਤਰੀਕੇ ਦੇ ਨਾਲ ਇਹ ਚੀਜ਼ਾਂ ਅਸਲੀ ਤੇ ਸਹੀ ਰੇਟਾਂ ਤੇ ਦਿੰਦੇ ਹੋਣਗੇ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਜਾਓ ਪਰ ਇਹ ਗੱਲਬਾਤ ਵਿੱਚੋਂ ਨਿਕਲਿਆ ਹੋਇਆ ਨਾ ਹੈ ਵਿਰਾਸਤ ਮੀਡੀਆ ਇਹਦੇ ਅਸਲੀ ਜਾਂ ਨਕਲੀ ਦੀ ਪੁਸ਼ਟੀ ਨਹੀਂ ਕਰਦਾ ਜੀ ਬਈ ਇਸ ਤੋਂ ਅੱਗੇ ਚੱਲਦੇ ਹਾਂ ਥੋੜੀ ਜਿਹੀ ਜੇਕਰ ਯਾਦ ਦੇਵਾਂ ਤਾਂ ਆਸਟ੍ਰੇਲੀਆ ਦੇ ਵਿੱਚ ਤੁਸੀਂ 3 ਸਾਲ ਆ ਕੇ ਆਏ ਜੀ ਮੈਂ ਥੋੜੀਆਂ ਨਈਆਂ ਗੱਲਾਂ ਉਥੋਂ ਦੀਆਂ ਵੀ ਕਰਨੀਆਂ ਚਾਹਣਾ ਕਿ ਇਸ ਪੋਡਕਾਸਟ ਦੇ ਵਿੱਚ ਉਸ ਜਵਾਨੀ ਨੂੰ ਇੱਕ ਬਾਹਰ ਵਾਲਾ ਜਿਹੜਾ ਸਿਸਟਮ ਹੈ ਜਾਂ ਕਹਦੇ ਕਿ ਸਮਝ ਹੈ ਉਹ ਵੀ ਆ ਜੇ ਕੁਝ ਭੁਲੇਖੇ ਅੱਜ ਮਿੱਥਾਂ ਹੀ ਤੋੜੀ ਜਾਂਦੇ ਹਨ ਆਪਾਂ ਇੱਕ ਮਿੱਥ ਇਹ ਹੈ ਕਿ ਨਸ਼ੇ ਤਾਂ ਜੀ ਪੰਜਾਬ 'ਚ ਬਹੁਤ ਜ਼ਿਆਦੇ ਆ ਉਹਨਾਂ ਦੇਸ਼ਾਂ ਦੇ ਵਿੱਚ ਤਾਂ ਰੱਬ ਆਪ ਧਰਤੀ ਤੇ ਤੁਰਿਆ ਫਿਰਦਾ ਕੋਈ ਬੰਦਾ ਨਸ਼ਾ ਨਹੀਂ ਕਰਦਾ ਕੈਨੇਡਾ ਬਾਰੇ ਤਾਂ ਬਹੁਤ ਕੁਝ ਆ ਜਾਂਦਾ ਹੈ ਹਾਲਾਂਕਿ ਆਸਟ੍ਰੇਲੀਆ ਬਾਰੇ ਵੀ ਜਾਂਦਾ ਤੁਸੀਂ ਉੱਥੋਂ ਆਏ ਹੋ ਤੇ ਹੁਣ ਤੁਸੀਂ ਕੈਨੇਡਾ ਨੂੰ ਚੱਲੇ ਹੋ ਤੁਹਾਡੇ ਕੋਲੇ ਧਰਤੀ ਦੇ ਦੋਨੋਂ ਕੋਨਿਆਂ ਦਾ ਇੱਕ ਤਰੀਕੇ ਨਾਲ ਤਿਆਰਬਾ ਹੈ ਕਿਵੇਂ ਦੇਖੀਏ ਆਸਟ੍ਰੇਲੀਆ ਨੂੰ ਕਿਵੇਂ ਦੇਖੀਏ ਉੱਥੋਂ ਦੀ ਜਵਾਨੀ ਨੂੰ ਤੇ ਉੱਥੋਂ ਦੇ ਨਸ਼ਿਆਂ ਨੂੰ ਜਿੱਥੋਂ ਤੱਕ ਨਸ਼ਿਆਂ ਦਾ ਕੰਸਰਨ ਨੇ ਜੀ ਹੂੰ ਇਹ ਆਸਟ੍ਰੇਲੀਆ 'ਚ ਵੀ ਬਹੁਤ ਆ ਇਹ ਵੱਤ ਸਸਤਾ ਸਸਤਾ ਨਸ਼ਾ ਇਹ ਵੱਤ ਸਸਤਾ ਪੰਜਾਬ ਦੇ ਨਾਲੋਂ ਸਸਤਾ ਇਸ ਗੱਲੋ ਕਿਉਂਕਿ ਪੰਜਾਬ ਚ ਉਨੀ ਕਮਾਈ ਨਹੀਂ ਆ ਹੂੰ ਉੱਥੇ ਕਮਾਈ ਵੀ ਹੈਗੀ ਆ ਆਪਾਂ ਕਾਮਨ ਚੀਜ਼ ਜੇ ਆਪਾਂ दारू ਨੂੰ ਲੈਨੇ ਆ ਨਾਰਮਲ ਲਿਕਰ ਸਟੋਰ ਹੈਗੇ ਆ 5-7 ਡਾਲਰਾਂ ਦੀ ਬੋਤਲ ਮਿਲ ਜਾਂਦੀ ਆ ਹੂੰ ਅਗਲਾ ਨਾਰਮਲ ਬੰਦਾ ਜਿਹੜਾ ਇੱਥੋਂ ਸ਼ਰਾਬੀ ਟੁਰਨ ਗਿਆ ਹੂੰ ਉਹ ਉੱਥੇ ਖੁਸ਼ ਆ ਨੀ ਯਾਰਾ ਪੂਰਾ ਹੋ ਗੰਦਾ ਕੰਮ ਕਰਕੇ 200 ਡਾਲਰ 250 ਡਾਲਰ ਉਹਨੂੰ ਜੇ ਆ ਗਿਆ ਅੱਜ ਕੱਲ ਦੀ ਪੇ ਰੇਟ ਆ ਇਹ ਪਰ ਡੇ ਦੀ ਜੀ 200 250 ਉਹ ਉਹਦੇ ਵਿੱਚੋਂ ਕੋਈ 7-8 ਡਾਲਰ ਕੱਢਨੇ ਕੋਈ ਬਹੁਤੀ ਗੱਲ ਨਹੀਂ ਹੈਗੀ। ਹੂੰ ਉਹ ਬੰਦਾ ਲਾ ਦਿੰਦਾ। ਐਨੇ ਨਾਲ ਅਗਰ ਆ ਰਾਜੀ ਆ 50-60 ਉਹਨੇ ਲਾ ਤੇ ਆਪਦਾ ਬੋਤਲ ਲੈ ਲਈ ਨਾਲ ਸਿਸਟਮ ਹੋਰ ਲੈ ਲਿਆ। ਅੱਛਾ ਵੇਅਰ ਐਜ਼ ਕਮਿੰਗ ਟੂ ਨਸ਼ੇ ਅਫੀਮਾਂ ਹੂੰ ਤੇ ਜਿਹੜੀ ਕੋਈ ਅਫੀਮ ਦੀ ਗੱਲ ਆ ਜਿੱਥੋਂ ਤੱਕ ਜਿਹਦੇ ਨਾਲ ਮੈਂ ਰਹਿੰਦਾ ਹੁੰਦਾ ਸੀ ਹਣ ਆਪਾਂ ਨਾਮ ਨਹੀਂ ਲਵਾਂਗੇ। ਮੈਨੂੰ ਪਤਾ ਉਸ ਇਨਸਾਨ ਨੇ ਮੈਨੂੰ ਛੇੜਨਾ ਆਇਆ ਸੀ ਗੱਲ ਤੇ। ਹੂੰ ਸਾਡੇ ਘਰ ਦੇ ਬੈਕਯਾਰਡ ਦੇ ਵਿੱਚ ਡੋਡੇ ਵਿਜੇ ਹੋਏ ਸੀ ਆਸਟ੍ਰੇਲੀਆ ਦੀ ਗੱਲ ਹੈ ਹਾਂਜੀ ਉਹ ਈਜ਼ੀਲੀ ਉੱਗ ਜਾਂਦੇ ਆ ਹੂੰ ਈਵਨ ਜਿਹੜੀ ਆਪਣੇ ਬਹੁਤ ਮਸ਼ਹੂਰ ਆ ਇੱਥੇ ਕਾਲੀ ਖਸਖਸ ਆਪਣੇ ਮਿਲਦੀ ਨਹੀਂ ਜੀ ਉੱਥੇ ਕੋਲਜ਼ ਸਟੋਰ ਆ ਸੁਪਰਮਾਰਕਟ ਉੱਥੇ ਜਾਓ ਬਲੈਕ ਪੋਪੀ ਸੀਡਸ ਮਿਲਦੇ ਆ 1 ਡਾਲਰ 47 ਸੈਂਟ ਦਾ ਲਪਾਵਾ ਹੁੰਦਾ ਮੈਨੂੰ ਯਾਦ ਆ ਹੂੰ ਉਹ ਖਿਲਾਰ ਦੋ ਘਰੇ ਜਾ ਕੇ ਥੋੜੀ ਉਗ ਰਹੀ ਆਈ ਹੂੰ ਲਾਈ ਜਾਓ ਚੀਰੇ ਇਹ ਚੀਜ਼ ਅੱਛਾ ਇਲੀਗਲ ਹੈਗੀ ਆ ਪਰ ਪੁਲਿਸ ਘਰ ਦੇ ਪਿੱਛੇ ਆ ਕੇ ਤਾਂ ਨਹੀਂ ਦੇਖਣ ਲੱਗੀ ਜਿੱਥੇ 100 ਫੁੱਲ ਖੜਾਗਾ ਉੱਥੇ ਚਾਰ ਬੁਟੇ ਦੇ ਵੀ ਖੜੇ ਆ ਹੂੰ ਫੇਰ ਹੋਰ ਦੂਜਾ ਤੀਜਾ ਨਸ਼ਾ ਆਉਂਦਾ ਮਰਹਵਾਨਾ ਹੂੰ ਇਹ ਕਾਮਨ ਨਹੀਂ ਹੈਗਾ ਇਲੀਗਲੀ ਵੇਚਿਆ ਜਾਂਦਾ ਔਰ ਇਹ ਕਮਿਊਨਿਟੀ ਆਥੇ ਲੈਬਨੀਜ਼ ਅਸੀਂ ਲੈਬੇਆਣੇ ਆਨਾ ਜੀ ਪੰਜਾਬੀ ਇਹਨਾਂ ਨਾਲ ਰਲ ਕੇ ਹੂੰ ਉੱਥੇ ਬਹੁਤ ਵੱਧ ਖੱਪਾ ਪਾਉਂਦੇ ਆ ਨਰਵਾਨਾ ਉਥੇ ਯੂਜ਼ ਹੁੰਦਾ ਬਹੁਤ ਹਾਈ ਡਿਮਾਂਡ ਹੈ ਇਹਦੀ इवन ਮੈਂ ਇੱਕ ਦੋ ਮੈਂ ਓਵਰ ਕੀਤੀ ਆ ਥੋੜਾ ਟਾਈਮ ਜੀ ਉਥੇ ਵਿੱਚ ਜੇ ਨਾ ਓਵਰ ਤੇ ਓਵਰ ਨੇ ਚਲਾਤਾ ਸੀਗਾ ਕਿ ਅਸੀਂ ਪਰਸਨਲ ਡਿਲੀਵਰੀਜ਼ ਵੀ ਕਰ ਸਕਦੇ ਆ ਅੱਛਾ ਤੇ ਉਹ ਮਤਲਬ ਕਿਸੇ ਨੇ ਆਰਡਰ ਪਾਇਆ ਉਹ ਤੋਂ ਮੈਂ ਡਿਲੀਵਰੀ ਲਈ ਤੇ ਮੈਂ ਦੇ ਕੇ ਆਇਆ ਉਹ ਆਈ ਡੋਨਟ ਨੋ ਡੱਬਾ ਪਾਟ ਗਿਆ ਹੂੰ ਉਹ ਮੇਰੇ ਨਾ ਸੀਟ ਤੇ ਡੁੱਲ ਗਿਆ ਲੱਗਦਾ ਪੱਤੇ ਸੀਗੇ ਜਿੱਦਾਂ ਮੇਥੀ ਹੁੰਦੀ ਆ ਜੀ ਤੇ ਮੈਂ ਸੋਚਾ ਮੈਂ ਕਿਹਾ ਵੀ ਆ ਪਤਾ ਨਹੀਂ ਮੈਨੂੰ ਨਹੀਂ ਪਤਾ ਸੀ ਵੀ ਇਹ ਮੇਥੀ ਕਿਹਨੇ ਮੰਗਾਲੀ ਮੇਥੀ ਕਿਹਨੇ ਮੰਗਾਲੀ ਤੇ ਫਿਰ ਉਹ ਮੈਂ ਡਿਲੀਵਰ ਕਰਤਾ ਉਹ ਉਦਾਂ ਹੀ ਪਿਆ ਮੈਂ ਬਿਜ਼ੀ ਸੀ ਉਹਦੇ ਕੰਮ ਮੇਰਾ ਤੇ ਮੈਂ ਧਿਆਨ ਨਹੀਂ ਦਿੱਤਾ ਮੈਂ ਹਜੇ ਗੱਲ ਗੱਡੀ ਤੇ ਆਉਣੇ ਹੂੰ ਜਦੋਂ ਮੈਂ ਘਰ ਲੈ ਕੇ ਗਿਆ ਉਹ ਮੇਰੇ ਜਿਹੜੇ ਨਾਲ ਰਹਿੰਦੇ ਸੀ ਉਹਨੂੰ ਪਤਾ ਸੀਗਾ ਇਸ ਚੀਜ਼ ਦਾ ਉਹ ਬੈਠਾ ਨਾਲ ਉਹ ਕਹਿੰਦਾ ਆਹ ਕਹਿੰਦਾ ਕਹਿੰਦਾ ਤੂੰ ਵੀ ਲੱਗ ਪਿਆ ਮੈਂ ਕਿਹਾ ਨਹੀਂ ਹੈਗਾ ਕੀ ਆ ਇਹ ਫਿਰ ਉਹਨੇ ਮੈਨੂੰ ਇਹ ਚੀਜ਼ ਦੱਸੀ ਕਹਿੰਦਾ ਇਹ ਮਿਰਵਾਨਾ ਜਿਹੜਾ ਇੱਥੇ ਯੂਜ਼ ਹੁੰਦਾ ਕਹਿੰਦਾ ਫਿਰ ਮੈਂ ਉਹਨੂੰ ਗੱਲ ਸਮਝਾਈ ਮੈਂ ਕਿਹਾ ਐਡਾ ਡਿਲੀਵਰੀ ਕੀਤੀ ਸੀ ਹੂੰ ਸੋ ਉਹ ਚੀਜ਼ ਕਾਮਨ ਆ ਉੱਥੇ ਆਪਣੇ ਭਾਦਾ ਇੱਥੇ ਉਹ ਚੀਜ਼ ਇੱਕ ਸਸਤਾ ਨਸ਼ਾ ਮੰਨਿਆ ਜਾਂਦਾ ਉੱਥੇ ਇਹ ਬਹੁਤ ਮਹਿੰਗਾ ਵੇਚਦਾ ਈਵਨ ਏਟ ਏਡੀ ਸੀਲ ਪੈਕਾਂ ਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੇ ਨਸ਼ੇ ਹੈਗੇ ਆ ਜਿਹੜੇ ਚੱਲਦੇ ਆ ਅੰਡਰਗਰਾਊਂਡ ਚੱਲਦੇ ਆ ਮਸ਼ਰੂਮਸ ਸੌਰੀ ਮੈਂ ਭੁੱਲ ਗਿਆ ਸੀ ਮੈਜਿਕ ਮਸ਼ਰੂਮਸ ਕਹਿੰਦੇ ਇੱਕ ਐਡਾ ਕੁ ਟੁਕੜਾ ਹੁੰਦਾ ਖਾ ਲੋ ਤੁਸੀਂ ਦੁਨੀਆ ਤੋਂ ਬਾਹਰ ਕੀ ਆ ਬਾਤ ਹੈ ਬੈਠੇ ਬੈਠੇ ਉਹਨੇ ਕਰਨਾ ਤੁਸੀਂ ਕੁਝ ਨਹੀਂ ਖਾ ਕੇ ਹੂੰ ਕੁਰਸੀ ਤੇ ਬੈਠੇ ਆ ਖਾਓ ਇੰਨਾ ਕਟੋਟਾ ਤੁਸੀਂ ਵੱਖਰੀ ਵਰਲਡ ਵਿੱਚੋਂ ਆ ਤੂੰ ਹੀ ਆਪਦਾ ਚਿੱਲ ਮੂਡ ਮਾਰ ਕੇ ਆਓ ਬਾਹਰ ਫਿਰ ਫਿਰ ਤੁਸੀਂ ਵਾਪਸ ਆ ਜਾਓਗੇ ਇੱਕ ਆਲਮੋਸਟ ਇਹ ਕੁਝ ਘੰਟਿਆਂ ਦੀ ਜਰਨੀ ਹੁੰਦੀ ਆ 7-8 ਘੰਟੇ ਇਹ ਨਾਲ ਸੀਗੇ ਕਾਫੀ ਉਹ ਖਾਂਦੇ ਸੀ ਕਲੱਬਿੰਗ ਵਗੈਰਾ ਕਰਦੇ ਸੀ ਮੈਂ ਈਵਨ ਮੈਂ ਕਲੱਬ ਜਾਣਾ ਮੈਂ ਦਾਰੂ ਨਹੀਂ ਪੀਂਦਾ ਸੀ ਮੈਂ ਉੱਥੇ ਐਪਲ ਪਾਈ ਖਾ ਕੇ ਆਉਂਦਾ ਹੁੰਦਾ ਸੀ ਹੂੰ ਸਿਰਫ ਕਲੱਬ 'ਚ ਬੈਠੇ ਆ ਐਪਲ ਪਾਈ ਖਾ ਲਈ ਮੈਂ ਦੇਖਦਾ ਸੀਗਾ ਲੋਕਾਂ ਨੂੰ ਵੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਤਾਂ ਤਾਂ ਸਾਹਮਣੇ ਝਾਕ ਰਹੇ ਉੱਪਰ ਹੂੰ ਤੇ ਉਹ ਵੱਖਰੇ ਵਰਲਡ ਵਿੱਚ ਹੁੰਦੇ ਸੀ ਇੱਥੇ ਉਹਨਾਂ ਦੀ ਬਾਡੀ ਨਾਲ ਕੁਝ ਮਰਜ਼ੀ ਕਰ ਲਈਏ ਨਹੀਂ ਬਤਾਉ ਬੰਦੇ ਨੂੰ ਉਹਤੂਗਾ ਵੀ ਨਹੀਂ ਸਵਰਗਾਂ 'ਚ ਮੱਥਾ ਟੇਕੀ ਸਵਰਗਾਂ 'ਚ ਹੀ ਸੀ ਸਵਰਗਾਂ 'ਚ ਮੱਥਾ ਟੇਕੀ ਜਾਂਦੇ ਸੀ ਇਦਾਂ ਉਹ ਗੱਲ ਦੱਸਦੇ ਸੀਗੇ ਸਹੀ ਜੇ ਹੋ ਕੇ ਉਹ ਇਹੀ ਚੀਜ਼ ਦੱਸਦੇ ਸੀਗੇ ਵੀ ਅਹੀਂ ਤਾਂ ਚਾਨਣ 'ਚ ਹੀ ਫਿਰਦੇ ਸੀ ਹੂੰ ਉਹ ਚੀਜ਼ਾਂ ਠੀਕ ਹੈ ਸੋ ਨਸ਼ਾ ਬਹੁਤ ਉੱਥੇ ਸਸਤਾ ਬਹੁਤ ਵੈਰਾਈਟੀਆਂ ਬਹੁਤ ਆ ਆਪਣੇ ਵਾਲੇ ਥੋੜਾ ਜਿਹਾ ਬੱਚਿਆਂ ਨੂੰ ਹੁੰਦਾ ਕਿ ਆ ਵੀ ਟਰਾਈ ਕਰਕੇ ਦੇਖ ਲੀਏ ਜਿਵੇਂ ਇੱਥੇ ਲੋਕ ਦਾਰੂ ਤੇ ਇਦਾਂ ਹੀ ਲੱਗਦੇ ਹੂੰ ਪੀ ਕੇ ਤਾਂ ਦੇਖੀਏ ਕੀ ਹੁੰਦਾ ਸੋ ਉਹ ਚੀਜ਼ਾਂ ਬਹੁਤ ਹੈਗੀਆਂ ਉੱਥੇ ਸਸਤੀਆਂ ਅਫੋਰਡੇਬਿਲਟੀ ਆ ਸਸਤੀਆਂ ਨਾ ਹੋਣਗੀਆਂ ਆਸਟ੍ਰੇਲੀਆ ਦੇ ਹਿਸਾਬ ਨਾਲ ਪਰ ਅਫੋਰਡੇਬਿਲਟੀ ਆ ਜਿਹੜਾ ਬੰਦਾ 2 300 ਦਿਨ ਦਾ ਕਮਾਰਿਆ ਉਹ ਬੰਦੇ ਨੂੰ 50 ਡਾਲਰ ਆਪ ਦੇ ਕੋਈ ਦਾਰੂ ਪਾਣੀ ਵਾਸਤੇ ਕੱਢਣੀ ਬਹੁਤੀ ਔਖੀ ਗੱਲ ਨਹੀਂ ਹੈਗੀ ਬਿਲਕੁਲ ਬਿਲਕੁਲ ਸੋ ਉਹ ਚੀਜ਼ਾਂ ਹੁੰਦੀਆਂ ਤੇ ਡੂ ਅ ਲੋਟ ਇੱਕ ਹੋਰ ਨਵਾਂ ਟ੍ਰੈਂਡ ਕਹਿ ਦਈਏ ਜਾਂ ਕਹੀਏ ਇੱਕ ਨਵੀਂ ਜੀ ਸੋਝੀ ਹੁਣ ਚੱਲੀ ਆ ਜਿਹਦਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਪ੍ਰਚਾਰ ਹੋ ਰਿਹਾ ਹੈ ਮੈਂ ਇਹਦਾ ਵਿਰੋਧ ਨਹੀਂ ਕਰਦਾ ਇਹ ਚੰਗੀ ਗੱਲ ਹੈ ਮਾੜੀ ਗੱਲ ਹੈ ਹਰੇਕ ਦੇ ਆਪਣੇ ਆਪਣੇ ਵਿਚਾਰ ਹੈ ਅੱਜ ਕੱਲ ਕਹਿੰਦੇ ਬਾਹਰ ਬੈਠੇ ਮੁੰਡੇ ਕੁੜੀਆਂ ਨੂੰ ਮਿੱਟੀ ਬਹੁਤ ਵਾਜਾਂ ਮਾਰਦੀ ਹੈ ਉਹ ਪੰਜਾਬ ਆ ਰਹੇ ਨੇ ਉਹ ਕਹਿੰਦੇ ਯਾਰ ਇਹਨਾਂ ਦੇਸ਼ਾਂ 'ਚ ਕੀ ਹੈ ਇੱਕ ਵਿਅਕਤੀ ਨੇ ਮੈਨੂੰ ਕਾਲ ਕੀਤੀ ਉਹ ਕਹਿੰਦਾ ਬਾਈ ਮੇਰੇ ਨਾਲ ਪੌਡਕਾਸਟ ਜ਼ਰੂਰ ਕਰਿਓ ਤੁਹਾਨੂੰ ਮੈਂ ਦੱਸੂਗਾ ਕਿ ਪੰਜਾਬ ਆਉਣ ਵਾਲਿਆਂ ਦੇ ਪਿੱਛੇ ਕਹਾਣੀ ਕੀ ਹੈ ਚਲੋ ਵੱਖਰੀ ਗੱਲ ਹੈ ਪਰ ਤੁਸੀਂ ਦੱਸੋ ਕਿ ਮਿੱਟੀ ਵਾਜਾਂ ਮਾਰਦੀ ਸੀ ਤਾਂ ਤੁਸੀਂ ਇੱਥੇ ਆ ਗਏ ਜਾਂ ਕਿ ਹੋਰ ਕਾਰਨ ਸੀ ਜੇ ਮੇਰਾ ਪਰਸਨਲ ਓਪੀਨੀਅਨ ਦੇਖੋ ਹੂੰ ਪਹਿਲਾਂ ਜਦੋਂ ਮੈਂ ਇੱਥੇ ਸੀ ਉਦੋਂ ਮੈਨੂੰ ਉਧਰ ਦੇ ਢੋਲ ਸੁਹਾਉਣੇ ਲੱਗਦੇ ਸੀ ਹੂੰ ਜਦੋਂ ਮੈਂ ਉੱਥੇ ਗਿਆ ਫਿਰ ਮੈਨੂੰ ਇੱਧਰ ਲਿ ਸੁਹਾਉਣੇ ਲੱਗਣ ਲੱਗੇ ਇੱਥੇ ਘੈਂਟ ਆ ਕਿਉਂਕਿ ਇਹ ਇਹ ਕੋਈ ਇਹ ਚੀਜ਼ ਨਹੀਂ ਇਹ ਵੈਲਡ ਗੁਣਾ ਹਾਂ ਜਿਹੜੀ ਚੀਜ਼ ਆਪਾਂ ਨੂੰ ਪਸੰਦ ਆ ਮੈਨੂੰ ਆ ਪਸੰਦ ਸੀਗੀ ਖੁੰਝੇ ਜੇ ਚ ਪਿਆ ਰਹਿਣਾ ਸਾਰੇ ਆਪਦੇ ਕੋਲ ਗੈਜਟ ਹੈਗੇ ਆ ਆਈਪੈਡ ਆ ਫੋਨ ਆ ਪੀਐਸਪੀ ਆ ਗੇਮਾਂ ਖੇਢੀ ਜਾਓ ਮੈਨੂੰ ਪਸੰਦ ਆ ਇਹ ਚੀਜ਼ਾਂ ਪਰ ਜਦੋਂ ਉੱਥੇ 3 ਸਾਲ ਕੰਮ ਕਰਕੇ ਵਾਪਸ ਆਏ ਆ ਮੇਰਾ ਆਲਰੇਡੀ ਉੱਥੇ ਐਂਡ ਵਾਲੇ ਸਾਲ ਚ ਆਨਲਾਈਨ ਕੰਮ ਕਾਫੀ ਹੋ ਗਿਆ ਸੀ ਤੇ ਮੈਂ ਉੱਥੇ 6-7 ਮਹੀਨੇ ਘਰੇ ਕੰਮ ਕਰ ਲਿਆ ਸੀ ਜੀ ਕੁਝ ਤਾਂ ਇਹ ਫੈਕਟਰ ਹੋ ਗਿਆ ਕਿ ਮੈਂ ਮੈਂ ਉੱਥੋਂ ਵਾਪਸ ਆਇਆ ਸਿਰਫ ਇਸ ਗੱਲੋਂ ਕਿਉਂਕਿ ਮੈਂ ਉੱਥੇ ਖਰਚਾ ਹੀ ਦੇ ਜਾਂਦਾ ਸੀਗਾ ਰੈਂਟ ਕਾਰ ਦਾ ਸਾਰਾ ਉਹ ਕੰਮ ਮੈਂ ਅੱਜ ਵੀ ਡਾਲਰਾਂ ਚ ਕਮਾਈ ਆ ਪਰ ਇੱਥੇ ਮੈਂ ਖਰਚਾ ਨਹੀਂ ਦੇ ਰਿਹਾ ਇੱਥੇ ਆਪਦੇ ਘਰੀ ਇਹ ਵੀ ਐਸਪੈਕਟ ਸੀ ਇੱਕ ਮੈਨੂੰ ਲੱਗ ਰਿਹਾ ਸੀਗਾ ਕਿ ਇੱਥੇ ਸੈਟਲ ਅਪ ਹੋ ਜਾਾਂਗੇ ਜੀ ਬਟ ਜਿਹੜੀ ਮੈਂਟੈਲਿਟੀ ਆ ਕਹਿਣਾ ਹੁਣ ਇਸ ਚੀਜ਼ ਨੂੰ ਸ਼ਾਇਦ ਕਈ ਲੋਕ ਗਲਤ ਸਮਝਣਗੇ ਮੇਰੇ ਹਿਸਾਬ ਨਾਲ ਮੈਂ ਖੁਸ਼ ਆਂਦੇ ਆੜੀ ਕਰਕੇ ਹਮ ਕੰਮ ਕਰਕੇ ਮੈਨੂੰ ਆਵਰਸ ਦੀ ਸ਼ਿਫਟ ਦੇ ਦੇਣ ਮੈਂ ਬਹੁਤ ਖੁਸ਼ ਹਾਂ ਉਸ ਚੀਜ਼ ਦੇ ਵਿੱਚ ਜੀ ਵਿਲੇ ਪੁਣਾ ਵਾਲਾ ਕੰਮ ਅੱਜ ਤੋਂ 3 ਸਾਲ ਪਹਿਲਾਂ ਸੀ ਉਦੋਂ ਮੈਂ ਵਿਲਾ ਰਹਿ ਕੇ ਖੁਸ਼ ਸੀ ਮੈਨੂੰ 1 ਸਾਲ ਤੋਂ ਉੱਪਰ ਹੋ ਗਿਆ ਮਹੀਨਾ ਮੈਂ ਆਇਆ ਇੱਥੇ ਮੇਰਾ ਇੱਕ ਦਿਨ ਸੌਖਾ ਨਹੀਂ ਲੰਘਿਆ ਇਸ ਗੱਲੋਂ ਮੈਂ ਜਿੰਮ ਜਾਨਣਾ ਜਿੰਮ ਜਾ ਕੇ ਆ ਜਾਣਾ ਉਹ ਮੇਰਾ ਸਾਰਾ ਦਿਨ ਔਖਾ ਲੰਘਦਾ ਹੂੰ ਕਿ ਮੈਂ ਕਰਾਂ ਕੀ ਕਿਉਂਕਿ ਕੰਮ ਨਹੀਂ ਹੈਗਾ ਕੋਈ ਇੱਥੇ ਜੇ ਕੰਮ ਹੈਗਾ ਤਾਂ ਉਹ ਸੋਚ ਇਦਾਂ ਬਣ ਗਈ ਹੈ ਕਿ ਪੈਸਾ ਨਹੀਂ ਹੈਗਾ ਕੰਮ ਤਾਂ ਕਰੀ ਜੰਨੇ ਆ ਕੰਮ ਕਰ ਲਿਆ ਫਿਰ ਪੈਸਾ ਹੈ ਨਹੀਂ ਪਰ ਉਹਦੀ ਮੈਨੂੰ ਮਿਲਦੀ ਨਾ ਕੀਮਤ ਨਹੀਂ ਮਿਲ ਰਹੀ ਉਥੇ ਮਿੰਟ ਮਿੰਟ ਥੋੜਾ ਵੈਲਿਊ ਪੈ ਰਹੀ ਹੈ ਅਸਲ ਵਿੱਚ জানা ਚਾਹੀਦਾ ਬਾਹਰ-ਬਾਹਰ ਜਾ ਕੇ ਵੈਲਿਊ ਆਪਣੀ ਤੇ ਆਪਣੇ ਸਮੇਂ ਦੀ ਵੈਲਿਊ ਆਪਾਂ ਨੂੰ ਬਹੁਤ ਵਕੂਬੀ ਪਤਾ ਚੱਲ ਜਾਂਦੀ ਆ ਇੱਕ ਵਾਰੀ ਬੰਦੇ ਨੂੰ ਆਪਣੀ ਵੈਲਿਊ ਪਤਾ ਚੱਲ ਗਈ ਕਿ ਮੇਰੀ ਕੀ ਵੈਲਿਊ ਆ ਅਸਲ ਦੇ ਵਿੱਚ ਉਹ ਬੰਦਾ ਫਿਰ ਮੋੜ ਪੰਜਾਬ ਆ ਕੇ ਇੱਥੇ ਸੈਟਲ ਅਪ ਨਹੀਂ ਹੋ ਸਕਦਾ ਭਾਵੇਂ ਜਿੱਡਾ ਮਰਜੀ ਘਰੋਂ ਸਾਊਂਡ ਹੋਵੇ ਉਹ ਬੰਦੇ ਨੂੰ ਰਹਿੰਦੀ ਰਹਿੰਦੀ ਹੈਗੀ ਉਹ ਕਿ ਕੰਮ ਕਰਨਾ ਭਾਵੇਂ ਕਿਸੇ ਦੇ ਅੰਡਰ ਕਰਨਾ ਪਵੇ ਪਰ ਇੱਕ ਵਾਰੀ ਕਰ ਲਾਂਗੇ ਫਿਰ ਆਪਾਂ ਆਪ ਦਾ ਸੈਟਅਪ ਕਰਾਂਗੇ ਜਿਹੜੇ ਅੱਜ ਕੱਲ ਦੇ ਮੁੰਡੇ ਕੁੜੀਆਂ ਦਾ ਸਿਸਟਮ ਆ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਰਿਸੈਸ਼ਨ ਬਹੁਤ ਆ ਜੀ ਕੰਮ ਨਹੀਂ ਹੈਗੇ ਕੰਮ ਕਿਉਂ ਨਹੀਂ ਹੈਗੇ ਇੱਥੋਂ ਜਾਂਦੇ ਆ ਪੜਾਤੇ ਪਲੱਸ 2 ਕਰਾਤੀ ਚੰਗੀ ਇੱਥੋਂ ਫਿਰ ਘਰ ਦੇ ਤੋੜ ਦਿੰਦੇ ਆ ਵਿਦਆਊਟ ਐਨੀ ਸਕਿੱਲ ਗਿਵਿੰਗ ਕੋਈ ਸਕਿੱਲ ਨਹੀਂ ਇੱਥੋਂ ਮਤਲਬ ਜਿਵੇਂ ਬਿਹਾਰ ਚੋਂ ਭਈਏ ਉੱਠ ਕੇ ਪੰਜਾਬ ਚ ਆ ਗਏ ਹੂੰ ਓਵੇਂ ਪੰਜਾਬ ਚੋਂ ਭਈਏ ਉੱਠ ਕੇ ਕੈਨੇਡਾ ਜਾਵੜੇ ਹੂੰ ਸਕਿੱਲ ਕਿਸੇ ਕੋਲ ਨਹੀਂ ਹੈਗਾ ਅੱਜ ਕੱਲ੍ਹ ਲੋਕ ਲੱਗੇ ਆ हेयर ਡਰੈਸਿੰਗ ਵਗੈਰਾ ਦਾ ਸਿੱਖ ਸਿੱਖ ਕੇ ਜਾਣ ਦਾ ਕੋਈ ਟੈਟੂਇੰਗ ਵਗੈਰਾ ਸਿੱਖ ਕੇ ਚਲੋ ਕਈ ਬੱਚਿਆਂ ਦਾ ਪੈਸ਼ਨ ਹੁੰਦਾ ਵਧੀਆ ਗੱਲ ਐ ਐਟ ਲੀਸਟ ਕੁਝ ਸਿੱਖ ਕੇ ਤਾਂ ਜਾ ਰਹੇ ਆ ਉੱਥੇ ਲੇਬਰ ਐਕਸੈਸ ਆ ਜੀ ਤੇ ਉਹਨਾਂ ਕੋਲ ਬੰਦੇ ਪੂਰੇ ਆ ਹੁਣ ਆਪਾਂ ਝੋਨਾ ਲਵਾਉਣਾ ਹੋਵੇ ਹਮ ਆਪਣੇ ਵੀ 20 ਬਈਏ ਪੂਰੇ ਹੋ ਗਏ ਹਮ ਤੇ 10 ਬਾਰ ਚ ਖੜੇ ਆ ਆਪਾਂ ਕਿਉਂ ਆਖਾਂਗੇ ਉਹਨਾਂ ਨੂੰ ਵੀ ਤੁਸੀਂ ਮੈਂ ਕਿਉਂ ਦਿਹਾੜੀ ਦਈਏ ਬਿਲਕੁਲ ਸਾਡੇ 20 ਬੰਦੇ ਪੂਰੇ ਆ ਬਿਲਕੁਲ ਉਹ ਕੰਮ ਕੈਨੇਡਾ ਦਾ ਉਹਨਾਂ ਦੇ ਬੰਦੇ ਪੂਰੇ ਆ ਉਹਨਾਂ ਕੋਲ ਲੇਬਰ ਹੈਗੀ ਆ ਹੂੰ ਹੁਣ ਉਹਨਾਂ ਨੂੰ ਸਕਿੱਲਫੁਲ ਬੰਦਿਆਂ ਦੀ ਲੋੜ ਆ 18 ਸਾਲ ਦੇ ਜਵਾਕ ਦੇ ਕੋਲ ਚਲੋ ਸਕਿੱਲ ਹੋਊ ਵੀ ਕਿਹੜੀ ਹੂੰ ਕੀ ਕਰੂ 17 17 18 ਸਾਲ ਦਾ ਬੱਚਾ ਕਾਦੀ ਸਕਿੱਲ ਲੈ ਕੇ ਜਾਊਗਾ ਉਹ ਹੂੰ ਜੇ ਲੈ ਵੀ ਗਿਆ ਤਾਂ ਉਹਨੂੰ ਉਹ ਸਕਿੱਲ ਨੂੰ ਸ਼ਾਈਨ ਅਪ ਕਰਨ ਦੇ ਲਈ ਤਿੰਨ ਚਾਰ ਸਾਲ ਦਾ ਸਮਾਂ ਚਾਹੀਦਾ ਹੂੰ ਬਿਲਕੁਲ ਉਹ ਸਟਰਗਲਿੰਗ ਟਾਈਮ ਆ ਬੱਚੇ ਦਾ ਫਿਰ ਉਹ ਵੈਂਟੈਲਿਟੀਆਂ ਆ ਕਿ ਜੇ ਤਾਂ ਬੱਚੇ ਦੀ ਪਰਵਰਿਸ਼ ਹੀ ਇਦਾਂ ਹੋਈ ਆ ਕਿ ਤੁਸੀਂ ਸਟਰਗਲ ਕਰਨੀ ਆ ਤੁਸੀਂ ਕਮਾ ਕੇ ਖਾਣਾ ਸਾਉ ਬੱਚਾ ਕਰੂਗਾ ਜੇ ਉਹਦੀ ਪਰਵਰਿਸ਼ ਹੀ ਇਦਾਂ ਹੋਈ ਆ ਵੀ ਬਾਪੂ ਨੇ ਕੱਢ ਕੇ ਗੁੱਟੀ ਦੇਤੀ ਵੀ ਚਲੋ ਪੁੱਤ ਰਿਆ ਏ ਚੰਡੀਗੜਾ ਹੂੰ ਇੱਥੇ ਰਹਿੰਦੇ ਹੋਈ ਵੀ ਤੇ ਪੁੱਤ ਉੱਥੇ ਮਿੱਟੀ 'ਚ ਮੱਥਾ ਕਿਉਂ ਮਾਰੂਗਾ ਹਾਂ ਬਿਲਕੁਲ ਚੰਡੀਗੜ੍ਹ ਕਲੱਬਿੰਗ ਲਾਈਫ 'ਚੋਂ ਨਿਕਲ ਕੇ ਬੰਦਾ ਕਹਿੰਦਾ ਕਿ ਮੈਂ ਉੱਥੇ ਕੰਕਰੀਟਿੰਗ ਵਗੈਰਾ ਜਿਵੇਂ ਕੰਸਟਰਕਸ਼ਨ ਦਾ ਕੰਮ ਕਿਉਂਕਿ ਪੈਸਾ ਇੰਨਾ ਚਾ ਬਿਲਕੁਲ ਕਿਵੇਂ ਕਰੂਗਾ ਨਾਰਮਲ ਚਲੋ ਜੇ ਆਪਾਂ ਇਹ ਵੀ ਚੀਜ਼ ਲਈਏ ਆਸਟ੍ਰੇਲੀਆ 'ਚ ਕਲੀਨਿੰਗ 'ਚ ਪੈਸਾ ਬਹੁਤਾ ਹੂੰ ਮੈਂ ਕੀਤੀ ਆ ਟੋਲੀ ਟੰਗੀ ਹੁੰਦੀ ਸੀ ਪਿੱਛੇ ਤੂੰ ਤੇ ਮਾਸਕ ਹੁੰਦਾ ਸੀ ਕਰੋਨਾ ਚ ਸੈਨੀਟਾਈਜ਼ ਕਰਦੇ ਸੀ ਹਾਊਸਸ ਜੀ ਤੇ ਉਹ ਜਿਵੇਂ ਆਪਾਂ ਸਪਰੇਅ ਕਰਦੇ ਆਂ ਇੱਥੇ ਤਾਂ ਮੈਂ ਚੱਕੀ ਨਾਲ ਢੋਲੀ ਆਪਦੀ ਜ਼ਮੀਨ ਚ ਹੂੰ ਉੱਥੇ ਮੈਂ ਚੱਕ ਲਈ ਹੂੰ ਉਹ ਚੀਜ਼ ਆਪਾਂ ਨਹੀਂ ਵੱਡਾ ਛੋਟਾ ਸਮਝਿਆ ਪਰ ਜਦੋਂ ਬੱਚਾ ਇਸ ਚੀਜ਼ ਨੂੰ ਫਰਕ ਕਰਦਾ ਕਿ ਵੱਡਾ ਛੋਟਾ ਹੂੰ ਕੰਮ ਵੀ ਉਹ ਕਈਆਂ ਦੀ ਕਈਆਂ ਦੀ ਹਾਏ ਨਿਕਲ ਜਾਂਦੀ ਹੈ ਵੀ ਹਾਏ ਮੈਨੂੰ ਢੋਲੀ ਚ ਕਾਦੀ ਹਾਏ ਮੈਂ ਕਲੀਨ ਕਰੂੰਗਾ ਹਾਏ ਮੈਂ ਪੋਚਾ ਲਾਉਂਗਾ ਫਿਰ ਕੀ ਹੋ ਗਿਆ ਆਪਦੇ ਘਰੇ ਵੀ ਕਰਦੇ ਤੁਸੀਂ ਹੂੰ ਤੁਸੀਂ ਇਹ ਚੀਜ਼ ਦੇਖੋਗੇ ਤੁਸੀਂ ਕਮਾਈ ਕਰ ਰਹੇ ਹੋ ਉਸ ਚੀਜ਼ ਤੋਂ ਬਹੁਤੀ ਜਨਤਾ ਆਪਣੀ ਇਹ ਚੀਜ਼ ਸੋਚਦੀ ਹੈ ਵੀ ਇੱਥੇ ਕਿਹੜਾ ਕੋਈ ਵੇਂਦਾ ਤਾਂ ਕਰ ਲਓ ਵੇਖਣ ਦੀ ਗੱਲ ਕਿਉਂ ਆ ਵੇਖੀ ਜਾਵੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਕਮਾ ਰਹੇ ਹੋ ਤੁਸੀਂ ਆਪਣੇ ਮਾਪਿਓ ਨੂੰ ਸਹਾਰਾ ਲਾ ਰਹੇ ਹੋ 20 21 ਸਾਲ ਦੀ ਤੁਹਾਡੀ ਉਮਰ ਆ ਤੁਸੀਂ ਐਗਜ਼ਾਮਪਲ ਲੈ ਲਓ ਤੁਹਾਡੇ ਪਾਪਾ ਜਦੋਂ 20 21 ਸਾਲ ਦੇ ਸੀਗੇ ਥੋਡੇ ਜਿੰਨੀ ਕਮਾਈ ਨਹੀਂ ਕਰ ਰਹੇ ਸੀ ਉਸ ਚੀਜ਼ ਨੂੰ ਇਸ ਚੀਜ਼ ਪੋਜ਼ਿਟਿਵ ਲੈ ਕੇ ਚੱਲੋ ਕਿ ਆਪਾਂ ਉਹਨਾਂ ਨਾਲੋਂ ਵੱਧ ਕਰ ਰਹੇ ਹਾਂ ਤੇ ਸਾਡਾ ਬਾਪ ਸਾਡੇ ਤੇ ਇਸ ਚੀਜ਼ ਤੇ ਖੁਸ਼ ਆ ਜੀ ਵੀ ਅਸੀਂ ਕਮਾਇਆ ਤੇ ਅਸੀਂ ਕਮਾ ਕੇ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਖੁਸ਼ ਕੀਤਾ ਹੂੰ ਇਹ ਚੀਜ਼ਾਂ ਆਪਣੇ ਬੱਚੇ ਵੈਸੇ ਇਹ ਹੋਣੀ ਵੀ ਚਾਹੀਦੀ ਹੈ ਕਿ 16 17 ਸਾਲ ਦਾ ਬੱਚਾ ਇਸ ਤਰ੍ਹਾਂ ਦੀ ਮੈਂਟੈਲਿਟੀ ਨਹੀਂ ਰੱਖੂਗਾ ਨਾ ਹੀ ਉਹਦੇ ਚਾਹੂਗੀ ਉਹਨੂੰ ਪਿਆਰੀਆਂ ਹੋਣਗੀਆਂ ਮਟੀਰੀਅਲਿਸਟਿਕ ਥਿੰਗਸ ਜੀ ਚੰਗਾ ਖਾਣਾ ਚੰਗਾ ਪਹਿਨਣਾ ਚੰਗਾ ਆਉਣਾ ਜਾਣਾ ਹੂੰ ਉਹ ਪੰਜਾਬ ਚ ਹੀ ਆ ਉੱਥੇ ਚੰਗਾ ਖਾਣਾ ਚੰਗਾ ਪਹਿਨਣਾ ਚੰਗਾ ਆਉਣਾ ਜਾਣਾ ਜਿਹੜਾ ਕਰਨਾ ਉਹ 4 ਸਾਲ ਬਾਅਦ ਹੁੰਦਾ ਜੀ ਕਿਉਂਕਿ ਉਹ ਸਟਰਗਲ ਟਾਈਮ ਆ ਸਟਰਗਲ ਕਰਨੀ ਪੈਂਦੀ ਆ ਇੱਧਰ ਨੂੰ ਤਾਂ ਭੱਜਦੇ ਆ ਕਿਉਂਕਿ ਉਹਨਾਂ ਦੀ ਲਾਈਫ ਇੱਕ ਵਾਰ ਹੀ ਜਾ ਕੇ ਡਾਊਨ ਗ੍ਰੇਡ ਹੋ ਜਾਂਦੀ ਆ ਹੂੰ ਸੋ ਉਹ ਡਾਊਨ ਡਾਊਨ ਗ੍ਰੇਡੇਸ਼ਨ ਆ ਜਿਹੜੀ ਜੇ ਤਾਂ ਕਿਸੇ ਨੇ ਝੱਲ ਲਈ ਜੀ ਤਾਂ ਉਹ ਬੰਦਾ ਸਕਸੈਸਫੁਲ ਹੋਊਗਾ ਜੇ ਉਹ ਡਾਊਨ ਗ੍ਰੇਡੇਸ਼ਨ ਨਹੀਂ ਚੱਲੀ ਤਾਂ ਨਹੀਂ ਹੋਊਗਾ ਹੁਣ ਬੇਸਿਕ ਚੀਜ਼ ਮੈਂ ਪਹਿਲੇ ਸਾਲ ਜਾ ਕੇ ਇਹ ਚੀਜ਼ ਸੋਚਦਾ ਸੀ ਮੇਰੇ ਰੂਮ ਸੀਗਾ ਮੇਰੇ ਰੂਮ ਦੇ ਵਿੱਚ ਗੱਦਾ ਥੱਲੇ ਲੱਗਿਆ ਹੋਇਆ ਸੀ ਜੀ ਇੱਕ ਪੁਆਇੰਟ ਤੇ ਮੇਰੇ ਤੇ ਦਿਮਾਗ ਚ ਆ ਜਾਂਦੀ ਸੀ ਗੱਲ ਵੀ ਅਸੀਂ ਉੱਥੇ ਸਾਡੇ ਬੈਡਾਂ ਤੇ ਪਿੱਤਲ ਦਾ ਕੰਮ ਕੀਤਾ ਹੁੰਦਾ ਜਿਵੇਂ ਸਨਾਹ ਦਿੰਦਾ ਸੀ ਇਹ ਚੀਜ਼ਾਂ ਮੈਂ ਵੀ ਅਸੀਂ ਐਡੇ ਬੈਡਾਂ ਤੇ ਵੀ ਉੱਥੇ ਸਾਰਾ ਸਾਡੇ ਪਿੱਤਲ ਦਾ ਕੰਮ ਕੀਤਾ ਹੁੰਦਾ ਸੀ ਆਹ ਸਿਸਟਮ 'ਚ ਅਸੀਂ ਸੌਂਦੇ ਹੁੰਦੇ ਰਹੇ ਹਾਂ ਮਾਂ ਨੇ ਉੱਥੇ ਗੋਦੀ 'ਚ ਸਿਰ ਧਰ ਕੇ ਸਾਨੂੰ ਤੜਕੇ ਠਾਉਣਾ ਇੱਥੇ ਐਪਲ ਤੇ ਸਿਸਟਮ ਵੀ ਉਹ ਲੱਗਿਆ ਰਡਾਰ ਵਾਲਾ ਅਲਾਰਮ ਵੱਜਦਾ ਤੜਕੇ ਵੀ ਉੱਠੋ ਪਤਾ ਨਹੀਂ ਕੀ ਹੋ ਗਿਆ ਹੂੰ ਜਾ ਉੱਤੇ ਜਾਣਾ ਹੂੰ ਫਿਰ ਚਾਹ ਧਰ ਲਈ ਤੇ ਸੌਣਾ ਵੀ ਬਤਲ ਉਹ ਉਹੀ ਆਹ ਰੂਮ ਬਹੁਤ ਵੱਡਾ ਆਪਣਾ ਹੂੰ ਇਹ ਤੋਂ ਛੋਟੇ ਰੂਮ ਚ ਸੌਣਾ ਕੋਈ ਉਹਦੇ ਚ ਡੈਕੋਰੇਸ਼ਨ ਨਹੀਂ ਛਟੀਆਂ ਕੰਧਾਂ ਹੂੰ ਉਹ ਚੀਜ਼ ਫੀਲ ਹੁੰਦੀ ਆ ਹੌਲੀ ਹੌਲੀ ਉਹ ਚੀਜ਼ ਅਪਗ੍ਰੇਡ ਕੀਤੀ ਮੈਂ ਪੈਸਾ ਪਹਿਲਾਂ ਘਰੇ ਨਹੀਂ ਭੇਜਿਆ ਮੈਂ ਪਹਿਲਾਂ ਆਪਣੀਆਂ ਚੀਜ਼ਾਂ ਪੂਰੀਆਂ ਕੀਤੀਆਂ ਪੰਜਾਬੀਆਂ ਚ ਜਿਹੜੀ ਇਹ ਆਪਣੇਪਣ ਦੀ ਖਿੱਚ ਆ ਨਾ ਮੇਰਾ ਹਾਂ ਮੇਰਾ ਆਪ ਦਾ ਉਹ ਆਪਣੇ ਜਿਹੜੇ ਉੱਥੇ ਘਰ ਲੈ ਲੈਂਦੇ ਆ ਫਿਰ ਉਹ 20 25 ਸਾਲਾਂ ਵਾਸਤੇ ਟੰਗੇ ਜਾਂਦੇ ਆ ਤਾਂ ਹੀ ਤਾਂ ਮੁੜਦੇ ਨਹੀਂ 3 4000 ਡਾਲਰ ਦੀ ਜਿਹੜੀ ਕਿਸ਼ਤ ਦੇਣੀ ਆ ਮਹੀਨੇ ਦੀ ਉਹ ਕਿਹਨੇ ਦੇਣੀ ਆ ਹਾਂ ਉਹ ਅਗਲਾ ਮਿਲਦਾ ਵੀ ਨਹੀਂ ਆ ਕੇ ਇੱਥੇ ਕਿਸੇ ਨੂੰ ਹੂੰ ਉਹਨੂੰ ਪਤਾ ਹੁੰਦਾ ਵੀ ਜਾਣਾ 10 ਦਿਨਾਂ ਵਾਸਤੇ 10 ਸਾਲਾਂ ਵਾਸਤੇ ਵੀ ਨਹੀਂ ਆਉਂਦਾ ਹੂੰ ਸੋ ਪਹਿਲਾਂ ਮੈਂ ਚੀਜ਼ਾਂ ਪੂਰੀਆਂ ਕੀਤੀਆਂ ਵੀ ਮੈਨੂੰ ਫੀਲਿੰਗ ਤਾਂ ਆਵੇ ਹਾਂ ਘਰੇ ਜਾਣ ਦੀ ਖਿੱਚ ਤਾਂ ਹੋਵੇ ਮੈਂ ਕੰਮ ਤੋਂ ਫ੍ਰੀ ਹੁੰਦਾ ਸੀਗਾ ਮੈਨੂੰ ਪੂਰਾ ਨਹੀਂ ਖਿੱਚ ਹੁੰਦੀ ਸੀ ਵੀ ਘਰੇ ਜਾ ਕੇ ਸੌਣਾ ਵੀ ਆ ਹੂੰ ਉਮ ਮੇਰਾ ਮਤਲਬ ਮੰਨ ਜਾ ਇਦਾਂ ਹੁੰਦਾ ਸੀਗਾ ਮੈਂ ਇੱਥੇ ਹੀ ਸੌਂ ਸੋ ਜਾਇਆ ਕਰਾਂਗੇ ਇੱਥੇ ਹੀ ਕੰਮ ਆ ਗਈ ਆ ਆਹੀ ਕੁਛ ਚੱਲਣਾ ਇੱਥੇ ਤਾਂ ਹਮ ਬਟ ਪ੍ਰਮਾਤਮਾ ਦੀ ਕਿਰਪਾ ਨਾਲ ਹੌਲੀ ਹੌਲੀ ਗਰੋ ਕੀਤਾ ਕਮਾਇਆ ਆਪਦੇ ਤੇ ਲਾਇਆ ਉਹ ਚੀਜ਼ਾਂ ਹੋ ਗਈਆਂ ਪਰ ਬਹੁਤੇ ਬੱਚੇ ਇਹ ਚੀਜ਼ਾਂ ਇੰਨੀ ਜਲਦੀ ਨਹੀਂ ਕਰਦੇ ਉਹਨਾਂ ਨੂੰ ਇਸ ਚੀਜ਼ ਦਾ ਹੋ ਜਾਂਦਾ ਕਿ ਫੀਲ ਕਰਦੇ ਆ ਉਹਨਾਂ ਦੇ ਜਿੱਦਾਂ ਵੀ ਕੋਈ ਘਰ ਦੀ ਫਾਈਨੈਂਸ਼ੀਅਲ ਪ੍ਰੋਬਲਮ ਆ ਉਹਦਾ ਫਿਕਰ ਕਰਦੇ ਆ ਲਾਸਟ ਟਾਈਮ ਆ ਪਿੱਛੇ ਜੇ ਆਇਆ ਕਿਸੇ ਬੱਚੇ ਨੇ ਸੁਸਾਇਡ ਕਰ ਲਿਆ ਹੂੰ ਗੱਡੀ ਦੇ ਚੱਕਰ ਚ ਜਿਨ੍ਹਾਂ ਨੇ ਗੱਡੀ ਵੇਚਣੀ ਸੀ ਉਹਨੂੰ ਵੇਚਤੀ ਮਹਿੰਗੀ ਹੂੰ ਐਂਡ ਉਹਦੀਆਂ ਕਿਸ਼ਤਾਂ ਉਹ ਤੋਂ ਭਰੀਆਂ ਨਹੀਂ ਗਈਆਂ ਜੌਬ ਉਹਦੇ ਕੋਲ ਹੈ ਨਹੀਂ ਸੀ ਕੈਨੇਡਾ ਦੀ ਗੱਲ ਆ ਜੀ ਉਹ ਮੁੰਡੇ ਨੇ ਸੁਸਾਇਡ ਕਰ ਲਿਆ ਸਿਰਫ ਇਸ ਗੱਲ ਪਿੱਛੇ ਵੀ ਉਹ ਤੋਂ ਕਿਸ਼ਤਾਂ ਨਹੀਂ ਭਰੀਆਂ ਗੱਡੀ ਦੀਆਂ ਹੂੰ ਹੁਣੇ ਤਾਂ ਮੇਰੀ ਵੀ ਗਰਾਰੀ ਹੈ ਵੀ ਕੱਲ ਨੂੰ ਮੈਂ ਜਾਊਂਗਾ ਮੈਂ ਮੈਂ ਤਾਂ ਆਪ ਕਹਿਣਾ ਵੀ ਮੈਂ ਤਾਂ ਵੱਡੀ ਤੇ ਚੜੂੰਗਾ ਹੂੰ ਪੁੱਤੋ ਪਤਾ ਆਪਣੀ ਕੈਪੇਬਿਲਿਟੀ ਹੈਗੀ ਆਪਾਂ ਕਮਾਲਾਂਗੇ ਤੇ ਕਰ ਲਾਂਗੇ ਉਹ ਜਦੋਂ ਪਹਿਲਾਂ ਉਹ ਸੀ ਏਡੀਆਂ ਚੱਕ ਕੇ ਫਾਹ ਲੈਣ ਵਾਲਾ ਜੀ ਉਹਦੇ ਵੇਚਣ ਵਾਲੇ ਹੂੰ ਜਿਹਨੇ ਇਹ ਜੀ ਉਹਨੂੰ ਵੇਚੀ ਬੱਚਾ ਸਮਝ ਕੇ ਜੀ ਬੱਚੇ ਨੂੰ ਤਾਂ ਸ਼ੌਂਕ ਹੋਊਗਾ ਵੀ ਮੈਂ ਮਹਿੰਗੀ ਤੇ ਜਿਹੜਾ ਅਗਲੇ ਨੇ ਤਾਂ ਬਹੁਤ ਚਾਹ ਨਾਲ ਘਰੇ ਦਿਖਾਈ ਹੋਊਗੀ ਹਾਂ ਪਰ ਉਸ ਉਸ ਤੋਂ ਬਾਅਦ ਉਹਦੀ ਲਾਈਫ 'ਚ ਏਡੀ ਵੱਡੀ ਟ੍ਰੈਜੇਡੀ ਵੀ ਉਹ ਬੰਦਾ ਹੈ ਹੀ ਨਹੀਂਗਾ ਐਗਜ਼ਿਸਟ ਨਹੀਂ ਕਰਦਾ ਇਕੱਲਾ ਇਕੱਲਾ ਬੱਚਾ ਸੀ ਉਹ ਅੱਛਾ ਭਾਈ ਜੇ ਗਰ ਕੱਲ ਜੇਕਰ ਆਪਾਂ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਪੱਖਪਾਤ ਬਹੁਤ ਹੁੰਦਾ ਸੀ ਪਹਿਲਾਂ ਚਲੋ ਹੁਣ ਥੋੜਾ ਘਟ ਗਿਆ ਇੰਗਲੈਂਡ ਦੀ ਗੱਲ ਕਰੀਏ ਉਹਨਾਂ ਦੇਸ਼ਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਪੰਜਾਬੀਆਂ ਨਾਲ ਪੰਜਾਬੀਆਂ ਦੀ ਦਸਤਾਰ ਨੂੰ ਲੈ ਕੇ ਸਾਡੇ ਪਹਿਰਾਵੇ ਨੂੰ ਲੈ ਕੇ ਸਾਡੀ ਲੁੱਕ ਨੂੰ ਲੈ ਕੇ ਵੀ ਸਾਡੀ ਜੱਜਮੈਂਟ ਕਈ ਵਾਰੀ ਉਹ ਅਰਬ ਕੰਟਰੀਆਂ ਦੇ ਲੋਕਾਂ ਦੇ ਰੂਪ ਵਿੱਚ ਕਰ ਜਾਂਦੇ ਸੀ ਆਸਟ੍ਰੇਲੀਆ ਇੱਥੇ ਵੀ ਪੱਖਪਾਤ ਹੈ ਇੱਥੇ ਬਹੁਤ ਹੈ ਜੀ ਈਵਨ ਕੱਲ ਦੀ ਰਿਪੋਰਟ ਆ ਹੂੰ ਇੱਕ ਪੰਜਾਬੀ ਬੰਦਾ ਜਿਹਦਾ ਉਹ ਰੈਸਟੋਰੈਂਟ ਓਨਰ ਆ ਉਥੇ ਉਹਨੂੰ ਡਿਸਕ੍ਰਿਮੀਨੇਟ ਕੀਤਾ ਗਿਆ ਔਨ ਦਾ ਬੇਸਿਸ ਆਫ ਕਿ ਉਹ ਪੱਗ ਬੰਨਦਾ ਜਾਂ ਉਹਦੇ ਪਹਿਰਾਵੇ ਤੋਂ ਰੈਸਟੋਰੈਂਟ ਓਨਰ ਆ ਉਹ ਹੂੰ ਆਬਵੀਅਸਲੀ ਪੀਆਰ ਵੀ ਹੋਊਗਾ ਤੇ ਉਹ ਬੰਦੇ ਨੂੰ ਕਹਿ ਕੇ ਇਹ ਚੀਜ਼ ਤੇ ਮਤਲਬ ਉਹਨੂੰ ਬੋਲੀ ਗਈ ਕਿ ਤੂੰ ਵਾਪਸ ਜਾ ਹੂੰ ਇੱਥੇ ਤੇਰਾ ਕੰਮ ਕੋਈ ਨਹੀਂ ਹੈਗੀ ਆ ਡਿਸਕ੍ਰਿਮੀਨੇਸ਼ਨ ਅ ਲੋਟ ਆਫ ਟਾਈਮਸ ਇਹ ਚੀਜ਼ ਹੈਗੀ ਆ ਮੇਰਾ ਮੇਰਾ ਪਾਰਕਿੰਗ ਪਿੱਛੇ ਰੋਲਾ ਰਹਿੰਦਾ ਸੀਗਾ ਉੱਥੇ ਜੀ ਤੇ ਸਾਡੇ ਏਰੀਆ ਦੇ ਵਿੱਚ ਉਹ ਏਰੀਆ ਸੀਗਾ ਸੀ ਬਰੂਕ ਲੈਵਰਟਨ ਰਹਿੰਦਾ ਸੀਗਾ ਮੈਂ ਸੀ ਬਰੂਕ ਵਿੱਚ ਅਸੀਂ ਮੈਂ ਕਿਤੇ ਗੱਡੀ پارک ਕਰਨੀ ਆ ਉੱਥੇ ਲੈਬਨੀਜ਼ ਜਿਆਦੇ ਰਹਿੰਦੇ ਆ ਜੀ ਇਹ ਇਹ ਲੋਕ ਅਰੈਬਿਕ ਹੁੰਦੇ ਆ ਅਰਬੀ ਜਿਹੜੇ ਹੁੰਦੇ ਆ ਉਦੋਂ ਉਹੀ ਲੈਬਨੀਜ਼ ਸਿਸਟਮ ਉਹੀ ਹੁੰਦਾ ਇਹਨਾਂ ਦਾ ਇਹ ਬਹੁਤ ਮਤਲਬ ਪੰਜਾਬੀਆਂ ਤੋਂ ਦੇ ਆਰ ਨਾਟ ਵੈਰੀ ਫਰੈਂਡਲੀ ਤੇ ਇੰਨੇ ਹੈਪੀ ਨਹੀਂ ਹੁੰਦੇ ਆਪਣੇ ਨਾਲ ਹੀ ਹੂੰ ਗੋਰਾ ਬੰਦਾ ਹਜੇ ਫਿਰ ਵੀ ਉਹ ਆਪਾਂ ਨੂੰ ਕਰਦਾ ਬਿਗਉਤ ਪੰਜਾਬੀਆਂ ਦਾ ਬਹੁਤ ਪੁਰਾਣਾ ਸੈਟਅਪ ਆ ਉੱਥੇ ਹੂੰ ਆਪਾਂ ਦੋਨੇ ਮਾਈਗ੍ਰੈਂਟ ਆ ਜਿਹੜੇ ਹੂੰ ਉਹ ਉਧਰੋਂ ਲੈਬਨਿਜ਼ ਤੇ ਇਹ ਇਹ ਪਸੰਦ ਨਹੀਂ ਕਰਦੇ ਸੋ ਇਹ ਇਹਨਾਂ ਦੁਆਰਾ ਡਿਸਕ੍ਰਿਮੀਨੇਸ਼ਨ ਬਹੁਤ ਕੀਤੀ ਜਾਂਦੀ ਆ ਔਰ ਈਵਨ ਪੰਜਾਬੀ ਬੰਦਾ ਕੋਈ ਚੰਗਾ ਅਰਨ ਕਰ ਰਿਆ ਵਧੀਆ ਅਰਨ ਕਰ ਲਿਆ ਤੇ 10 ਬੰਦੇ ਮੀਟਿੰਗ ਦੇ ਵਿੱਚ ਜੇ ਉਹ ਸਟੇ ਉੱਤੇ ਬੈਂਚ ਤੇ ਬੈਠੇ ਆ 10 ਜਣੇ ਮੀਟਿੰਗ ਕਰ ਲਈ ਆ ਕੋਈ ਉਹਨਾਂ ਚੋਂ ਦੋ ਪੰਜਾਬੀ ਆ ਬਾਕੀ ਸਾਰੇ ਗੋਰੇ ਆ ਉੱਥੇ ਵੀ ਡਿਸਕ੍ਰਿਮੀਨੇਸ਼ਨ ਹੋਊਗੀ ਵੀ ਇਹ ਸਾਡੇ ਬਰਾਬਰ ਕਿੱਦਾਂ ਬੈਠੇ ਆ ਤੇ ਆ ਮਾਈਗ੍ਰੈਂਟਸ ਉਹ ਚੀਜ਼ ਵਾਸਤੋਂ ਬਾਹਰ ਹੁੰਦੀ ਆ ਪਰ ਕਈ ਹੁਣ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਕਈ ਲੋਕ ਬਹੁਤ ਹੰਬਲ ਵੀ ਹੁੰਦੇ ਆ ਬਹੁਤ ਗੂਰੇ ਆਪਣੇ ਨਾਲ ਫ੍ਰੈਂਡਲੀ ਵੀ ਆ ਬਹੁਤ ਖੁਸ਼ ਵੀ ਹੁੰਦੇ ਆ ਮੇਰੇ ਬਹੁਤ ਟੱਚ ਦੇ ਵਿੱਚ ਆ ਈਵਨ ਟੈਲ ਡੇਟ ਮੇਰੇ ਨਾਲ ਟੱਚ ਵਿੱਚ ਆ ਮੇਰੇ ਮੇ ਤੋਂ ਮੇ ਨਾਲ ਬਹੁਤ ਗੱਲਾਂ ਵੀ ਹੁੰਦੀਆਂ ਸੋ ਕੁਝ ਲੋਕ ਅੱਛੇ ਹੁੰਦੇ ਆ ਕੁਝ ਮਾੜੇ ਹੁੰਦੇ ਆ ਦੁਨੀਆ ਇਸ ਡਿਸਕ੍ਰਿਮੀਨੇਸ਼ਨ ਹਰ ਜਗ੍ਹਾ ਤੇ ਜੀ ਪੰਜਾਬ ਵਿੱਚ ਵੀ ਆਵਾਂਗੇ ਇੱਥੇ ਪੰਜਾਬੀ ਪੰਜਾਬੀ ਨਾਲ ਡਿਸਕ੍ਰਿਮੀਨੇਸ਼ਨ ਗਵਾਂਡੀ ਗਵਾਂਡੀ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਆਪਾਂ ਦੇਸ਼ਾਂ ਦੀ ਗੱਲ ਕਰ ਰਹੇ ਆ ਜੀ ਬਿਲਕੁਲ ਬਈ ਆਖਰੀ ਸਵਾਲ ਬਾਹਰ ਦੇ ਜਿਹੜੇ ਕੋਚ ਨੇ ਉਹ ਇੰਡੀਅਨ ਫੂਡ ਨੂੰ ਖਾਸ ਕਰਕੇ ਜਿਹੜਾ ਸਟਰੈਂਥ ਦਿੰਦਾ ਉਹਨੂੰ ਜ਼ਿਆਦਾ ਪਸੰਦ ਕਰਦੇ ਨੇ ਜਾਂ ਫਿਰ ਉਧਰ ਜਿਸ ਤਰੀਕੇ ਦਾ ਫੂਡ ਹੈਗਾ ਜਾਂ ਕਹਿ ਲਈਏ ਕਿ ਸਪਲੀਮੈਂਟ ਹੈਗੇ ਆ ਉਹਦੇ ਉੱਤੇ ਹੀ ਨਿਰਭਰ ਕਰਾਉਂਦੇ ਨੇ ਆਪਣੇ ਆਪ ਨੂੰ ਤੇ ਆਪਣੇ ਨਾਲ ਜੁੜੇ ਹੋਏ ਲੋਕਾਂ ਨੂੰ ਜੀ ਇਹ ਆ ਕਾਫੀ ਵਧੀਆ ਕੁਐਸਚਨ ਆ ਬਿਕੋਜ਼ ਮੈਂ ਇਹ ਪਰਸਨਲ ਓਪੀਨੀਅਨ ਆ ਮੈਂ ਚੀਜ਼ ਦੇਖੀ ਆ ਹਮ ਮੇਰੇ ਨਾਲ ਉੱਥੇ ਕੋਚ ਹੁੰਦਾ ਸੀਗਾ ਨਿਕ ਕੋਟਸ ਜਿਹੜਾ ਕਿ ਐਨੀ ਟਾਈਮ ਫਿਟਨੈਸ ਉੱਥੇ ਇਹ ਚੇਨ ਆ ਜਿੰਮ ਦੀ ਉੱਥੇ ਕੰਮ ਕਰਦਾ ਐਂਡ ਉਹ ਬੰਦੇ ਨੇ ਮੈਨੂੰ ਇਹ ਚੀਜ਼ ਪੁੱਛੀ ਮੈਨੂੰ ਕਹਿੰਦਾ ਆਰ ਯੂ ਪੰਜਾਬੀ ਮੇਰੇ ਕੋਲ ਆ ਮੈਂ ਕਿਹਾ ਯੈਸ ਜੀ ਫਿਰ ਉਹਦੇ ਨਾ ਮਤਲਬ ਮੈਨੂੰ ਮੈਂ ਸ਼ੌਕ ਸੀਗਾ ਉਸ ਚੀਜ਼ ਤੋਂ ਮੈਨੂੰ ਕਹਦਾ ਕਹਦਾ 브ਦਰ ਯੂ ਯੂਜ਼ ਦੇਸੀ ਕੀ ਮੈਂ ਕਿਹਾ ਯੈਸ ਆਈ ਯੂਜ਼ ਥੈਮ ਤੇ ਕਹਿੰਦਾ ਉਹ ਕਹਿੰਦਾ ਵੀ ਇਹ ਜਿਹੜਾ 올ਿਵ ਆਇਲ ਹੋ ਗਿਆ ਕੋਕੋਨਟ ਆਇਲ ਹੋ ਗਿਆ ਇਹਨਾਂ ਨਾਲੋਂ ਜ਼ਿਆਦਾ ਵਧੀਆ ਮੈਂ ਉਹ ਚੀਜ਼ ਤੇ ਹੈਰਾਨ ਸੀਗਾ ਐਂਡ ਇਵਨ ਥੋ ਮੈਨੂੰ ਉੱਥੇ ਲੂ ਕੰਡਾ ਕੜਾ ਹੋਇਆ ਇਹ ਗੱਲ ਸੁਣ ਕੇ ਕਿ ਕੋਈ ਗੋਰਾ ਬੰਦਾ ਆਪਾਂ ਨੂੰ ਕਹਿ ਰਿਹਾ ਹਾਲਾਂਕਿ ਮੈਂ ਯੂਜ਼ ਨਹੀਂ ਕਰਦਾ ਸੀ ਮੈਂ ਤਾਂ ਉਹਨੂੰ ਕਰਨਾ ਹੀ ਸੀ ਵੀ ਹਾਂ ਬਾਈ ਸਾਡੀ ਚੀਜ਼ਾਂ ਸੀ ਯੂਜ਼ ਕਰਦੇ ਹਾਂ ਮੈਂ ਨਹੀਂ ਕਰਦਾ ਸੀ ਯੂਜ਼ ਹੂੰ ਮੈਂ ਕਹਤਾ ਹਾਂ ਉਹ ਕਹਿੰਦਾ ਬਹੁਤ ਵਧੀਆ ਆਏ ਆ ਉਹਦੇ ਬਾਰੇ ਤਰੀਫਾਂ ਕਰ ਰਿਹਾ ਕਿਹੋ ਬਾਰੇ ਗੱਲਾਂ ਕੀਤੀਆਂ ਉਹਨੇ ਫਿਰ ਉਹਨੇ ਕਰੀਮ ਬਾਰੇ ਗੱਲ ਕੀਤੀ ਕਹਿੰਦਾ ਵੀ ਮੈਂ ਹੋਲ ਮਿਲਕ ਲੈ ਕੇ ਆਉਣਾ ਕਰੇ ਤੇ ਜਿਵੇਂ ਤੁਸੀਂ ਪੰਜਾਬੀ ਮਤਲਬ ਵਾਲ ਕੇ ਤੇ ਨੂੰ ਰੱਖ ਦਿੰਨੇ ਹੋ ਫਿਰ ਉੱਤੇ ਮਲਾਈ ਬੰਦੀ ਆ ਕਹਿੰਦਾ ਮੈਂ ਉਹ ਨੈਚੁਰਲ ਫੈਟ ਆ ਜਿਹੜੀ ਉਹ ਯੂਜ਼ ਕਰਦਾ ਮੈਂ ਹੈਰਾਨ ਉਹਦੇ ਤੇ ਮੈਂ ਕਿਹਾ ਤੂੰ ਉਹ ਕਰੀਮ ਯੂਜ਼ ਕਰਦਾ ਅਸੀਂ ਮੈਂ ਕਿਹਾ ਤੁਹਾਡੀ ਡੱਬਿਆਂ ਵਾਲੀ ਲੈ ਕੇ ਆਉਣਾ ਮੈਂ ਤੇ ਉਹ ਬੰਦੇ ਦਾ ਇਹ ਕਹਿਣਾ ਸੀਗਾ ਕਹਿੰਦਾ ਕਿ ਸਾਡੇ ਵਾਲੀਆਂ ਚੀਜ਼ਾਂ ਦੇ ਨਾਲ ਉਹ ਇਹ ਚੀਜ਼ਾਂ ਚੰਗੀਆਂ ਹਾਲਾਂਕਿ ਉਹ ਇੰਡੀਅਨ ਫੂਡ ਲਾਈਕ ਨਹੀਂ ਕਰਨਗੇ ਜੀ ਸਟਰੈਂਥ ਦੇ ਲਈ ਬਿਕੋਜ਼ ਆਪਣਾ ਮੇਨਲੀ ਜਿਹੜਾ ਕੰਸਿਸਟ ਹੈਗਾ ਫੂਡ ਉਹ ਇੰਨਾ ਬੈਲੈਂਸ ਨਹੀਂ ਹੈਗਾ ਹੂੰ ਉਹ ਚਿਕਨ ਬੀਫ ਅਗ ਆਪਣੇ ਤਾਂ ਬੀਫ ਨੂੰ ਚਲੋ ਕਹਿ ਦਿੰਦੇ ਆ ਕਿ ਗਾਊ ਦਾ ਮਾਸ ਆ ਪਰ ਉਹ 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 ਖਾਂਦੇ ਆ ਹੂੰ ਚਿਕਨ ਬੀਫ ਪੋਰਕ ਹੋ ਗਿਆ ਆਸਟ੍ਰਿਚ ਦਾ ਟਰਕੀ ਦਾ ਛੱਡਦੇ ਹੀ ਕੁਛ ਨਹੀਂ ਉਹਨਾਂ ਦੀਆਂ ਉਹ ਚੀਜ਼ਾਂ ਆਪਣੇ ਵੈਰਾਈਟੀ ਨਹੀਂ ਹੈਗੀ ਆਪਣੇ ਇਹ ਚੀਜ਼ਾਂ ਨਹੀਂ ਹੈਗੀਆਂ ਆਪਣਾ ਉਹ ਇਦਾਂ ਫੂਡ ਨਹੀਂ ਲਾਈਕ ਕਰਦੇ ਫॉर ਹੈਲਥ ਪਰ ਫॉर ਹੈਲਥ ਆਪਣੀਆਂ ਜਿਹੜੀਆਂ ਪ੍ਰੋਪਰਟੀਆਂ ਆਪਣੇ ਫੂਡਸ ਦੀਆਂ ਉਹ ਪਸੰਦ ਕਰਦੇ ਆ ਰੋਟੀ ਬਹੁਤ ਪਸੰਦ ਕਰਦੇ ਆ ਉਹਨੂੰ ਟੋਟੇਲਾਜ਼ ਕਹਿੰਦੇ ਆ ਜੀ ਇੰਗਲਿਸ਼ ਚ ਤੇ ਬਣਾਉਂਦੇ ਆ ਟੋਟਲ ਆਟਾ ਬਣਾਉਂਦੇ ਆ ਘਰੇ ਆਟਾ ਗੁੰਨ ਕੇ ਹੂੰ ਗੋਰੇ ਵੀ ਹੂੰ ਹੂੰ ਤੇ ਉਹ ਯੂਜ਼ ਕਰਦੇ ਆ ਬਿਕਾਜ਼ ਦੇ ਨੋ ਇਸ ਦੀ ਕੁਆਲਿਟੀ ਕੀ ਹੈਗੀ ਐ ਐਂਡ ਉਹ ਆਟਾ ਵੀ ਮਤਲਬ ਦੇ ਯੂਜ਼ ਉਹ ਹੋਲ ਵੀਟ ਹੁੰਦਾ ਜਿਹੜਾ ਆਪਾਂ ਛਾਨ ਦਿੰਨੇ ਆ ਤੇ ਉਹ ਸੂੜਾ ਹੁੰਦਾ ਜਿਹੜਾ ਉਹ ਵੀ ਵਿੱਚੇ ਹੁੰਦਾ ਛਾਣਿਆ ਵਾ ਆਟਾ ਨਹੀਂ ਕਿਉਂਕਿ ਉਹ 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 ਪ੍ਰੋਪਰਟੀਜ਼ ਆ ਜਿਹੜੀਆਂ ਉਹ ਉਹਨੂੰ ਹੋਲ ਵੀਟ ਬਣਾ ਦਿੰਦੀਆਂ ਵੀ ਪੂਰੇ ਦਾ ਪੂਰਾ ਦਾਣਾ ਉਹੀ ਦਰੜਿਆ ਵਿਆ ਹੂੰ ਇਹ ਰੀਫਾਈਂਡ ਨਹੀਂ ਹੈਗਾ ਤੇ ਉਹ ਬਹੁਤ ਮਤਲਬ ਇਹ ਚੀਜ਼ ਨੂੰ ਪਸੰਦ ਮੈਂ ਮੈਂ ਫਿਰ ਮੈਂ ਘਰ ਆ ਕੇ ਸਰਚ ਕੀਤੀ ਹਮ ਇਸ ਚੀਜ਼ ਦੇ ਬਾਰੇ ਫਿਰ ਆਈ ਗਾਟ ਟੂ ਨੋ ਕਿ ਜਿਹੜਾ 올ਿਵ ਆਇਲ ਆ 올ਿਵ ਆਇਲ ਇੱਕ ਕੱਚਾ ਖਾਣ ਵਾਲਾ ਆਇਲ ਹਮ ਜਿਹੜਾ ਕਿ ਸੈਲਡਸ ਦੇ ਉੱਤੇ ਯੂਜ਼ ਹੁੰਦਾ ਵੀ ਕੋਈ ਸੈਲਡ ਬਣਾਉਣਾ ਉਹਦੇ ਉੱਪਰ ਪਾ ਕੇ ਕੱਚਾ ਖਾਧਾ ਜਾਂਦਾ ਇਹਦਾ ਬੋਇਲਿੰਗ ਪੁਆਇੰਟ ਇਦਾਂ ਦਾ ਹੁੰਦਾ ਕਿ ਉਹ ਜਦੋਂ ਜ਼ਿਆਦਾ ਗਰਮ ਕਰ ਲਿਆ ਉਹ ਖਤਮ ਆ ਜੀ ਉਹਨੇ ਇੱਕ ਠੰਢਾਈ ਜਾਂ ਉਹਨੇ ਗਰੀਸ ਵਾਲਾ ਕੰਮ ਹੀ ਕਰਨਾ ਉਹਨੇ ਹੋਰ ਕੁਝ ਨਹੀਂ ਨੂੰ ਕੁਝ ਨਹੀਂ ਦੇਣਾ ਫਿਰ ਹਮ ਸੋ ਇਹ ਚੀਜ਼ਾਂ ਬਾਈ ਤੁਸੀਂ ਵਿਰਾਸਤ মিডিਆ ਦੇ ਨਾਲ ਜੁੜੇ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ ਤੁਸੀਂ ਦੇਖ ਰਹੇ ਸੀ ਪੌਡਕਾਸਟ ਅਣਗੌਲੇ ਇਸ ਲੜੀ ਨੂੰ ਜਾਰੀ ਰੱਖਾਂਗੇ ਕਿਸੇ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੋਬਰੂ ਹੁੰਨੇ ਆ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਆਬਾਦ ਰਹੋ